ਉਹ ਮੈਂ ਗੁਰਜਿੰਦਰ ਸਿੰਘ ਪੰਗੂ ਅੱਜ ਮੌਜੂਦ ਆ ਹਲਕਾ ਕਨੌਰ ਦੇ ਇੱਕ ਪਿੰਡ ਮੋਹੀਕਲਾਂ ਦੇ ਵਿੱਚ ਮੋਹੀਕਲਾਂ ਪਿੰਡ ਜਿਹੜਾ ਪੰਜਾਬ ਦੇ ਸੋਹਣੇ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਗਿਣਿਆ ਜਾਂਦਾ ਇੱਥੋਂ ਦੇ ਸਰਪੰਚ ਨੇ ਰਣਵੀਰ ਕੌਰ ਪਹਿਲਾਂ ਤੇ ਲਿਕੁਇਡ ਵੇਸਟ ਮੈਨੇਜਮੈਂਟ ਤੇ ਅਸੀਂ ਬਹੁਤ ਵਰਕ ਕੀਤਾ ਜਿੰਨੇ ਵੀ ਸਾਡੇ ਟੋਬੇ ਨੇ ਜਿਹੜੇ ਕਿ ਤਕਰੀਬਨ ਤਕਰੀਬਨ ਖਤਮ ਹੋਣ ਵਾਲੇ ਸੀਗੇ ਮਿੱਟੀ ਭਰੀ ਹੋਈ ਸੀਗੀ ਦਲਦਲ ਬਣੀ ਹੋਈ ਸੀ ਇਹ ਸਾਡੀ ਸਭ ਪਹਿਲੀ ਇਹ ਕੋਸ਼ਿਸ਼ ਸੀਗੀ ਕਿ ਜੇਕਰ ਅਸੀਂ ਪਾਣੀ ਦੀ ਸੰਭਾਲ ਕਰ ਲਈ ਤੇ ਸਮਝੋ ਕਿ ਅਸੀਂ ਆਪਣੇ ਫਿਊਚਰ ਨੂੰ ਬਚਾ ਲਿਆ ਦੇਖੋ ਕਿ ਇਹ ਉਹ ਜਿਹੜਾ ਪਿੰਡਾਂ ਦੇ ਵਿੱਚ ਟੋਬੇ ਨਹੀਂ ਹੁੰਦੇ ਨਹੀਂ ਟੋਬਿਆਂ ਦੇ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਆਪਣੇ ਸਾਹਮਣੇ ਨੇ ਵੈਸੇ ਤਾਂ ਹੁਣ ਪਿੰਡਾਂ ਦੇ ਵਿੱਚ ਟੋਬੇ ਰਹੇ ਵੀ ਨਹੀਂ ਲੋਕਾਂ ਨੇ ਦੱਬ ਵੀ ਲਏ ਨੇ ਬਥੇਰੇ ਟੋਬੇ ਦੀ ਤਸਵੀਰ ਹੈ ਖੂਬਸੂਰਤ ਤਸਵੀਰ ਹੈ ਉਹ ਮੂਹੋਂ ਬੋਲਦੀ ਤਸਵੀਰ ਹੈ ਜਿਹੜੀ ਤੁਸੀਂ ਜਿਹੜੀ ਦੇਖ ਸਕਦੇ ਹੋ ਦੇਖ ਕੇ ਲੱਗਦਾ ਨਹੀਂ ਕਿ ਇਹ ਟੋਬਾ ਹਰ ਪਾਸੇ ਦਲਦਲ ਸੀਗੀ ਪਾਣੀ ਇੱਕ ਤਾਂ ਦੇਖੋ ਕਾਫੀ ਜਗ੍ਹਾ ਮੱਲੀ ਹੋਈ ਸੀਗੀ ਕਿਉਂਕਿ ਅਸੀਂ ਚਾਹੁੰਦੇ ਸੀਗੇ ਕਿ ਇਹ ਜਿਹੜੀ ਜਗ੍ਹਾ ਟੋਬੇ ਦੀ ਹੈ ਉਹ ਟੋਬੇ ਦੀ ਹੀ ਰਹੇ ਤੇ ਇਸ ਕਰਕੇ ਅਸੀਂ ਇਹਨੂੰ ਇਹ sigma ਇੱਕ ਫੈਕਟਰੀ ਇੰਡਸਟਰੀ ਜਿਹੜੀ ਦੇ ਕੋਲ ਬਾਸਮਾ ਬਿੰਡ ਤੋਂ ਉਹਨਾਂ ਦੇ ਨਾਲ ਮਿਲ ਕੇ ਅਸੀਂ ਇਹ ਟੋਬੇ ਦੀ ਸ਼ੁਰੂਆਤ ਕੀਤੀ ਔਰ ਹੁਣ ਤੁਸੀਂ ਇਹ ਖੂਬਸੂਰਤ ਤਸਵੀਰ ਉਹਦੀ ਦੇਖ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਮੱਛੀ ਪਾਲਣ ਵੀ ਕੀਤਾ ਹੋਇਆ ਹੈ ਔਰ ਨਾਲ ਹੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਿੰਚਾਈ ਦੇ ਵਿੱਚ ਵੀ ਬਹੁਤ ਫਾਇਦਾ ਹੁੰਦਾ ਹੈ ਤੇ ਜ਼ਿਕਰਮੰਕਲੇ ਟੋਬੇ ਦੇ ਉੱਪਰ ਜਾਂਦਲਣਾ ਚਾਹਾਂ ਕਿੰਨੇ ਪੈਸੇ ਲੱਗ ਚੁੱਕੇ ਨੇ ਟੋਬੇ ਤੇ ਦੇਖ ਕੇ ਦੇਖਿਆ ਜਾਏ ਤਾਂ 80 ਲੱਖ ਤੋਂ ਉੱਪਰ ਪੈਸਾ ਲੱਗ ਚੁੱਕਾ ਹੈ ਜੀ 30% ਆਫ ਦਾ ਜਿਹੜੇ ਵਿਲੇਜਰ ਨੇ ਉਹਨਾਂ ਕੋ ਆਪਣੀ ਕੋਈ ਜਗਾ ਨਹੀਂ ਹੈ ਜਿੱਥੇ ਉਹ ਆਪਣੇ ਘਰ ਦਾ ਕੂੜਾ ਕਰਕਟ ਸੁੱਟ ਸਕਣ ਔਰ ਹੁੰਦਾ ਕੀ ਸੀਗਾ ਕਿ ਸੜਕਾਂ ਦੇ ਆਲੇ ਦੁਆਲੇ ਫਿਰਨੀਆਂ ਦੇ ਆਲੇ ਦੁਆਲੇ ਢੇਰ ਲੱਗ ਜਾਂਦੇ ਸੀਗੇ ਕੂੜਿਆਂ ਦੇ ਤੋ ਸਾਡੀ ਪੰਚਾਇਤ ਚੁਣੀ ਗਈ ਤਾਂ ਉਸ ਤੋਂ 1 ਮਹੀਨੇ ਬਾਅਦ ਹੀ ਸਾਨੂੰ ਲੈਟਰ ਆ ਗਿਆ ਸੀ ਕਿਉਂਕਿ ਜਿਹੜੀ ਸਟਰੈਂਥ ਸੀਗੀ ਬੱਚਿਆਂ ਦੀ ਉਹ ਬਹੁਤ ਘੱਟ ਗਈ ਸੀਗੀ 15 16 ਬੱਚੇ ਰਹਿ ਗਏ ਸੀਗੇ ਔਰ ਇੰਨੀ ਸਟਰੈਂਥ ਵਾਸਤੇ ਸਕੂਲ ਚਲਾਉਣਾ ਕੋਈ ਬਹੁਤ ਮੁਸ਼ਕਲ ਗੱਲ ਹੁੰਦੀ ਹੈ ਹੈਨਾ ਤੇ ਸਾਨੂੰ ਲੈਟਰ ਆ ਗਿਆ ਸੀਗਾ ਕਿ ਅਸੀਂ ਇਸ ਨੂੰ ਬੰਦ ਕਰ ਦਈਏ ਲੇਕਿਨ ਸਾਡੇ ਵਾਸਤੇ ਬਹੁਤ ਚੁਣੌਤੀ ਸੀਗੀ ਇਹ ਵੱਡੀ ਕਿਉਂਕਿ ਅਸੈਡੀ ਅਗਰ ਪੰਚਾਇਤੀ ਵਿੱਚ ਸਕੂਲ ਬੰਦ ਹੋ ਜਾਂਦਾ ਤਾਂ ਸਾਡੇ ਵਾਸਤੇ ਬਹੁਤ ਇਨਸਲਟ ਵਾਲੀ ਗੱਲ ਸੀਗੀ ਪਿੰਡ ਦੇ ਸਹਿਯੋਗ ਨਾਲ ਤਕਰੀਬਨ ਅਸੀਂ 3-4 ਲੱਖ ਰੁਪਏ ਇਸ ਪਿੰਡ ਤੇ ਲਾਇਆ ਪਰ এডਿਕੇਸ਼ਨ ਸਕੂਲਾਂ ਵਿੱਚ ਤਾਂ ਹੁੰਦੀ ਹੈ ਦੇਖੋ ਲੇਕਿਨ ਸਾਡੇ ਜਿਹੜੇ ਗਵਰਨਮੈਂਟ ਸਕੂਲ ਐਸੇ ਨਹੀਂ ਜਿਨ੍ਹਾਂ ਵਿੱਚ ਬੱਚਿਆਂ ਨੂੰ ਇਸ ਤਰ੍ਹਾਂ ਦੀ ਟੈਕਨੀਕਸ ਨਹੀਂ ਮਿਲਦੀਆਂ ਔਰ ਅਸੀਂ ਲਰਨ ਲੈਬ ਰਾਉਂਡ ਕਲਾਸ ਫਾਊਂਡੇਸ਼ਨ ਦੇ ਨਾਲ ਮਿਲ ਕੇ ਲਰਨ ਲੈਬ ਸਿਚੁਏਟ ਕੀਤੀ ਆਪਣੇ ਪਿੰਡ ਵਿੱਚ ਜਿਹੜੀਆਂ ਸਾਡੀਆਂ ਪਿੰਡ ਦੀਆਂ ਔਰਤਾਂ ਨੇ ਜਨੀਆਂ ਘਰ ਵਿੱਚ ਰਹਿੰਦੀਆਂ ਨੇ ਅਸੀਂ ਇਹਨਾਂ ਨੂੰ ਵੀ ਇੱਕ ਐਸਾ ਚੀਜ਼ ਬਣਾ ਕੇ ਦਈਏ ਜਿਦੇ ਨਾਲ ਇਹ ਇੱਕ ਸੈਲਫ ਡਿਪੈਂਡੈਂਟ ਹੋ ਜਾਣ ਉਹਨਾਂ ਨੂੰ ਲੋਡ ਨਾ ਰਹੇ ਕਿ ਹਾਂ ਅਸੀਂ ਕੋਈ ਛੋਟਾ ਛੋਟਾ ਖਰਚਾ ਕਰਨਾ ਹੈ ਤੇ ਇਹਦੇ ਵਾਸਤੇ ਸਾਨੂੰ ਆਪਣੀ ਫੈਮਿਲੀ ਮੈਂਬਰਸ ਤੇ ਡਿਪੈਂਡ ਹੋਣਾ ਪਏ ਇਸ ਕਰਕੇ ਅਸੀਂ ਵਿਰਾਸਤ ਕਾਮਨ ਫੈਸਿਲਿਟੀ ਸੈਂਟਰ ਦੀ ਅਸੀਂ ਇਹ ਸਟਾਰਟਿੰਗ ਕੀਤੀ ਗੱਲ ਚੱਲਦੀ ਕਿ ਵੀ ਕਈ ਪਿੰਡਾਂ 'ਚ ਆਪਣੇ ਜਿਹੜੇ ਫੈਮਿਲੀ ਮੈਂਬਰ ਹੁੰਦੇ ਨੇ ਸਰਪੰਚ ਉਹਨਾਂ ਦੇ ਰਿਗਾ 'ਚ ਨਾਮ ਪਾ ਲੈਂਦੇ ਨੇ ਇਦਾਂ ਹੁੰਦਾ ਪੰਚਾਇਤਾਂ 'ਚ ਦੇਖੋ ਜੀ ਮੇਰੀ ਉਮਰ 80 ਸਾਲ ਦੀ ਕਰੀ ਹੋ ਗਈ ਇਹੋ ਜਿਹਾ ਕੋਈ ਸਰਪੰਚ ਨਹੀਂ ਆਇਆ ਜਿਨੇ ਕੋਈ ਕੰਮ ਕੀਤਾ ਹੋਵੇ ਜਿੰਦੂ ਵਾਸਤੇ ਸਭ ਨੇ ਆਪਣਾ ਪੇਟ ਭਰਿਆ ਹੁਣ ਇਹਨਾਂ ਨੂੰ ਜਦ ਦੇ ਇਹ ਬਣੇ ਆ ਪਿੰਡ ਦੀ ਨੁਹਰ ਬਗਲ ਦੀ ਸਾਡੀ ਹੁਣ ਸਾਨੂੰ ਇਸੇ ਪਾਣੀ ਦਾ ਬੜਾ ਸੋਖਾ ਕੰਮ ਹੈ ਫਸਲ ਚੰਗੀ ਹੁੰਦੀ ਪਾਣੀ ਨਾਲ ਜਿਆਦਾਤਰ ਆਪਣੇ ਕਿਸਾਨ ਇੱਥੇ ਮਾਧਿਅਮ ਦਰ ਦੇ ਨੇ 2.5 ਤੋਂ ਲੈ ਕੇ 5 ਏਕੜ ਤੱਕ ਲੈ ਜੀ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ ਸੀ ਵੀ ਆਪਾਂ ਇੱਕ ਸੁਪਰ ਸੀਡਰ ਖਰੀਦ ਸਕੀਏ ਸੁਪਰ ਸੀਡ ਦੀ ਕੀਮਤ ਤਾਂ 240 270 ਦੇ ਲਗਭਗ ਹੈ ਜੀ ਹੁਣ ਕੋਈ ਵੀ ਕਿਸਾਨ ਇਹਨੂੰ ਲਿਜਾਂਦਾ ਵੀ ਬੜਾ ਵਾਜਿਬ ਹੈ ਰੇਟ ਘਾਟੇ ਜੀ ਆਪਣਾ 2.5 300 ਰੁਪਏ ਵਿੱਚ ਇੱਕ ਏਕੜ ਦੀ ਬਜਾਈ ਕਰ ਸਕਦਾ ਹੈ ਸਾਨੂੰ ਵੀ ਬਹੁਤ ਦੇਰ ਹੋ ਗਿਆ ਇਸ ਪਿੰਡ 'ਚ ਰਹਿੰਦਿਆਂ ਨੂੰ ਅਸੀਂ ਬਾਹਰ ਵੀ ਰਹਿ ਕੇ ਇਹ ਆਰਮੀ 'ਚ ਵੀ ਰਹਿ ਕੇ ਇਹ ਬੰਦੇ ਆ ਤੇ ਅਸੀਂ ਦੇਖਦੇ ਹਾਂ ਜਿੰਨਾ ਕੰਮ ਇਹਨਾਂ ਨੇ ਜਦੋਂ ਤੋਂ ਸਟਾਰਟਿੰਗ ਹੋਈ ਹੈ ਠੀਕ ਹੈ ਜੀ ਜਦੋਂ ਤੋਂ ਇਹਨਾਂ ਨੇ ਜਦੋਂ ਹੀ ਮਤੇ ਸਰਪੰਚ ਬਣੇ ਨੇ ਉਸੇ ਦਿਨ ਤੋਂ ਇਹਨਾਂ ਨੇ ਇਸ ਕੰਮ ਦਾ ਬੀੜਾ ਚੁੱਕ ਲਿਆ ਪਰ ਹੁਣ ਮੇਰੇ ਪਿੰਡ ਦਾ ਸਾਰਾ ਕੰਮ ਜਿੰਨਾ ਇਹਨਾਂ ਨੇ ਕੀਤਾ ਹੈ ਬਹੁਤ ਹੱਦ ਤੋਂ ਜ਼ਿਆਦਾ ਵਧੀਆ ਕੀਤਾ ਹੋਇਆ ਹੈ ਪਿੰ ਨੂੰ ਬਲੌਕ ਲੈਵਲ ਔਰ ਡਿਸਟ੍ਰਿਕਟ ਲੈਵਲ ਤੇ ਸਾਨੂੰ ਬੈਸਟ ਵਿਲੇਜ ਅਵਾਰਡ ਮਿਲ ਚੁੱਕਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਅੱਜ ਮੌਜੂਦ ਆ ਹਲਕਾ ਕਨੌਰ ਦੇ ਇੱਕ ਪਿੰਡ ਮੋਹੀਕਲਾਂ ਦੇ ਵਿੱਚ ਮੋਹੀਕਲਾਂ ਪਿੰਡ ਜਿਹੜਾ ਪੰਜਾਬ ਦੇ ਸੋਹਣੇ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਗਿਣਿਆ ਜਾਂਦਾ ਇੱਥੋਂ ਦੇ ਸਰਪੰਚ ਨੇ ਰਣਵੀਰ ਕੌਰ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਆ ਇਸ ਪਿੰਡ ਦੀਆਂ ਜਿਹੜੀਆਂ ਗੱਲਾਂ ਸੱਥਾਂ ਦੇ ਵਿੱਚ ਚੱਲਦੀਆਂ ਨੇ ਅਖਬਾਰਾਂ ਦੇ ਵਿੱਚ ਟੈਲੀਵਿਜ਼ਨਾਂ ਦੇ ਵਿੱਚ ਚੱਲਦੀਆਂ ਨੇ ਅਸੀਂ ਪਿੰਡ ਦੇ ਵਿੱਚ ਜਾ ਕੇ ਦੇਖਾਂਗੇ ਕਿ ਆਖਰ ਕਿਹੜੀ ਖਾਸियत ਹੈ ਇਸ ਪਿੰਡ ਦੀ ਜੋ ਇਸ ਪਿੰਡ ਨੂੰ ਦੂਜੇ ਪਿੰਡਾਂ ਨਾਲੋਂ ਅਲੱਗ ਬਣਾਉਂਦੀ ਹੈ ਹੁਣ ਤੱਕ ਰਣਵੀਰ ਕੌਰ ਜਿਹੜੇ ਸਰਪੰਚ ਨੇ ਮੌਜੂਦਾ ਉਹਨਾਂ ਨੇ ਕਿਹੜੇ-ਕਿਹੜੇ ਵਿਕਾਸ ਕੀਤੇ ਨੇ ਕਿਹੜੇ-ਕਿਹੜੇ ਕੰਮ ਕੀਤੇ ਨੇ ਪਿੰਡ ਦੇ ਵਿੱਚ ਉਹ ਸਾਰਾ ਕੁਝ ਆਪਾਂ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ ਸੋ ਇੱਕ ਵਾਰ ਮੈਂ ਫਿਰ ਜ਼ਿਕਰ ਕਰ ਦੇਣਾ ਚਾਹੁੰਦਾ ਤੁਹਾਨੂੰ ਹਲਕਾ ਕਨੌਰ ਦਾ ਪਿੰਡ ਮੋਹੀ ਕਲਾਂ ਪਿੰਡ ਮੋਹੀਕਲਾ ਪਿੰਡ ਬਿਲਕੁਲ ਜਿਹੜੀ ਸਾਡੀ ਹਰਿਆਣਾ ਅੰਬਾਲਾ ਦੀ ਸਰਹੱਦ ਹੈ ਉਹਦੇ ਨੇੜੇ ਵਸਿਆ ਹੋਇਆ ਪਿੰਡ ਹੈ ਜਿੱਥੋਂ ਦੀ ਸਰਪੰਚ ਰਣਵੀਰ ਕੌਰ ਹੋਰਾਂ ਨੇ ਇਸ ਪਿੰਡ ਨੂੰ ਵਿਕਾਸ ਦੇ ਤੌਰ ਦੇ ਉੱਪਰ ਅੱਗੇ ਲੈ ਕੇ ਆਂਦਾ ਕਈ ਸਟੇਟ ਡਿਸਟ੍ਰਿਕਟ ਲੈਵਲ ਦੇ ਉੱਪਰ ਸਰਕਾਰਾਂ ਤੋਂ ਅਵਾਰਡ ਵੀ ਹਾਸਲ ਕੀਤੇ ਤੇ ਆਪਣੀ ਤੇ ਆਪਣੇ ਪਿੰਡ ਦੀ ਜਿਹੜੀ ਪਛਾਣ ਹੈ ਉਹ ਪਛਾਣ ਪੰਜਾਬ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਉੱਥੇ ਤੱਕ ਉਹ ਪਛਾਣ ਜਿਹੜੀ ਸਥਾਪਿਤ ਕੀਤੀ ਆਉ ਚੱਲਦੇ ਆਪਾਂ ਹੁਣ ਤੁਹਾਨੂੰ ਪਿੰਡ ਲੈ ਕੇ ਚੱਲਦੇ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਦਾ ਪਿੰਡ ਦੇ ਵਿੱਚ ਬੋਰਡ ਲੱਗਿਆ ਹੋਇਆ ਜੀ ਆਇਆਂ ਨੂੰ ਗ੍ਰਾਮ ਪੰਚਾਇਤ ਮੋਹੀਕਲਾ ਸੋ ਆਓ ਤੁਹਾਨੂੰ ਹੁਣ ਲੈ ਕੇ ਚੱਲਦੇ ਆਪਾਂ ਸਰਪੰਚ ਰਣਵੀਰ ਕੌਰ ਤੇ ਪਿੰਡ ਵੱਲ ਦੋਸਤੋ ਹੁਣ ਖੁਦ ਸਾਡੇ ਨਾਲ ਹਾਜ਼ਰ ਨੇ ਸਰਪੰਚ ਰਣਵੀਰ ਕੌਰ ਮੈਡਮ ਸਤਿ ਸ੍ਰੀ ਅਕਾਲ ਸਵਾਗਤ ਜੀ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਜੀ ਦੇਖੋ ਮੋਹੀ ਕਲਾ ਤੁਹਾਡਾ ਪਿੰਡ ਤੇ ਅਖਬਾਰਾਂ ਦੀ ਵੀ ਸ਼ਾਨ ਬਣਿਆ ਨਿਊਜ਼ਪੇਪਰਾਂ ਦੀ ਵੀ ਸ਼ਾਨ ਬਣਿਆ ਟੀਵੀ ਦੇ ਵਿੱਚ ਤੁਸੀਂ ਹੈ ਨਾ ਸਾਰੇ ਜਿਹੜੇ ਵਿਕਾਸ ਦੇ ਕੰਮ ਨੇ ਇਹ ਸਾਰੇ ਇੱਥੇ ਹੋਏ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਸਰਪੰਚੀ ਤੁਹਾਡੇ ਕੋਲ ਆਈ ਸੀ ਉਦੋਂ ਪਿੰਡ ਦੇ ਵਿੱਚ ਜਿਹੜੇ ਕਾਰਜ ਸੀ ਇਹ ਕਾਰਜ ਹੋਏ ਸੀ ਜਾਂ ਤੁਹਾਡੇ ਕੋਲ ਸਰਪੰਚੀ ਆਉਣ ਤੋਂ ਬਾਅਦ ਇਹਦਾ ਵਿਕਾਸ ਦੀ ਇਹ ਗੱਡੀ ਆ ਦੌੜੀ ਇਹ ਪਰ ਉਸ ਤੋਂ ਬਾਅਦ ਆਪਾਂ ਇਕੱਲੇ ਇਕੱਲੇ ਪ੍ਰੋਜੈਕਟ ਦੀ ਗੱਲ ਕਰਾਂਗੇ ਅ ਨਹੀਂ ਐਕਚੁਅਲੀ 2019 ਤੋਂ ਜਦੋਂ ਅਸੀਂ ਸਹਿਮਤੀ ਨਾਲ ਸਰਪੰਚ ਬਣਾਈ ਗਏ ਸੀਗੇ ਤਾਂ ਉਦੋਂ ਇਦਾਂ ਦਾ ਕੋਈ ਵੀ ਪ੍ਰੋਜੈਕਟ ਇੱਥੇ ਨਹੀਂ ਲੱਗਿਆ ਹੋਇਆ ਸੀ ਔਰ ਜਿਸ ਤਰ੍ਹਾਂ ਕਹਿੰਦੇ ਨੇ ਕਿ ਵਿਕਾਸ ਦੀ ਜਿਹੜੀ ਪਰੰਪਰਾ ਪਿਛਲੇ ਸਾਲਾਂ ਤੋਂ ਚਲਦੀ ਆ ਰਹੀ ਸੀ ਕਿ ਅਸੀਂ ਗਲੀਆਂ ਨਾਲੀਆਂ ਵਾਲੀ ਜ਼ਿਆਦਾ ਧਿਆਨ ਦਿੰਦੇ ਸੀਗੇ ਇਸ ਵਾਰ ਅਸੀਂ ਇਹ ਪਲਾਨ ਨਾਲ ਇਹ ਬਣਾਇਆ ਸੀ ਕਿਉਂਕਿ ਦੇਖੋ ਅਸੀਂ ਬਾਹਰਲੇ ਦੇਸ਼ਾਂ ਦੀਆਂ ਜਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਦੀਆਂ ਬਹੁਤ ਤਾਰੀਫਾਂ ਕਰਦੇ ਹਾਂ ਹਨਾ ਲੇਕਿਨ ਇਹ ਕੋਈ ਇੰਪੋਸੀਬਲ ਕੰਮ ਨਹੀਂ ਹੈ ਕਿ ਉਹ ਵਾਲੀਆਂ ਜਿਹੜੀਆਂ ਖੂਬਸੂਰਤੀ ਆ ਉਹ ਅਸੀਂ ਆਪਣੀ ਪਿੰਡਾਂ ਚ ਲੈ ਕੇ ਆਈਏ ਤੇ ਸਾਡਾ ਇਹ ਮੋਟਿਵ ਸੀਗਾ ਕਿ ਅਸੀਂ ਵੀ ਆਪਣੇ ਪਿੰਡ ਨੂੰ ਹੀ ਖੂਬਸੂਰਤ ਪਿੰਡ ਬਣਾਈਏ ਤੇ ਇਹ ਸ਼ੁਰੂਆਤ ਜਿਹੜੀ ਆ ਇਹ ਰੰਗ ਲਈ ਆ ਤੁਸੀਂ ਦੇਖੇ ਕਿ ਬਲੌਕ অর ਡਿਸਟ੍ਰਿਕਟ ਲੈਵਲ ਤੇ ਸਾਨੂੰ ਬੈਸਟ ਵਿਲੇਜ 어ਵਾਰਡ ਵੀ ਮਿਲੇ ਹੈ ਜੀ ਜੀ ਬਿਲਕੁਲ ਤੇ ਕਿਹੜੇ ਕਿਹੜੇ ਪ੍ਰੋਜੈਕਟ ਨੇ ਕੰਮ ਨੇ ਜਿਹੜੇ ਪਿੰਡਾਂ ਦੇ ਵਿੱਚ ਹੋਏ ਨੇ ਸਭ ਤੋਂ ਪਹਿਲਾਂ ਤੇ ਲਿਕੁਇਡ ਵੇਸਟ ਮੈਨੇਜਮੈਂਟ ਤੇ ਅਸੀਂ ਬਹੁਤ ਵਰਕ ਕੀਤਾ ਜਿੰਨੇ ਵੀ ਸਾਡੇ ਟੋਬੇ ਨੇ ਜਿਹੜੇ ਕਿ ਤਕਰੀਬਨ ਤਕਰੀਬਨ ਖਤਮ ਹੋਣ ਵਾਲੇ ਸੀਗੇ ਮਿੱਟੀ ਭਰੀ ਹੋਈ ਸੀਗੀ ਦਲਦਲ ਬਣੀ ਹੋਈ ਸੀ ਇਹ ਸਾਡੀ ਸਭ ਪਹਿਲੀ ਇਹ ਕੋਸ਼ਿਸ਼ ਸੀਗੀ ਕਿ ਜੇਕਰ ਅਸੀਂ ਪਾਣੀ ਦੀ ਸੰਭਾਲ ਕਰ ਲਈ ਤੇ ਸਮਝੋ ਕਿ ਅਸੀਂ ਆਪਣੇ ਫਿਊਚਰ ਨੂੰ ਬਚਾ ਲਿਆ ਔਰ ਸੈਕੰਡ ਸੀਗਾ ਸੋਲਿਡ ਵੇਸਟ ਪ੍ਰੋਜੈਕਟ ਕਿਉਂਕਿ 60% ਆਫ ਦਾ ਜਿਹੜੇ ਵਿਲੇਜਰ ਨੇ ਉਹਨਾਂ ਕੋ ਆਪਣੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਉਹ ਆਪਣੇ ਘਰ ਦਾ ਕੂੜਾ ਕਰਕਟ ਸੁੱਟ ਸਕਣ ਔਰ ਹੁੰਦਾ ਕੀ ਸੀਗਾ ਕਿ ਸੜਕਾਂ ਦੇ ਆਲੇ-ਦੁਆਲੇ ਫਿਰਨੀਆਂ ਦੇ ਆਲੇ-ਦੁਆਲੇ ਢੇਰ ਲੱਗ ਜਾਂਦੇ ਸੀਗੇ ਕੂੜਿਆਂ ਦੇ ਔਰ ਸਾਡੀ ਅਗਰ ਅਸੀਂ ਖੂਬਸੂਰਤ ਆਪਣੇ ਪਿੰਡ ਨੂੰ ਬਣਾਉਣਾ ਚਾਹੁੰਦੇ ਸੀ ਸਾਡੀ ਕੋਸ਼ਿਸ਼ ਸੀ ਕਿ ਸਭ ਤੋਂ ਪਹਿਲਾਂ ਅਸੀਂ ਇਸ ਚੀਜ਼ ਨੂੰ ਖਤਮ ਕਰੀਏ ਇਸ ਕਰਕੇ ਅਸੀਂ ਅ ਅੰਬੂਜਾ ਸੀਮੈਂਟ ਫਾਊਂਡੇਸ਼ਨ ਦੇ ਨਾਲ ਮਿਲ ਕੇ ਜਦੋਂ ਅਸੀਂ ਸੋਲਿਡ ਵੇਸ ਪ੍ਰੋਜੈਕਟ ਬਣਾਇਆ ਤਾਂ ਹੁਣ ਲੋਕ ਬਹੁਤ ਖੁਸ਼ ਨੇ ਕਿਉਂਕਿ ਇੱਕ ਤਾਂ ਖੂਬਸੂਰਤ ਬਣ ਗਿਆ ਪਿੰਡ ਆਲੇ-ਦੁਆਲੇ ਸਾਫ਼ ਸੁਥਰਾ ਹੋ ਗਿਆ ਔਰ ਹੁਣ ਉਹਨਾਂ ਨੂੰ ਇੱਕ ਜਗ੍ਹਾ ਮਿਲ ਗਈ ਹੈ ਜਿੱਥੇ ਆਪਣੇ ਘਰ ਦਾ ਕੂੜਾ ਕਰਗਟ ਸੁੱਟ ਸਕਣ ਜੀ ਬਿਲਕੁਲ ਇਹ ਜੋ ਤੁਸੀਂ ਮੇ ਤੇ ਦੇਖੋ ਕਿ ਇਹੋ ਜਿਹੇ ਪਿੰਡਾਂ ਦੇ ਵਿੱਚ ਟੋਬੇ ਨਹੀਂ ਹੁੰਦੇ ਨਹੀਂ ਟੋਬਿਆਂ ਦੇ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਆਪਣੇ ਸਾਹਮਣੇ ਹੀ ਨੇ ਵੈਸੇ ਤਾਂ ਹੁਣ ਪਿੰਡਾਂ ਦੇ ਵਿੱਚ ਟੋਬੇ ਰਹੇ ਵੀ ਨਹੀਂ ਲੋਕਾਂ ਨੇ ਦੱਬ ਵੀ ਲਏ ਨੇ ਬਥੇਰੇ ਚਲੋ ਇਹ ਜਿਵੇਂ ਤੁਸੀਂ ਦੇਖੋ ਕਿ ਇਹ ਚੰਡੀਗੜ੍ਹ ਦੀ ਝੀਲ ਤੋਂ ਘੱਟ ਨਹੀਂ ਹੈਗਾ ਟੋਬਾ ਖੂਬਸੂਰਤੀ ਉਹਦੇ ਬਰਾਬਰ ਦੇ ਵਿੱਚ ਹੈ ਥੋੜਾ ਦੱਸੋ ਕਿ ਪਹਿਲਾਂ ਤਸਵੀਰ ਕੀ ਸੀ ਤੁਸੀਂ ਭਾਵੇਂ ਨੇੜੇ ਆ ਕੇ ਦਿਖਾ ਦੋਗੇ ਟੋਬੇ ਕਿਵੇਂ ਦੇ ਨੇ ਤੁਸੀਂ ਥੋੜਾ ਜਾ ਦੇਖਿਓ ਵਿੱਚੋਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਮੋਹੀ ਕਲਾ ਜਿਹੜਾ ਪਿੰਡ ਹੈ ਮੋਹੀ ਕਲਾ ਪਿੰਡ ਦਾ ਇਹ ਟੋਬਾ 200 ਤੇ ਇਹ ਤੁਸੀਂ ਜਿਹੜੀ ਇਹਦੀ ਟੋਬੇ ਦੀ ਤਸਵੀਰ ਹੈ ਖੂਬਸੂਰਤ ਤਸਵੀਰ ਹੈ ਉਹ ਮੂੰਹ ਬੋਲ ਦੀ ਤਸਵੀਰ ਹੈ ਜਿਹੜੀ ਤੁਸੀਂ ਜਿਹੜੀ ਦੇਖ ਸਕਦੇ ਹੋ ਦੂਰ ਤੱਕ ਤੁਸੀਂ ਦੇਖੋ ਕਿ ਦੇਖ ਕੇ ਲੱਗਦਾ ਨਹੀਂ ਕਿ ਇਹ ਟੋਬਾ ਯਾਨੀ ਕਿ ਇੰਨੀ ਮਿਹਨਤ ਇੰਨੀ ਸਿੱਦਤ ਦੇ ਨਾਲ ਪਿੰਡ ਦੇ ਵਿਕਾਸ ਵੱਲ ਧਿਆਨ ਦਿੱਤਾ ਗਿਆ ਕਿ ਕਿਧਰੇ ਵੀ ਕੋਈ ਕਸਰ ਨਹੀਂ ਛੱਡੀ ਗਈ ਹੈਗੀ ਸੋ ਆਪਾਂ ਹੁਣ ਇਸ ਟੋਬੇ ਬਾਰੇ ਜਾਣਦੇ ਹਾਂ ਕਿ ਪਹਿਲੇ ਪਹਿਲਾਂ ਇੱਥੇ ਕੀ ਸੀ ਤੇ ਹੁਣ ਇੱਥੇ ਕਿਦੰਦਾ ਪਹਿਲਾਂ ਤਸਵੀਰ ਇਹੋ ਸੀ ਜੋ ਪਹਿਲਾਂ ਕਿਦਾਂ ਦੀ ਤਸਵੀਰ ਸੀ ਟੋਬੇ ਦੀ ਨਹੀਂ ਜੀ ਬਹੁਤ ਮਾੜੀ ਹਾਲਤ ਸੀਗੀ ਕਿਉਂਕਿ ਇਹ ਦੇਖੋ ਇੱਕ ਤਾਂ ਸੜਕ ਜਿਹੜੀ ਮੇਨ ਸੜਕ ਹੈ ਦੂਸਰੇ ਪਿੰਡਾਂ ਨੂੰ ਜਾਣ ਵਾਲੀ ਹੈ ਇਹ ਟੋਬਾ ਉਸ ਸੜਕ ਤੇ ਸੀਗਾ ਔਰ ਬਹੁਤ ਸਾਰੇ ਆਪਾਂ ਕਹਿ ਸਕਦੇ ਹਾਂ ਕਿ ਹਨੇਰੇ ਵਿੱਚ ਐਕਸੀਡੈਂਟ ਵੀ ਬਹੁਤ ਹੁੰਦੇ ਸੀਗੇ ਹਾਂਜੀ ਬਹੁਤ ਸਾਰੇ ਐਕਸੀਡੈਂਟ ਵੀ ਸੰਭਾਵਨਾ ਰਹਿੰਦੀ ਸੀਗੀ ਔਰ ਦਲਦਲ ਹਰ ਪਾਸੇ ਦਲਦਲ ਸੀਗੀ ਪਾਣੀ ਇੱਕ ਤਾਂ ਦੇਖੋ ਕਾਫੀ ਜਗ੍ਹਾ ਮੱਲੀ ਹੋਈ ਸੀਗੀ ਕਿਉਂਕਿ ਅਸੀਂ ਚਾਹੁੰਦੇ ਸੀਗੇ ਕਿ ਇਹ ਜਿਹੜੀ ਜਗ੍ਹਾ ਟੋਬੇ ਦੀ ਹੈ ਉਹ ਟੋਬੇ ਦੀ ਹੀ ਰਹੇ ਤੇ ਇਸ ਕਰਕੇ ਅਸੀਂ ਇਹਨੂੰ ਇਹ ਅ sigma ਇੱਕ ਫੈਕਟਰੀ ਇੰਡਸਟਰੀ ਹੈ ਜਿਹੜੀ ਕਿ ਬਾਸਮਾਬਿੰਦ ਤੋਂ ਉਹਨਾਂ ਦੇ ਨਾਲ ਮਿਲ ਕੇ ਅਸੀਂ ਇਹ ਟੋਬੀ ਦੀ ਸ਼ੁਰੂਆਤ ਕੀਤੀ ਔਰ ਹੁਣ ਤੁਸੀਂ ਇਹ ਖੂਬਸੂਰਤ ਤਸਵੀਰ ਉਹਦੀ ਦੇਖ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਮੱਛੀ ਪਾਲਣ ਵੀ ਕੀਤਾ ਹੋਇਆ ਹੈ ਔਰ ਨਾਲ ਹੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਿੰਚਾਈ ਦੇ ਵਿੱਚ ਵੀ ਬਹੁਤ ਫਾਇਦਾ ਹੁੰਦਾ ਹੈ ਜੀ ਬਿਲਕੁਲ ਤੋ ਦੋਸਤੋ ਮੋਹੀ ਕਲਾ ਦੀ ਅਸੀਂ ਅਗਲੀ ਜਿਹੜੀ ਚੀਜ਼ ਹੈ ਤੁਹਾਡੇ ਨਾਲ ਖੂਬਸੂਰਤ ਚੀਜ਼ ਉਹ ਸ਼ੇਅਰ ਕਰ ਰਹੇ ਹਾਂ ਤੁਸੀਂ ਦੇਖੋ ਕਿ ਇੱਕ ਇਮਾਰਤ ਬਣਾਈ ਗਈ ਹੈ ਜਿਹਨੂੰ ਲਰਨ ਲੈਬਸ ਦਾ ਨਾਮ ਦਿੱਤਾ ਗਿਆ ਨਾਲ ਹੀ ਇਹਦੇ ਤੰਦਰੁਸਤ ਪੰਜਾਬ ਸਿਹਤ ਕੇਂਦਰ ਮੋਹੀ ਕਲਾ ਪਟਿਆਲਾ ਤੇ ਇਸ ਪਿੰਡ ਦੀ ಗ್ರಾಮ ਪੰਚਾਇਤ ਦੇ ਸਹਿਯੋਗ ਦੇ ਨਾਲ ਇਹ ਇਮਾਰਤ ਬਣਾਈ ਗਈ ਹੈ ਇਸ ਇਮਾਰਤ ਦੀ ਕੀ ਸਰਵਿਸ ਹੈ ਇਸ ਇਮਾਰਤ ਦੀਆਂ ਕਈ ਸੇਵਾਵਾਂ ਨੇ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਰਣਵੀਰ ਕੌਰ ਜੀ ਨੂੰ ਸਮਝਾਂਗੇ ਪਰ ਇਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਛੋਟੀ ਜੀ ਇੱਥੇ ਪਾਰਕ ਵੀ ਬਣਾਈ ਗਈ ਹੈ ਪਾਰਕ ਦੀ ਜਿਹੜੀ ਖੂਬਸੂਰਤੀ ਹੈ ਉਹ ਤੁਸੀਂ ਖੂਬਸੂਰਤੀ ਵੀ ਦੇਖ ਸਕਦੇ ਹੋ ਕਿ ਨਿਵੇਕਲੀਕ ਖੂਬਸੂਰਤੀ ਦਿੱਤੀ ਗਈ ਹੈ ਇਸ ਪਾਰਕ ਨੂੰ ਜਿੱਥੇ ਬੈਠਣ ਦੇ ਲਈ ਜਾਂ ਕੋਈ ਛੋਟਾ ਮੋਟਾ ਕੋਈ ਈਵੈਂਟ ਕਰਨਾ ਹੋਵੇ ਉਹ ਵੀ ਇੱਥੇ ਹੋ ਸਕਦਾ ਸੋ ਇਹ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਇਹ ਕਿਸੇ ਵੱਡੇ ਸ਼ਹਿਰ ਦੇ ਵਿਕਾਸ ਦੇ ਨਾਲੋਂ ਘੱਟ ਨਹੀਂ ਹੈਗੀਆਂ ਤਸਵੀਰਾਂ ਜੋ ਪਿੰਡ ਵਾਸੀਆਂ ਨੇ ਆਪਣੇ ਸਹਿਯੋਗ ਦੇ ਨਾਲ ਸਰਪੰਚ ਰਣਵੀਰ ਕੌਰ ਹੋਣ ਦੀ ਮਿਹਨਤ ਦੇ ਨਾਲ ਤੇ ਇੱਕ ਦਿਲੋਂ ਇਹ ਗੱਲ ਲੈ ਕੇ ਕਿ ਅਸੀਂ ਆਪਣੇ ਪਿੰਡ ਨੂੰ ਵਿਕਾਸ ਦੇ ਤੌਰ ਦੇ ਉੱਪਰ ਅੱਗੇ ਲੈ ਕੇ ਜਾਣਾ ਤਾਂ ਇਹ ਸਾਰੀਆਂ ਚੀਜ਼ਾਂ ਡਿਵੈਲਪ ਕੀਤੀਆਂ ਸੋ ਲਰਨ ਲੈਬ ਦੀ ਇਮਾਰਤ ਆਪਣੇ ਪਿੱਛੇ ਹੈ ਆਪਾਂ ਸਮਝਾਂਗੇ ਰਣਵੀਰ ਕੌਰ ਜੀ ਲਰਨ ਲੈਬ ਦਾ ਕੀ ਕਨਸੈਪਟ ਹੈ ਐਕਚੁਅਲੀ ਜੀ ਜਿਸ ਤਰ੍ਹਾਂ ਪੰਚਾਇਤ ਪੰਜਾਬ ਦੀਆਂ ਜਿੰਨੀਆਂ ਵੀ ਪੰਚਾਇਤਾਂ ਆ ਉਹਨਾਂ ਨੂੰ ਨੌ ਟੀਚਿਆਂ ਦੇ ਆਧਾਰ ਤੇ ਅੱਗੇ ਲਿਜਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਉਹਨਾਂ ਵਿੱਚੋਂ ਇੱਕ ਸੀਗਾ এডਿਕੇਸ਼ਨ ਔਰ এডਿਕੇਸ਼ਨ ਸਕੂਲਾਂ ਵਿੱਚ ਤਾਂ ਹੁੰਦੀ ਹੈ ਦੇਖੋ ਲੇਕਿਨ ਸਾਡੇ ਜਿਹੜੇ ਗਵਰਨਮੈਂਟ ਸਕੂਲ ਐਸੇ ਨਹੀਂ ਜਿਨ੍ਹਾਂ ਵਿੱਚ ਬੱਚਿਆਂ ਨੂੰ ਇਸ ਤਰ੍ਹਾਂ ਦੀ ਟੈਕਨੀਕਸ ਨਹੀਂ ਮਿਲਦੀਆਂ ਔਰ ਅਸੀਂ ਲਰਨ ਲੈਬ ਰਾਉਂਡ ਕਲਾਸ ਫਾਊਂਡੇਸ਼ਨ ਦੇ ਨਾਲ ਮਿਲ ਕੇ ਲਰਨ ਲੈਬ ਸਿਚੁਏਟ ਕੀਤੀ ਆਪਣੀ ਪਿੰਡ ਵਿੱਚ ਜਿਹਦੇ ਅੰਡਰ ਇੱਕ ਜਿਸ ਤਰ੍ਹਾਂ ਅਸੀਂ ਇੱਕ ਲੜਕੀ ਰੱਖੀ ਹੋਈ ਹੈ ਜੀ ਜੀ 4 ਤੋਂ 6 7 ਸਾਲ ਤੋਂ 14 ਸਾਲ ਦੇ ਬੱਚਿਆਂ ਨੂੰ ਐਜੂਕੇਟ ਕਰਦੀ ਹੈ ਕਿ ਜਿਸ ਤਰ੍ਹਾਂ ਅਸੀਂ ਅੱਜਕਲ ਟੈਕਨੋਲੋਜੀ ਦੇ ਨਾਲ ਕੰਮ ਕਰਨਾ ਹੈ ਜਿਸ ਤਰ੍ਹਾਂ ਅਸੀਂ ਲੈਪਟਾਪਸ ਤੇ ਕੰਮ ਕਰਨਾ ਹੈ ਕਿਸ ਤਰ੍ਹਾਂ ਕੰਪਿਊਟਰ ਰਾਹੀਂ ਅੱਗੇ ਕੰਮ ਕੀਤਾ ਜਾ ਸਕਦਾ ਹੈ ਇਹ ਸਾਰੀ ਟੈਕਨੋਲੋਜੀ ਅਸੀਂ ਬੱਚਿਆਂ ਨੂੰ ਸਿਖਾਉਣੀ ਹੈ ਜੀ ਜੀ ਬੱਚਿਆਂ ਨੂੰ ਤੇ ਨਾਲ ਇਹ ਜਿਹੜਾ ਤੰਦਰੁਸਤ ਪੰਜਾਬ ਸਿਹਤ ਕੇਂਦਰ ਮੋਹੀ ਕਲਾਂ ਪਟਿਆਲਾ ਇਹ ਇਹ ਸਦੀਪਿੰਡੀ ਡਿਸਪੈਂਸਰੀ ਹੈ ਜੀ ਇਹਦੀ ਪਹਿਲਾਂ ਡਿਸਪੈਂਸਰੀ ਸੀਗੀ ਸਾਡੀ ਹੋਰ ਅਸੀਂ ਇੱਥੇ ਸ਼ਿਫਟ ਕੀਤੀ ਹੈ ਕਿਉਂਕਿ ਅਗਰ ਅਸੀਂ ਹੈਲਥ ਦੀ ਗੱਲ ਕਰੀਏ ਤਾਂ ਅਗਰ ਡਿਸਪੈਂਸਰੀ ਕਿਸੇ ਐਸੀ ਹੀ ਜਗ੍ਹਾ ਤੇ ਹੋਣੀ ਚਾਹੀਦੀ ਹੈ ਜਿਹੜੀ ਖੂਬਸੂਰਤ ਹੋ ਔਰ ਵਾਤਾਵਰਨ ਇਹਦਾ ਸਾਫ਼ ਸੁਥਰਾ ਹੋਵੇ ਕਿਉਂਕਿ ਅਗਰ ਅਸੀਂ ਹੈਲਥ ਦੀ ਗੱਲ ਕਰਦੇ ਆਂ ਤਾਂ ਵਾਤਾਵਰਨ ਸਭ ਤੋਂ ਪਹਿਲਾਂ ਆਉਂਦਾ ਹੈ ਇਸ ਕਰਕੇ ਇਸ ਖੂਬਸੂਰਤ ਜਗ੍ਹਾ ਬਣਾਉਂਦਾ ਸਾਡਾ ਮੋਟਿਵ ਹੀ ਇਹੀ ਸੀਗਾ ਕਿ ਇੱਥੇ ਡਿਸਪੈਂਸਰੀ ਆਏ ਔਰ ਜਿਹੜੇ ਕਿ ਬਿਮਾਰ ਲੋਕ ਵੀ ਨੇ ਉਹ ਵੀ ਇਹ ਜਗ੍ਹਾ ਨੂੰ ਦੇਖ ਕੇ ਹੋਰ ਠੀਕ ਵੀ ਹੋ ਜਾਣਾ ਜੀ ਬਿਲਕੁਲ ਵਾਤਾਵਰਣ ਇੱਕ ਵੱਡਾ ਰੋਲ 플레이 ਕਰਦਾ ਜਿਹੜਾ ਲਰਨ ਲੈਬ ਦਾ ਕਨਸੈਪਟ ਸੀ ਇਹ ਕਿੱਥੋਂ ਆਇਆ ਦੇਖੋ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਅੱਗੇ-ਅਗੇ ਕੰਮ ਕਰੀ ਜਾ ਰਹੇ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਫਾਊਂਡੇਸ਼ਨਸ ਨੂੰ ਪਤਾ ਲੱਗਦਾ ਹੈ ਕਿ ਇਹ ਪੰਚਾਇਤ ਅੱਗੇ ਹੋ ਕੇ ਕੰਮ ਕਰ ਰਹੀ ਹੈ ਹਰ ਹਰ ਵਿਕਾਸ ਦੇ ਪੱਖ ਦੇ ਔਰ ਇਸੇ ਤਰੀਕੇ ਨਾਲ ਫਾਊਂਡੇਸ਼ਨਸ ਸਾਡੇ ਕੋਲ ਆਉਂਦੀਆਂ ਨੇ ਸਾਡਾ ਗੱਲਬਾਤ ਕਰਦੇ ਆ ਔਰ ਜਿੱਦਾਂ ਸਾਨੂੰ ਅੱਛਾ ਲੱਗਦਾ ਹੈ ਕਿ ਹਾਂ ਅਗਰ ਕੋਈ ਫਾਊਂਡੇਸ਼ਨ ਆ ਕੇ ਸਾਡੇ ਪਿੰਡ ਵਿੱਚ ਵਰਕ ਕਰਨਾ ਚਾਹੁੰਦੀ ਹੈ ਤਾਂ ਅਸੀਂ ਵੈਲਕਮ ਕਰਦੇ ਆ ਉਹ ਜਿਹੇ ਪ੍ਰੋਜੈਕਟ ਨੂੰ ਇਸੇ ਤਰੀਕੇ ਨਾਲ ਰਾਉਂਡ ਕਲਾਸ ਫਾਊਂਡੇਸ਼ਨਸ ਨੇ ਲਰਨ ਲੈਬ ਦੀ ਗੱਲ ਕੀਤੀ ਤਾਂ ਅਸੀਂ ਉਹਨਾਂ ਨੂੰ ਵੈਲਕਮ ਕੀਤਾ ਕਿ ਤੁਸੀਂ ਆਓ ਅੱਗੇ ਤੁਸੀਂ ਅਸੀਂ ਤੁਹਾਨੂੰ ਇੱਕ ਜਗ੍ਹਾ ਦੇਵਾਂਗੇ ਔਰ ਸਾਰੀ ਮਟੀਰੀਅਲ ਸਭ ਕੁਝ ਦੇਵਾਂਗੇ ਤੁਸੀਂ ਆ ਕੇ ਇਹ ਸ਼ੁਰੂ ਕਰੋ ਜੀ ਲਰਨ ਲੈਬ ਦਾ ਕਨਸੈਪਟ ਐਜੂਕੇਸ਼ਨ ਸੀ ਬੱਚਿਆਂ ਦੇ ਲਈ ਜੀ 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 ਹਾਂ ਜੀ ਜੀ ਨੂੰ ਕੋਈ ਅੱਗੇ ਵੱਡਾ ਕਰਨ ਦਾ ਪ੍ਰੋਗਰਾਮ ਵੀ ਹੈਗਾ ਦੇਖੋ ਪਹਿਲਾਂ ਤਾਂ ਸਾਡੀ ਇਹ ਕਿ ਜਿੰਨੇ ਵੀ 7 ਸਾਲ ਤੋਂ 14 ਸਾਲ ਦੇ ਬੱਚੇ ਸਾਡੇ ਪਿੰਡ 'ਚ ਨੇ ਇਹ ਇਹ ਸਾਰਾ ਕੁਝ ਸਿੱਖ ਜਾਣ ਇਹ ਟੈਕਨੋਲੋਜੀ ਸਿੱਖ ਜਾਣ ਅਗਰ ਇਹ ਸਿੱਖ ਗਏ ਤਾਂ ਹੋਰਾਂ ਪਿੰਡਾਂ ਵਿੱਚ ਜਾ ਕੇ ਵੀ ਇਹ ਅੱਗੇ ਇਹ ਚੀਜ਼ ਉਹਨਾਂ ਨੂੰ ਸਿਖਾ ਸਕਦੇ ਆ ਜਾਨੀ ਕਿ ਇੱਕ ਵਰਕ ਮਿਲ ਜਾਏਗਾ ਸਾਡੇ ਬੱਚਿਆਂ ਨੂੰ ਵਰਕ ਮਿਲ ਜਾਏਗਾ ਅੱਗੇ ਕਿਉਂਕਿ ਇਹ ਤੁਹਾਨੂੰ ਪਤਾ ਕੰਪੀਟੀਸ਼ਨ ਬਹੁਤ ਹੈ ਔਰ ਇਹ ਅਗਰ ਇਸ ਚੀਜ਼ ਦੇ ਕੰਪੀਟੀਸ਼ਨ ਬਹੁਤ ਹੈ ਅਗਰ ਅਸੀਂ ਇਹ ਚੀਜ਼ ਨਹੀਂ ਸਿੱਖੇ ਹੋਵਾਂਗੇ ਤਾਂ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਨੀਵਾ ਮਹਿਸੂਸ ਕਰਾਂਗੇ ਬਿਲਕੁਲ ਇਹ ਪਹਿਲਾਂ ਇੱਥੇ ਜਿਵੇਂ ਹੁਣ ਤਾਂ ਬੜੀ ਖੂਬਸੂਰਤ ਇੱਕ ਤਸਵੀਰ ਬਣੀ ਹੋਈ ਹੈ ਵਾਤਾਵਰਨ ਬੜਾ ਅੱਛਾ ਤੇ ਪਹਿਲਾਂ ਇੱਥੇ ਕੀ ਹੁੰਦਾ ਸੀ ਪਹਿਲਾਂ ਇਹ ਖਾਲੀ ਜਗ੍ਹਾ ਸੀਗੀ ਔਰ ਜਦੋਂ ਇਹ ਸਾਡਾ ਇਹ ਟੋਬਾ ਬਣਿਆ ਔਰ ਨਾਲ ਦੀ ਨਾਲ ਅਸੀਂ ਇਹ ਕੋਸ਼ਿਸ਼ ਵੀ ਕੀਤੀ ਕਿ ਇਸ ਜਗ੍ਹਾ ਨੂੰ ਹੋਰ ਬਿਊਟੀਫਾਈ ਕੀਤਾ ਜਾਏ ਔਰ ਬਿਊਟੀਫਾਈ ਇਸ ਤਰੀਕੇ ਨਾਲ ਕੀਤਾ ਕਿ ਅਸੀਂ ਨੂੰ ਇੱਕ ਛੋਟਾ ਜਿਹਾ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਇੱਕ ਅਸੀਂ ਇਹ ਪਾਰਕ ਸਿਚੁਏਟ ਕੀਤੀ ਔਰ ਪਾਰਕ ਦੇ ਨਾਲ ਅਸੀਂ ਇਹ ਓਪਨ ਜੀਮਸ ਹੋ ਜਿੱਦਾਂ ਤੁਸੀਂ ਇਹ ਪੌਦੇ ਦੇਖ ਸਕਦੇ ਹੋ ਇਹ ਸਾਰਾ ਕੁਝ ਅਸੀਂ ਲਗਾਇਆ ਕਿਉਂਕਿ ਇਹ ਅਗਰ ਆਲਾਦ ਵਾਲਾ ਸਾਫ਼ ਸੁਥਰਾ ਹੋਏਗਾ ਲੋਕ ਘੁੰਮਣਗੇ ਬਜ਼ੁਰਗ ਸ਼ਾਮ ਨੂੰ ਇੱਥੇ ਆਂਦੇ ਨੇ ਘੁੰਮਦੇ ਨੇ ਹਨਾ ਸਾਨੂੰ ਵੀ ਅੱਛਾ ਲੱਗਦਾ ਹੈ ਕਿਉਂਕਿ ਅਗਰ ਇਹੋ ਜਿਹੀ ਚੀਜ਼ਾਂ ਅਸੀਂ ਪਿੰਡ 'ਚ ਬਣਾਵਾਂਗੇ ਤਾਂ ਸਾਡਾ ਵੀ ਮਨ ਖੁਸ਼ ਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਤਾਂ ਲੋਕਾਂ ਨੂੰ ਖੁਸ਼ੀ ਦਿੱਤੀ ਹੈ ਅਸੀਂ ਜੀ ਬਿਲਕੁਲ ਸੋ ਇਸ ਤੋਂ ਇਲਾਵਾ ਪਿੰਡ ਦੇ ਜਿਹੜੇ ਹੋਰ ਅਗਲੇ ਪ੍ਰੋਜੈਕਟ ਨੇ ਅਗਲੇ ਵਿਕਾਸ ਦੇ ਕਾਰਜ ਨੇ ਉੱਥੇ ਤੁਹਾਨੂੰ ਉਹ ਅਸੀਂ ਲੈ ਕੇ ਚੱਲਦੇ ਹਾਂ ਸਭ ਤੋਂ ਵੱਡੀ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਸਮੱਸਿਆ ਆਉਂਦੀ ਹੈ ਉਹ ਸਮੱਸਿਆ ਸਾਡੇ ਜਿਕਰ ਮੈਂ ਬੜੇ ਸਰਲ ਭਾਸ਼ਾ ਦੇ ਵਿੱਚ ਕਹਾ ਕਿ ਕੂੜੇ ਦੀ ਸਮੱਸਿਆ ਆਉਂਦੀ ਹੈ ਵੇਸਟੇਜ ਦੀ ਸਮੱਸਿਆ ਆਉਂਦੀ ਹੈ ਸਾਡੇ ਪਿੰਡਾਂ ਦੇ ਵਿੱਚ ਤੁਸੀਂ ਅਕਸਰ ਇਹ ਦੇਖਦੇ ਹੋ ਕਿ ਫਰਨੀਆਂ ਦੇ ਉੱਪਰ ਰੂੜੀਆਂ ਲੱਗੀਆਂ ਹੋਈਆਂ ਨੇ ਰੂੜੀਆਂ ਦੇ ਉੱਪਰ ਲਪਾਫੇ ਪਏ ਨੇ ਜਿਹੜੀ ਕਿਤੇ ਨਾ ਕਿਤੇ ਬਿਮਾਰੀ ਦਾ ਕਾਰਨ ਬਣਦੀ ਹੈ ਇਹ ਗੱਲ ਦੇ ਪਿੰਡ ਦੀ ਵੇਸਟੇਜ ਨੂੰ ਕਿਵੇਂ ਸੰਭਾਲਣਾ ਕਿਵੇਂ ਕੰਟਰੋਲ ਕਰਨਾ ਉਹ ਇੱਕ ਸੱਚਮੁੱਚ ਵੱਡਾ ਮੁੱਦਾ ਰਹੀ ਹੈ ਪਰ ਮੋਹੀਕਲਾਂ ਦੀ ਪੰਚਾਇਤ ਨੇ ਸਰਪੰਚ ਅਨਵீர் ਕੌਰ ਹੋਰਾਂ ਨੇ ਇਸ ਚੀਜ਼ ਦਾ ਇੱਕ ਪੱਕਾ ਹੱਲ ਲੱਭਿਆ ਜਿਹੜੀ ਪਿੰਡ ਦੀ ਵੇਸਟੇਜ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪਿੰਡ ਦੀ ਇੱਥੇ ਪੂਰੀ ਵੇਸਟੇਜ ਹੈ ਉਹਨੂੰ ਕੰਟਰੋਲ ਦੇ ਵਿੱਚ ਕੀਤਾ ਜਾ ਰਿਹਾ ਕੰਪੋਸਟ ਫਿਟ ਬਣਾਏ ਹੋਏ ਨੇ ਛੋਟੇ ਛੋਟੇ ਆਪਾਂ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਇਹ ਵੀ ਸਮਝਾਂਗੇ ਕਿਵੇਂ ਆਈਡੀਆ ਆਇਆ ਤੇ ਕੌਣ ਸਹਾਇਕ ਸਹਿਯੋਗੀ ਰਿਹਾ ਇਹਦੇ ਚ ਉਹ ਵੀ ਰੋਣੇ ਵੀ ਰਕੋਰਜਿਕ ਬੜੀ ਵੱਡੀ ਸਮੱਸਿਆ ਆਉਂਦੀ ਹੈ ਪਿੰਡ ਦੀ ਜਿਹੜੀ ਵੇਸਟੇਜ ਹੁੰਦੀ ਹੈ ਆਪਾਂ ਜਿਆਦਾਤਰ ਦੇਖਦੇ ਵੀ ਹਾਂ ਕਿ ਪਿੰਡ ਦੇ ਵਿੱਚ ਜਿਹੜਾ ਗੰਧ ਹੁੰਦਾ ਸਾਰਾ ਉਹ ਵੇਸਟੇਜ ਦਾ ਗੰਧ ਹੁੰਦਾ ਇਹ ਦਿੱਕਤ ਤੁਹਾਨੂੰ ਵੀ ਆਈ ਸੀ ਤੁਸੀਂ ਫਿਰ ਉਹਦੇ ਕਰਕੇ ਕੰਪੋਸਟ ਪਿੱਟਦਾ ਜਿਹੜਾ ਹੈਗਾ ਇਹ ਇੱਕ ਫਾਰਮੂਲਾ ਪ੍ਰੋਜੈਕਟ ਲਿਖਿਆ ਥੋੜਾ ਜਿਆ ਇਸ ਬਾਰੇ ਵੀ ਦੱਸੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਹਾਂਜੀ ਦੇਖੋ ਪਿੰਡ 'ਚ ਬਹੁਤ ਸਾਰੇ ਐਸੇ ਘਰ ਹੁੰਦੇ ਨੇ ਜਿਨ੍ਹਾਂ ਦੀ ਆਪਣੀ ਕੋਈ ਜਗ੍ਹਾ ਨਹੀਂ ਹੁੰਦੀ ਜਿੱਥੇ ਆਪਣੇ ਘਰ ਦਾ ਕੂੜਾ ਕਰਕਟ ਸੁੱਟ ਸਕਣ ਔਰ ਇਹ ਦਿੱਕਤ ਪਰੇਸ਼ਾਨੀ ਸਾਨੂੰ ਬਹੁਤ ਫੇਸ ਕਰਨੀ ਪੈ ਰਹੀ ਸੀ ਕਿਉਂਕਿ ਜਿਸ ਆਈਡੀਆ ਦੇ ਨਾਲ ਸਾਡੀ ਪੰਚਾਇਤ ਚੱਲੀ ਸੀ ਕਿ ਅਸੀਂ ਖੂਬਸੂਰਤ ਪਿੰਡ ਨੂੰ ਬਣਾਣਾ ਹੈ ਤੇ ਇਹ ਇਹ ਜਿਹੜਾ ਪ੍ਰੋਬਲਮ ਸੀਗੀ ਇਹ ਬਹੁਤ ਰੋੜਾ ਸੀਗਾ ਸਾਡੇ ਇਸ ਪ੍ਰੋਜੈਕਟ ਵਿੱਚ ਔਰ ਉਸ ਤੋਂ ਬਾਅਦ ਅਸੀਂ ਜਦੋਂ ਦੇਖਿਆ ਕਿ ਅੰਬੂਜਾ ਸਿਮਿੰਟ ਫਾਊਂਡੇਸ਼ਨ ਸਾਡੇ ਨਾਲ ਮਿਲ ਕੇ ਵਰਕ ਕਰ ਰਹੀ ਹੈ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਮੀਟਿੰਗਸ ਕੀਤੀਆਂ ਫਿਰ ਅਸੀਂ ਸੋਲਿਡ ਵੇਸ ਮੈਨੇਜਮੈਂਟ ਪ੍ਰੋਜੈਕਟ ਨੂੰ ਸਟਾਰਟ ਕੀਤਾ ਇਹਦੇ ਵਿੱਚ 60% ਜਿਹੜਾ ਇਹ ਯੋਗਦਾਨ ਅੰਬੂਜਾ ਸਿਮਿੰਟ ਫਾਊਂਡੇਸ਼ਨ ਵੱਲੋਂ ਆ ਬਾਕੀ ਫਾਊਂਡੇ 40% ਜਿਹੜਾ ਇਹ ਪੰਚਾਇਤ ਸਾਈਡ ਤੋਂ ਹੈ ਜੀ ਜੀ ਮੈਡਮ ਹੋਰਿੰ ਪ੍ਰਭਜੋਤ ਜੀ ਨਾਲ ਨੇ ਤੁਸੀਂ ਵੀ ਥੋੜਾ ਜਾਇ ਇਸ ਪ੍ਰੋਜੈਕਟ ਬਾਰੇ ਦੱਸੋ ਕਿ ਜੇਕਰ ਕੋਈ ਹੋਰ ਪੰਚਾਇਤ ਹੈ ਆਪਣੇ ਪੰਜਾਬ ਦੇ ਪਿੰਡ ਦੀ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਇੰਪਲੀਮੈਂਟ ਕਰਨਾ ਹੋਵੇ ਇਹ ਫਾਰਮੂਲਾ ਤਾਂ ਉਹਨਾਂ ਨੂੰ ਕੀ ਕਰਨਾ ਪਊਗਾ ਸਭ ਤੋਂ ਪਹਿਲਾਂ ਸਰ ਉਹਨਾਂ ਨੂੰ ਆਪਣੀ ਸਹਿਮਤੀ ਹੋ ਕੇ ਜਿਸ ਤਰ੍ਹਾਂ ਫਾਊਂਡੇਸ਼ਨਸ ਦੁਬਾਰਾ ਪ੍ਰੋਜੈਕਟ ਲਗਾਏ ਜਾਂਦੇ ਆ 60% ਉਹਨਾਂ ਦਾ ਹੁੰਦਾ 40% ਪੰਚਾਇਤ ਦਾ ਹੁੰਦਾ ਤਾਂ ਪੰਚਾਇਤ ਨੂੰ ਉਹਨਾਂ ਨੂੰ 40% ਸਹਿਯੋਗ ਦੇਣਾ ਹੀ ਪਏਗਾ ਨਾਲ ਉਹਨਾਂ ਨੂੰ ਜਗ੍ਹਾ ਦੇਣੀ ਪਏਗੀ ਕਿ ਇਹ ਤਿਆਰ ਹੋ ਸਕੇ ਤੇ ਆਪਣੇ ਦੁਬਾਰਾ ਇੱਕ ਬੰਦਾ ਦੇਣਾ ਪਏਗਾ ਜਿਸ ਜਿਹੜਾ ਉਸ ਨੂੰ ਪਿੰਡ ਤੋਂ ਕੂੜਾ ਕਲੈਕਟ ਕਰ ਸਕੇ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਜਿਆਦਾਤਰ ਐਦਾਂ ਹੁੰਦਾ ਕਿ ਜਿਹੜੇ ਪੰਜ ਸਰਪੰਚ ਹੁੰਦੇ ਨੇ ਐਜੂਕੇਟਿਡ ਘੱਟ ਹੁੰਦੇ ਨੇ ਉਹ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਜਿਹੜੇ ਇਹ ਪ੍ਰੋਜੈਕਟ ਨੇ ਪਤਾ ਨਹੀਂ ਕਿੱਡੀ ਵੱਡੀ ਗੱਲ ਹੈ ਸਾਡੇ ਤੋਂ ਹੋਣਾ ਨਹੀਂ ਹੈਗਾ ਯਾਨੀ ਕਿ ਸੌਖਾ ਹੀ ਹੁੰਦਾ ਕੋਈ ਜਿਆਦਾ ਕੋਈ ਰੌਕਸ ਨਹੀਂ ਇੰਨਾ ਕੋਈ ਮੁਸ਼ਕਲ ਨਹੀਂ ਆਂਦੀ ਸਰ ਇਸ ਨੂੰ ਕਰਨ 'ਚ ਜਿਆਦਾ ਜੇ ਡੇਲੀ ਡੇਲੀ ਤੋਂ ਡੇਲੀ ਮਤਲਬ ਇਸ ਨੂੰ ਚੈੱਕ ਕੀਤਾ ਜਾਏ ਇਸ ਦੀ ਰਿਪੋਰਟਿੰਗ ਕੀਤੀ ਜਾਏ ਤਾਂ ਕੋਈ ਮੁਸ਼ਕਲ ਨਹੀਂ ਆਂਦੀ ਇਸ ਨੂੰ ਚਲਾਨ 'ਚ ਬਸ ਇਹ ਹੈ ਕਿ ਇਸ ਨੂੰ ਮੇਨਟੇਨ ਕਰਨਾ ਇੱਕ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਹੈ ਜੋ ਕਿ ਇਹ ਪੂਰੀ ਤਰ੍ਹਾਂ ਨਿਭਾ ਰਹੇ ਨਹੀਂ ਹੂੰ ਜੀ ਬਿਲਕੁਲ ਯਾਨੀ ਕਿ ਇੱਕ ਅਨੁਸ਼ਾਸਨ ਡੇਲੀ ਚਾਹੀਦਾ ਹੁੰਦਾ ਸੋ ਇਹ ਦੇਖੋ ਕਿ ਤੁਸੀਂ ਅੱਛਾ ਮੈਡਮ ਜਦੋਂ ਇਹ ਤੁਸੀਂ ਸ਼ੁਰੂ ਕੀਤਾ ਸੀ ਤੇ ਐਦਾਂ ਵੀ ਹੁੰਦਾ ਨਾ ਪਰ ਘਰ ਪਿੱਛੇ ਪੈਸੇ ਰੱਖ ਲਏ ਜਾਂਦੇ ਨੇ ਉਹ ਕਿਵੇਂ ਹੈ ਸਾ 60 ਰੁਪਏ ਅਸੀਂ ਪਰ ਹਾਊਸ ਅਸੀਂ ਪੈਸੇ ਰੱਖੇ ਹੋਏ ਨੇ ਔਰ ਇਹਦੇ ਵਿੱਚ ਸਾਨੂੰ ਜ਼ਿਆਦਾ ਮੁਸ਼ਕਲ ਨਹੀਂ ਆਈ ਕਿਉਂਕਿ ਪਿੰਡ ਦੇ ਸਾਰੇ ਹੀ ਲੋਕ ਬਹੁਤ ਸਹਿਯੋਗ ਕਰਦੇ ਨੇ ਅਗਰ ਕੋਈ ਇੱਕ ਦੋ ਨੂੰ ਸਮਝ ਨਹੀਂ ਆਂਦੀ ਤਾਂ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਦੇ ਘਰ ਜਾਈਏ ਉਸ ਨਾਲ ਗੱਲਬਾਤ ਕਰੀਏ ਉਸ ਨੂੰ ਸਮਝਾਈਏ ਕਿਉਂਕਿ ਇਹ ਇਹ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਹ ਸਿਰਫ ਇੱਕ ਪੰਚਾਇਤ ਦੀ ਜ਼ਿੰਮੇਵਾਰੀ ਨਹੀਂ ਇਹ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਅੱਗੇ ਜਾ ਕੇ ਫਿਊਚਰ ਵਿੱਚ ਅੱਗੇ ਸਾਨੂੰ ਇਹ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਅਗਰ ਅਸੀਂ ਇਹਨੂੰ ਅੱਛੀ ਢੰਗ ਨਾਲ ਨਹੀਂ ਚਲਾਇਆ ਤਾਂ ਹਾਂ ਜੀ ਬਿਲਕੁਲ ਤੇ ਜਦੋਂ ਤੁਸੀਂ ਇੰਪਲੀਮੈਂਟ ਕੀਤਾ ਸੀ ਉਦੋਂ ਕੋਈ ਤੁਹਾਨੂੰ ਦਿੱਕਤ ਨਹੀਂ ਸ਼ੁਰੂਆਤ ਦੇ ਵਿੱਚ ਆਈ ਸੀ ਕਿਉਂਕਿ ਇਹ ਗੱਲ ਲਈ ਮਨਾਉਣਾ ਕਿ ਤੁਹਾਨੂੰ ਪੈਸੇ ਦੇਣੇ ਪੈਣਗੇ ਕਿਉਂਕਿ ਜਿੱਥੇ ਗੱਲ ਆ ਜਾਂਦੀ ਹੈ ਕਿ ਆਪਾਂ ਨੂੰ ਪੈਸੇ ਦੇਣੇ ਪੈ ਜਾਣ ਉੱਥੇ ਆਪਾਂ ਪੈਰ ਥੋੜਾ ਜਿਹਾ ਪਿੱਛੇ ਖਿੱਚ ਲੈਣੇ ਆ ਨਹੀਂ ਇਸ ਗੱਲੋਂ ਅਸੀਂ ਬਹੁਤ ਲੱਕੀ ਹਾਂ ਕਿਉਂਕਿ ਸਾਰਾ ਸਾਰਾ ਹੀ ਪਿੰਡ ਸਾਡਾ ਸਹਿਯੋਗ ਕਰਦਾ ਹੈ ਸ ਬਹੁਤ ਲੱਕੀ ਹਾਂ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿਉਂਕਿ ਜ਼ਿਆਦਾ ਸਾਨੂੰ ਮਿਹਨਤ ਨਹੀਂ ਕਰਨੀ ਪੈਂਦੀ ਆਪਣੀ ਪਿੰਡ ਦੇ ਲੋਕਾਂ ਨੂੰ ਸਮਝਾਉਣ ਲਈ ਕਿਉਂਕਿ ਜਿੰਨੇ ਵੀ ਅਸੀਂ ਪ੍ਰੋਜੈਕਟ ਬਣਾ ਰਹੇ ਹਾਂ ਸਾਨੂੰ ਸੋ ਦੋਸਤੋ ਮੇਰੇ ਨਾਲ ਸਰਪੰਚ ਰਣਵੀਰ ਕੌਰ ਪ੍ਰਭਜੋਤ ਜੀ ਤੇ ਆਸ਼ਾ ਜੀ ਮੌਜੂਦ ਨੇ ਅਸੀਂ ਸਵੇਲੇ ਜਿਹੜਾ ਟੋਬਾ ਤੁਹਾਨੂੰ ਦਿਖਾਇਆ ਸੀ ਕਿ ਬੜਾ ਖੂਬਸੂਰਤ ਟੋਬਾ ਬਣਾਇਆ ਹੋਇਆ ਚੰਡੀਗੜ੍ਹ ਦੀ ਝੀਲ ਦੇ ਬਰਾਬਰ ਟੋਬਾ ਬਣਾਇਆ ਹੋਇਆ ਪਿੱਛੇ ਸੋਲਿਡ ਜਿਹੜਾ ਵੇਸਟ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਉਹ ਵੀ ਹੈਗਾ ਤੇ ਆਪਣੇ ਨਾਲ ਮੈਡਮ ਹੋਰੀ ਹੈਗੇ ਨੇ ਤਮ ਇੱਕ ਵੱਡੀ ਸਮੱਸਿਆ ਹੈ ਰਹਿੰਦੀ ਹੈ ਕਿ ਇੱਕ ਲੇਡੀ ਹੋ ਕੇ ਦਿੱਕਤਾਂ ਆਉਂਦੀਆਂ ਨੇ ਆਪਣੀ ਬੀਬੀਆਂ ਦੀਆਂ ਨਾਲ ਇਹ ਸ਼ਿਕਾਇਤ ਰਹਿੰਦੀ ਹੈ ਕਿ ਲੇਡੀ ਹੋ ਕੇ ਸਾਨੂੰ ਦਿੱਕਤ ਆਉਂਦੀਆਂ ਨੇ ਅਸੀਂ ਉਹ ਕਰ ਨਹੀਂ ਸਕਦੇ ਜੋ ਅਸੀਂ ਚਾਹੁੰਦੇ ਆ ਤੁਹਾਨੂੰ ਕਿੰਨੀ ਕਿ ਦਿੱਕਤ ਆਈਆਂ ਤੁਸੀਂ ਸਰਪੰਚ ਵਜੋਂ ਵਿਚਰੇ ਆਪਣੇ ਪਿੰਡ ਨੂੰ ਪੰਜਾਬ ਦੇ ਤੱਕ ਲੈ ਕੇ ਗਏ ਤੁਸੀਂ ਪੰਜਾਬ ਤੱਕ ਤੇ ਵਿਕਾਸ ਦੇ ਤੁਸੀਂ ਕਈ ਕੰਮ ਕੀਤੇ ਜਿਹੜੇ ਸੱਚਮੁੱਚ ਖੂਬਸੂਰਤ ਨੇ ਕਿ ਕਿ ਦਿੱਕਤ ਆਈਆਂ ਤਾਂ ਇੱਕ ਲੇਡੀ ਨੂੰ ਸਰਪੰਚ ਹੋਣਾ ਕੀ ਉਹ ਵੀ ਇੱਕ ਦਿੱਕਤ ਨਾ ਕਿਤੇ ਕਿਤੇ ਚੀਜ਼ ਬਣਦੀ ਆ ਆਉਣਾ ਜਾਣਾ ਸਫ਼ਰ ਕਰਨਾ ਸਾਰੀਆਂ ਚੀਜ਼ਾਂ ਵਿੱਚ ਹੁੰਦੀਆਂ ਨੇ ਦੇਖੋ ਜੀ ਦਿੱਕਤਾਂ ਤਾਂ ਹੁੰਦੀਆਂ ਆ ਬਟ ਇਹ ਬੜੀ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਕਿਉਂਕਿ ਪੰਜਾਬ ਸਰਕਾਰ ਜੇਕਰ 50% ਲੇਡੀਜ਼ ਨੂੰ ਸਰਪੰਚ ਬਣਾ ਰਹੀ ਹੈ ਤਾਂ ਕੋਸੂ ਸਮਝ ਕੇ ਬਣਾ ਰਹੀ ਹੈ ਹਾਂ ਜੀ ਕਿਉਂਕਿ ਇੱਕ ਲੇਡੀ ਅਗੇ ਆਏਗੀ ਤਾਂ ਉਹਨਾਂ ਦੇ ਅੰਦਰ ਦਾ ਆਤਮ ਵਿਸ਼ਵਾਸ ਹੈ ਉੱਪਰ ਕੇ ਆਉਂਦਾ ਹੈ ਔਰ ਮੈਨੂੰ ਦਿੱਕਤ ਇਸ ਕਰਕੇ ਨਹੀਂ ਆਈ ਕਿਉਂਕਿ ਸਭ ਤੋਂ ਵੱਡੀ ਸਪੋਰਟ ਮੈਨੂੰ ਫੈਮਲੀ ਦੀ ਸੀ ਕਿ ਮੇਰੇ ਹਸਬੰਦ ਦੀ ਸਪੋਰਟ ਸੀਗੀ ਔਰ ਮੇਰੇ ਬੱਚਿਆਂ ਦੀ ਸਪੋਰਟ ਔਰ ਸੈਕੰਡ ਹੈ ਹੁੰਦਾ ਹੈ ਕਿ ਅਗਰ ਅਸੀਂ ਕੌਨਫੀਡੈਂਟ ਹੁੰਦੇ ਆਂ ਅਗਰ ਅਸੀਂ ਐਜੂਕੇਟਿਡ ਹੁੰਦੇ ਆਂ ਤੇ ਇਹਦੇ ਨਾਲ ਕਿਤੇ ਨਾ ਕਿਤੇ ਛੜਾ ਸਾਡਾ ਆ ਆਤਮ ਵਿਸ਼ਵਾਸ ਹੁੰਦਾ ਨਾ ਬਹੁਤ ਉੱਚਾ ਹੋ ਜਾਂਦਾ ਹੈ ਇਹ ਸਪੋਰਟ ਬਹੁਤ ਵੱਡੀ ਹੁੰਦੀ ਹੈ ਫੈਮਲੀ ਦੀ ਸਪੋਰਟ ਜਿਹੜੀ ਕਿ ਮੈਨੂੰ ਮਿਲੀ ਸੀ ਜਦੋਂ ਤੁਸੀਂ ਸਰਪੰਚ ਚੁਣੇ ਗਏ ਸੀ ਜੀ ਸਹਿਮਤੀ ਦੇ ਵਿੱਚ ਚੁਣੇ ਗਏ ਤੁਸੀਂ ਸਰਪੰਚ ਜਦੋਂ ਤੁਸੀਂ ਸਰਪੰਚ ਚੁਣੇ ਗਏ ਸੀ ਉਦੋਂ ਤੁਹਾਡਾ ਕੀ ਵਿਜ਼ਨ ਸੀ ਉਦੋਂ ਮਤਲਬ ਕਿ ਇਹ ਕਹ ਹੁੰਦਾ ਕਿ ਉਦੋਂ ਚਲੋ ਕਈ ਵਾਰ ਤਾਂ ਅਚਾਨਕ ਹੀ ਬਣ ਜਾਂਦੇ ਆ ਤੇ ਅੱਗੇ ਜਾ ਕੇ ਫਿਰ ਬੰਦਾ ਸੋਚਦਾ ਕਿ ਹੁਣ ਵਿਕਾਸ ਦੇ ਕੰਮ ਕਰਾਂ ਜਾਂ ਤੁਸੀਂ ਪਹਿਲਾਂ ਤੋਂ ਹੀ ਇਹ ਏਜੰਡਾ ਲੈ ਕੇ ਚੱਲ ਰਹੇ ਸੀ ਇਹ ਏਮਸੀ ਤੁਹਾਡਾ ਕਿ ਜੇਕਰ ਸਰਪੰਚ ਹੁਣ ਚੁਣੇ ਗਏ ਆ ਤਾਂ ਵਿਕਾਸ ਨੂੰ ਹੀ ਆਪਾਂ ਨੇ ਪ੍ਰਮੁੱਖਤਾ ਦੇਣੀ ਹੈ ਦੇਖੋ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਅਸੀਂ ਦੂਸਰੇ ਸ਼ਹਿਰਾਂ ਔਰ ਦੂਸਰੇ ਦੇਸ਼ਾਂ ਦੀ ਤਾਰੀਫ਼ ਤਾਂ ਕਰ ਲੈਨੇ ਆ ਲੇਕਿਨ ਅਸੀਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ ਔਰ ਸਾਡੀ ਇਹ ਕੋਸ਼ਿਸ਼ ਸੀਗੀ ਕਿ ਅਗਰ ਅਸੀਂ ਸਰਪੰਚ ਬਣਦੇ ਆ ਜੋ ਕਿ ਅਸੀਂ ਬਣ ਵੀ ਗਏ ਔਰ ਸਾਡਾ ਇਹੀ ਪਲਾਨ ਸੀਗਾ ਕਿ ਅਸੀਂ ਇਸੇ ਆਧਾਰ ਤੇ ਕੰਮ ਕਰੀਏ ਕਿਉਂਕਿ ਜੋ ਪੁਰਾਣਾ ਸਮਾਂ ਅਸੀਂ ਦੇਖਿਆ ਸੀ ਉਹ ਦੇਖਿਆ ਸੀ ਕਿ ਪਿੰਡ ਦੇ ਵਿੱਚ ਜਿਹੜੀਆਂ ਗਲੀਆਂ ਉਹਨਾਂ ਨੂੰ ਤੇ ਹੀ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੀਗਾ ਪਰ ਅੱਜ ਕੱਲ ਉਹ ਜ਼ਰੂਰੀ ਨਹੀਂ ਕਿਉਂਕਿ ਅਸੀਂ ਅਗਰ ਫਿਊਚਰ ਦੀ ਗੱਲ ਕਰੀਏ ਤਾਂ ਸਾਡਾ ਪਾਣੀ ਖਤਮ ਹੋ ਰਿਹਾ ਹੈ ਸਾਡਾ ਜਿਹੜਾ ਵਾਤਾਵਰਨ ਦੂਸ਼ਿਤ ਹੋ ਰਿਹਾ ਔਰ ਅਸੀਂ ਬਹੁਤ ਖੂਬਸੂਰਤ ਇੱਕ ਕੋਸ਼ਿਸ਼ ਕੀਤੀ ਸੀਗੀ ਅਸੀਂ ਆਪਣੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਈਏ ਅਸੀਂ ਆਪਣੇ ਪਾਣੀ ਦੀ ਸੰਭਾਲ ਕਰੀਏ ਤਾਂ ਕਿ ਅੱਗੇ ਜਾ ਕੇ ਸਾਡੇ ਜਿਹੜੇ ਬੱਚੇ ਨੇ ਸਾਡਾ ਭਵਿੱਖਾ ਉਹ ਸਾਨੂੰ ਗਾਲਾ ਨਾ ਕੱਢ ਸਕਣ ਹਾਂ ਬਿਲਕੁਲ ਹਾਂ ਜੀ ਪ੍ਰੇਜ਼ ਕਰ ਸਕਣ ਸਾਡੀ ਹਾਂ ਕਿਉਂਕਿ ਸਾਡੀ ਪੰਚਾਇਤਾਂ ਨੇ ਕੁਝ ਇਹੋ ਜਿਹਾ ਅਜੀਹਾ ਕੰਮ ਕੀਤਾ ਕਿੰਨਾ ਕੁ ਪੈਸਾ ਹੁਣ ਤੱਕ ਪਿੰਡ ਦੇ ਉੱਪਰ ਲੱਗ ਚੁੱਕਿਆ ਪਿੰਡ ਦੇ ਉਪਰ ਤਾਂ ਦੇਖੋ ਜੀ ਬਹੁਤ ਪੈਸਾ ਤਕਰੀਬਨ ਜਿੰਨੀਆਂ ਵੀ ਸੈਂਟਰ ਦੀਆਂ ਵਿਤ ਕਮਿਸ਼ਨ ਦੀਆਂ ਜਿਹੜੀਆਂ ਗ੍ਰਾਂਟਾਂ ਨੇ ਸਮੇਂ-ਸਮੇਂ ਤੇ ਆਣ ਵਾਲੀਆਂ ਉਸ ਤੋਂ ਬਾਅਦ ਜਿੰਨੀਆਂ ਵੀ ਸਟੇਟ ਦੀਆਂ ਗ੍ਰਾਂਟਾਂ ਨੇ ਉਹ ਕਾਫੀ ਅਗਰ ਅਸੀਂ ਕਹੀਏ 70 ਲੱਖ ਦੇ ਕਰੀਬ ਸਾਡੀ ਇਹ ਵਾਲੀ ਪੈਸਾ ਲੱਗ ਚੁੱਕਾ ਹੈ ਔਰ ਜਿਹੜਾ ਕਿ ਗਵਰਨਮੈਂਟਸ ਵੱਲਵਾਇਆ ਉਸ ਤੋਂ ਬਾਅਦ ਹਾਂਜੀ 5 ਸਾਲ ਦੇ ਵਿੱਚ ਉਸ ਤੋਂ ਬਾਅਦ ਬਹੁਤ ਸਾਰਾ ਐਸਾ ਕੰਮ ਸੀ ਜਿਹੜਾ ਅਸੀਂ ਮਨਰੇਗਾ ਦੇ ਅਧੀਨ ਕਰਵਾਇਆ ਜਿੱਦਾਂ ਕਿ ਤੁਸੀਂ ਪਲਾਂਟੇਸ਼ਨ ਦੇ ਸਕਦੇ ਹੋ ਪਾਰਕਾਂ ਦੇ ਆਲੇ-ਦੁਆਲੇ ਤੁਸੀਂ ਇੰਟਰਲੌਕ ਟਾਈਲ ਦੇਖ ਸਕਦੇ ਹੋ ਔਰ ਇਸ ਤੋਂ ਇਲਾਵਾ ਜਿੰਨਾ ਵੀ ਪੈਸਾ ਜਾਂ ਜਿੰਨੇ ਵੀ ਪੌਦੇ ਜਾਂ ਜਿੰਨਾ ਵੀ ਕੰਮ ਤੁਸੀਂ ਦੇਖ ਰਹੇ ਹੋ ਇਹ ਸਾਡਾ ਰਲ ਮਿਲ ਕੇ ਪਿੰਡ ਦੇ ਲੋਕਾਂ ਦਾ ਸਹਿਯੋਗ ਹੈ ਚਾਹੇ ਉਹ ਬਾਹਰ ਐਨਆਰਆਈ ਨੇ ਚਾਹੇ ਪਿੰਡ ਤੋਂ ਬਾਹਰ ਸ਼ਹਿਰ ਜਾ ਕੇ ਵਸੇ ਹੋਏ ਲੋਕ ਨੇ ਉਹਨਾਂ ਦਾ ਬਹੁਤ ਸਾਰਾ ਸਹਿਯੋਗ ਹੈ ਸਾਨੂੰ ਜਦੋਂ ਪੰਜਾਬ ਸਰਕਾਰ ਨੇ ਪਿੱਛੇ ਦੀ ਪੰਚਾਇਤਾਂ ਭੰਗ ਕਰਤੀਆਂ ਸੀ ਉਦੋਂ ਫਿਰ ਤੁਹਾਨੂੰ ਕੀ ਮਹਿਸੂਸ ਹੋਇਆ ਸੀ ਮਹਿਸੂਸ ਦੇਖੋ ਸਾਨੂੰ ਦੁੱਖ ਲੱਗਿਆ ਕਿਉਂਕਿ ਸਾਡੇ ਬਹੁਤ ਸਾਰੇ ਪ੍ਰੋਜੈਕਟ ਸੀਗੇ ਜਿਹੜੇ ਸਾਨੂੰ ਲੱਗ ਰਿਹਾ ਸੀਗਾ ਕਿ ਅਗਰ ਚੋਣ ਜਾਬਤਾ ਲੱਗ ਗਿਆ ਤਾਂ ਸਾਡੇ ਇਹ ਪ੍ਰੋਜੈਕਟ ਰੁਕ ਜਾਣੇ ਆ ਔਰ ਉਸ ਤੋਂ ਬਾਅਦ ਪੰਚਾਇਤਾਂ ਦੁਬਾਰਾ ਬਹਾਲ ਹੋ ਗਈਆਂ ਤਾਂ ਅਸੀਂ 2-3 ਪ੍ਰੋਜੈਕਟ ਅਸੀਂ ਲਗਾ ਵੀ ਦਿੱਤੇ ਹੈ ਹਾਂਜੀ ਤੇ ਹੁਣ ਤੁਹਾਡਾ ਅੱਗੇ ਫਿਊਚਰ ਪਲਾਨ ਕੀ ਹੈ ਅਗਲੀ ਵਾਰ ਤੁਸੀਂ ਫਿਰ ਸਰਪੰਚੀ ਇਲੈਕਸ਼ਨ ਲੜੋਗੇ ਜੀ ਇਲੈਕਸ਼ਨ ਦਾ ਅਸੀਂ ਜ਼ਰੂਰ ਲੜਾਂਗੇ ਕਿਉਂਕਿ ਅ ਜੋ ਸਾਡੇ ਮਾਈਂਡ ਚ ਹਜੇ ਵੀ ਪ੍ਰੋਜੈਕਟ ਚੱਲ ਰਹੇ ਨੇ ਪਲਾਨ ਚੱਲ ਰਹੇ ਨੇ ਉਹ ਹਜੇ ਤੱਕ ਪੂਰੇ ਨਹੀਂ ਹੋਏ ਲੇਕਿਨ ਅਗਰ ਪਿੰਡ ਦੇ ਲੋਕ ਸਾਡਾ ਸਾਥ ਦਿੰਦੇ ਆ ਸਾਨੂੰ ਸਹਿਯੋਗ ਦਿੰਦੇ ਆ ਤਾਂ ਅਸੀਂ ਮੈਂ ਬੋਲ ਕੇ ਤਾਂ ਨਹੀਂ ਕਹਿ ਸਕਦੀ ਲੇਕਿਨ ਤੁਸੀਂ ਦੇਖੋਗੇ ਆ ਕਿ ਆਉਣ ਵਾਲੀ 2-3 ਸਾਲਾਂ ਵਿੱਚ ਕਿ ਅਸੀਂ ਇਹ ਪਿੰਡ ਨੂੰ ਕਿੱਥੇ ਕਿਸ ਲੈਵਲ ਤੇ ਲੈ ਚੱਕੇ ਜਾ ਸਕੀਏ ਅਵਾਰਡ ਵੀ ਮਿਲੇ ਨੇ ਪਿੰਡ ਨੂੰ ਹਾਂਜੀ ਪਿੰਡ ਨੂੰ ਬਲੌਕ ਲੈਵਲ ਔਰ ਡਿਸਟ੍ਰਿਕਟ ਲੈਵਲ ਤੇ ਸਾਨੂੰ ਬੈਸਟ ਵਿਲੇਜ ਅਵਾਰਡ ਮਿਲ ਚੁੱਕਾ ਹੈ ਔਰ ਇਸ ਤੋਂ ਇਲਾਵਾ ਸਾਨੂੰ 2 ਲੱਖ 3 3000 ਦੇ ਜਿਹੜਾ ਚੈੱਕ ਆ ਉਹ ਵੀ ਬਲੌਕ ਸਮਿਤੀ ਵੱਲੋਂ ਇਹ ਅਜ਼ੀਨਾ ਮਿਲ ਚੁੱਕਾ ਹੈ ਕਾਫੀ ਦਿੱਕਤ ਰਹਿੰਦੀ ਹੈ ਕੋਈ ਲੜਕੀ ਬੀਬੀ ਜਦੋਂ ਹੋ ਸਿਆਸਤ ਦੇ ਵਿੱਚ ਐਂਟਰੀ ਕਰਦੇ ਨੇ ਸਿਆਸਤ ਕਰਨੀ ਕਿੰਨੀ ਕਿੰਨੀ ਮੁਸ਼ਕਲ ਜਾਪਦੀ ਹੈ ਫਿਰ ਮੁਸ਼ਕਲ ਤਾਂ ਬਹੁਤ ਹੈ ਲੇਕਿਨ ਅਗਰ ਸਾਡਾ ਰਸਤਾ ਸਿੱਧਾ ਆ ਅਗਰ ਸਾਡਾ ਰਸਤਾ ਸਿੱਧਾ ਆ ਅਸੀਂ ਸਿਰਫ ਅਗਰ ਆਪਣੇ ਪਿੰਡ ਦੀ ਡਿਵੈਲਪਮੈਂਟ ਬਾਰੇ ਸੋਚਦੇ ਆਂ ਤੇ ਫਿਰ ਅਸੀਂ ਇਹ ਮੁਸ਼ਕਲਾਂ ਜਿਹੜੀਆਂ ਇਹ ਸਾਡੇ ਵਾਸਤੇ ਬਹੁਤ ਘਟ ਰਹਿ ਜਾਂਦੀਆਂ ਨੇ ਹਨਾ ਕਿਉਂਕਿ ਅਗਰ ਅਸੀਂ ਮੁਸ਼ਕਲਾਂ ਨੂੰ ਦੇਖਣ ਲੱਗ ਜਾਈਏ ਫਿਰ ਅਸੀਂ ਅੱਗੇ ਨਹੀਂ ਵੱਧ ਸਕਦੇ ਇੱਕ ਤੁਸੀਂ ਕੋਈ ਆਪਣੇ ਵੱਲੋਂ ਐਜੂਕੇਟ ਕਰ ਰਹੇ ਹੋ ਇਹ ਨੌਜਵਾਨ ਨੇ ਕਿ ਤੁਸੀਂ ਆਓ ਸਾਡਾ ਸਾਥ ਦਿਓ ਤੇ ਸਾਡੇ ਨਾਲ ਅੱਗੇ ਵਧੋ ਜਾਂ ਕਹ ਲਓ ਕਿ ਇੱਕ ਜੇ ਮੈਂ ਪੋਲਿਟਿਕਲ ਜਮਾਤ ਦਾ ਜ਼ਿਕਰ ਕਰਾਂ ਕਿਉਂਕਿ ਸਾਰਾ ਕੁਸ਼ਚਨ ਸਿਆਸਤ ਦੇ ਕੰਟਰੋਲ ਦੇ ਵਿੱਚ ਹੈ ਨਾ ਸਾਡਾ ਦਿਨ ਤੋਂ ਲੈ ਕੇ ਰਾਤ ਤੱਕ ਸਭ ਕੁਝ ਹੋਈ ਤੈ ਕਰਦੇ ਨੇ ਕਿ ਤੁਸੀਂ ਆਓ ਇਸ ਪਾਸੇ ਵੱਲ ਅੱਗੇ ਵਧੋ ਕਿਉਂਕਿ ਨੌਜਵਾਨਾਂ ਦਾ ਸਿਆਸਤ ਦੇ ਵਿੱਚ ਰੁਝਾਨ ਬੜਾ ਘਟਦਾ ਜਾ ਰਿਹਾ ਹੈ ਸੜੀ ਦੇਖੋ ਜੀ ਸ਼ਾਮ ਨੂੰ ਜਿੱਦਾਂ ਸਾਡਾ ਅਸੀਂ ਪਲੇਗਰਾਉਂਡ ਬਣਾਇਆ ਹੋਇਆ ਉੱਥੇ ਬੱਚੇ ਆਉਂਦੇ ਨੇ ਜਾਂ ਜਿਮ ਵਿੱਚ ਆਉਂਦੇ ਨੇ ਸਾਡੇ ਨੌਜਵਾਨ ਔਰ ਸਾਡੀ ਤਕਰੀਬਨ ਰੋਜ਼ਾਨਾ ਹੀ ਗੱਲਬਾਤ ਹੁੰਦੀ ਰਹਿੰਦੀ ਹੈ ਸਾਡੀ ਇਹ ਕੋਸ਼ਿਸ਼ ਰਹਿੰਦੀ ਕਿਉਂਕਿ ਇਹ ਵਾਲੇ ਨੌਜਵਾਨ ਜਿਹੜੇ ਬੱਚੇ ਨੇ ਆਉਣ ਵਾਲੇ ਸਰਪੰਚ ਨੇ ਆਉਣ ਵਾਲੇ ਪੰਚ ਨੇ ਆਉਣ ਵਾਲੇ ਐਮਐਲਏਸ ਨੇ ਹਨਾ ਤੇ ਅਗਰ ਇਹ ਚੀਜ਼ ਇਹਨਾਂ ਨੂੰ ਹੁਣ ਤੋਂ ਹੀ ਸਮਝ ਆਣ ਲੱਗੀ ਕਿ ਕਿਸ ਤਰ੍ਹਾਂ ਅਸੀਂ ਇਹ ਫੀਲਡ 'ਚ ਅੱਗੇ ਵਧਣਾ ਹੈ ਤੇ ਇਹਨਾਂ ਵਾਸਤੇ ਬੈਟਰ ਹੋਏਗਾ ਔਰ ਅਸੀਂ ਇਹ ਚੀਜ਼ ਦੀ ਗੱਲਬਾਤ ਅਸੀਂ ਇਹਨਾਂ ਦੇ ਨਾਲ ਕਰਦੇ ਰਹਿੰਦੇ ਹਾਂ ਜੀ ਔਰ ਤੁਸੀਂ ਅ ਕਈ ਵਾਰ ਹੁੰਦਾ ਨਾ ਕਿ ਬਹੁਤ ਕੁੜੀਆਂ ਹੁੰਦੀਆਂ ਨੇ ਬੀਬੀਆਂ ਹੁੰਦੀਆਂ ਨੇ ਉਹ ਸਰਪੰਚ ਬਣਨਾ ਚਾਹੁੰਦੀਆਂ ਨੇ ਇਸ ਲਾਈਨ 'ਚ ਆਉਣਾ ਚਾਹੁੰਦੀਆਂ ਨੇ ਪਰ ਮਨ ਦੇ ਵਿੱਚ ਝਿਜਕ ਹੁੰਦੀ ਹੈ ਇੱਕ ਕਿਤੇ ਨਾ ਕਿਤੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਅਗਰ ਤੁਹਾਡੀ ਫੈਮਿਲੀ ਦਾ ਤੁਹਾਨੂੰ ਸਪੋਰਟ ਹੈ ਨਾ ਤਾਂ ਤੁਸੀਂ ਕਿਤੇ ਵੀ ਅੱਗੇ ਵਧ ਸਕਦੇ ਹੋ ਕੁਝ ਵੀ ਇੰਪੋਸੀਬਲ ਨਹੀਂ ਹੁੰਦਾ ਇੰਪੋਸੀਬਲ ਸ਼ਬਦ ਬਹੁਤ ਇੱਕ ਜ਼ੀਰੋ ਰਹਿ ਜਾਂਦਾ ਹੈ ਕਿ ਜਦੋਂ ਸਾਡੇ ਚ ਹਿੰਮਤ ਹੁੰਦੀ ਹੈ ਕੁਝ ਕਰਨ ਦੀ ਔਰ ਅਸੀਂ ਜਿੱਦਾਂ ਮੈਂ ਸਲਾਈ ਸੈਂਟਰ ਵੀ ਸਾਡੀ ਸੀ ਓਪਨ ਕੀਤਾ ਹੋਇਆ ਲੇਡੀਜ਼ ਨਾਲ ਤਕਰੀਬਨ ਸਾਡੀ ਰੋਜ਼ਾਨਾ ਹੀ ਗੱਲਬਾਤ ਹੁੰਦੀ ਆ ਔਰ ਅਸੀਂ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਜਿੰਨਾ ਆਤਮ ਵਿਸ਼ਵਾਸ ਮੇਰੇ ਚ ਹੈ ਉਨਾ ਹੀ ਮੋਂਾਂ ਵਿੱਚ ਭਰਨ ਦੀ ਕੋਸ਼ਿਸ਼ ਕਰਾਂ ਜੀ ਬਿਲਕੁਲ ਤੇ ਜਿਵੇਂ ਹੁੰਦਾ ਹੀ ਹੈ ਨਾ ਤੁਸੀਂ ਜੰਗ ਵੀ ਹੋ ਤੇ ਐਕਟਿਵ ਵੀ ਹੋ ਪੋਲੀਟੀਕਲ ਪਾਰਟੀ ਵੀ ਅਪਰੋਚ ਕਰਦੀ ਹੈ ਨੇ ਕਿ ਆਓ ਸਾਡੇ ਨਾਲ ਮਿਲ ਕੇ ਕੰਮ ਕਰੋ ਐਦਾਂ ਦਾ ਕੋਈ ਇਨਸੀਡੈਂਟ ਹੋਇਆ ਕਦੇ ਹੁੰਦਾ ਹੈ ਜੀ ਕਿਉਂਕਿ ਹਰ ਦੇਖੋ ਕੋਈ ਵੀ ਪੋਲੀਟੀਕਲ ਪਾਰਟੀ ਹੈ ਨਾ ਉਹਨੂੰ ਇਸ ਤਰ੍ਹਾਂ ਦੇ ਹੀ ਸਰਪੰਚ ਚਾਹੀਦੇ ਹੁੰਦੇ ਆ ਜਿਹੜੇ ਐਕਟਿਵ ਹੋਣ ਕਿਉਂਕਿ ਕਿਤੇ ਵੀ ਜਿਆਦਾ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਡੀ ਪ੍ਰੋਗਰੈਸ ਜਿਹੜੀ ਉਹ ਤਾਂ ਹੀ ਹੋਏਗੀ ਜੇ ਕਿ ਇਦਾਂ ਇਦਾਂ ਦੇ ਅਸੀਂ ਐਕਟਿਵ ਸਰਪੰਚ ਆਪਣੇ ਨਾਲ ਜੋੜੀਏ ਬਟ ਸਾਡਾ ਮੋਟਿਵੇ ਹੁੰਦਾ ਹੈ ਕਿ ਅਸੀਂ ਪਾਰਟੀ ਬਾਜੂ ਨੂੰ ਇੱਕ ਸਾਈਡ ਤੇ ਰੱਖਿਆ ਹੋਇਆ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਪਾਰਟੀ ਬਾਜੂ ਨੂੰ ਇੱਕ ਅਲੱਗ ਰੱਖ ਕੇ ਅਸੀਂ ਆਪਣੇ ਪਿੰਡ ਦਾ ਕੰਮ ਕਰੀਏ ਕਈ ਵਾਰ ਹੁੰਦਾ ਨਾ ਪੋਲੀਟਿਕਲ ਪਾਰਟੀਆਂ ਕਹਿ ਦਨੀਆਂ ਕਿ ਅੱਜ ਤੁਹਾਨੂੰ ਮੈਲਾ ਪ੍ਰਧਾਨ ਲਾਣੇ ਆ ਹਾਂਜੀ ਜੀ ਕਿਸੇ ਪਾਰਟੀ ਨੇ ਕੀਤੀ ਅਪਰੋਚ ਹਾਂਜੀ ਕੀਤੀ ਹੈ ਜੀ ਜੀ ਕੀਤੀ ਤੋ ਇਸੋਲਾ ਵਾ ਤੁਸੀਂ ਹੋਰ ਬੀਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਦੇਖੋ ਇਹ ਸੁਨੇਹਾ ਦੇਵਾਂ ਚਾਹਾਂਗੀ ਕਿ ਅਗਰ ਮੈਂ ਅੱਗੇ ਹੋ ਕੇ ਕੰਮ ਕਰ ਰਹੀ ਹਾਂ ਤੇ ਦੇਖੋ ਮੈਂ ਅਗਰ ਇੱਕ ਐਗਜ਼ਾਮਪਲ ਸੈੱਟ ਕੀਤਾ ਆ ਤੇ ਆਪਣੇ ਪਿੰਡ ਵਾਸਤੇ ਨਹੀਂ ਬਹੁਤ ਸਾਰੇ ਐਸੇ ਪਿੰਡ ਨੇ ਜਿਨ੍ਹਾਂ ਨੂੰ ਮੈਂ ਜਾਣਦੀ ਆ ਮੈਨੂੰ ਜਾਣਦੇ ਨੇ ਹਨਾ ਲੇਡੀਜ਼ ਜਾਣਦੀਆਂ ਨੇ ਕਿਉਂਕਿ ਅਸੀਂ ਸੈਂਟਰ ਦੇ ਨਾਲ ਜਦੋਂ ਮਿਲੇ ਸੀਗੇ ਐਸਐਜੀ ਗਰੁੱਪ ਅਸੀਂ ਬਣਾਏ ਤਾਂ ਬਹੁਤ ਸਾਰੇ ਨਾਲ ਵਾਲੇ ਦੁਆਲੇ ਦੇ ਪਿੰਡ ਦੀਆਂ ਲੇਡੀਜ਼ ਨੇ ਜਿਹੜੀਆਂ ਮੈਨੂੰ ਜਾਣਦੀਆਂ ਨੇ ਔਰ ਮੋਟੀਵੇਟ ਹੁੰਦੀਆਂ ਨੇ ਮੇਰੇ ਤੋਂ ਔਰ ਮੈਂ ਕੋਸ਼ਿਸ਼ ਵੀ ਕਰਦੀ ਰਹਿਣੀ ਆ ਕਿ ਉਹਨਾਂ ਨੂੰ ਅੱਗੇ ਵਧਦ ਦਿੰਦੀ ਇਹ ਪ੍ਰੇਰਣਾ ਦਾ ਜੀ ਬਿਲਕੁਲ ਸੋ ਇੱਕ ਵਾਰ ਤੁਸੀਂ ਫਿਰ ਦੇਖ ਸਕਦੇ ਹੋ ਕਿ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਰਣਵੀਰ ਕੌਰ ਜੀ ਦੇ ਨਾਲ ਇਹ ਪਿੰਡ ਦਾ ਟੋਬਾ ਦੋਸਤੋ ਟੋਬਾ ਵੇਖ ਕੇ ਲੱਗਦਾ ਨਹੀਂ ਹੈਗਾ ਸਿਰਫ ਨਾਮ ਦਾ ਇੱਕ ਟੋਬਾ ਇਹਦੇ ਤੇ ਜਿੰਨੀ ਸ਼ਿੱਦਤ ਦੇ ਨਾਲ ਕੰਮ ਕੀਤਾ ਗਿਆ ਜਿੰਨੀ ਸ਼ਿੱਦਤ ਦੇ ਨਾਲ ਇਸ ਚੀਜ਼ ਨੂੰ ਅੱਗੇ ਵਧਾਇਆ ਗਿਆ ਖੂਬਸੂਰਤ ਬਣਾਇਆ ਗਿਆ ਵੈਸੇ ਤਾਂ ਦਿਖੋ ਆਮ ਹੀ ਕਿਹਾ ਜਾਂਦਾ ਸਾਡੇ ਕਿ ਪਿੰਡ ਦੀ ਪਛਾਣ ਗੋਹਾਰਿਆਂ ਤੋਂ ਹੋ ਜਾਂਦੀ ਹੈ ਪਿੰਡ ਦੀ ਪਛਾਣ ਟੋਬਿਆਂ ਤੋਂ ਹੋ ਜਾਂਦੀ ਹੈ ਉਹ ਸੱਚਮੁੱਚ ਹੈ ਕਿ ਜਦ ਤੁਸੀਂ ਪਿੰਡ ਦੇ ਵਿੱਚ ਐਂਟਰ ਕਰੋਗੇ ਫਿਰਨੀ ਦੇ ਉੱਪਰ ਟੋਬਾ ਇਹ ਤੇ ਟੋਬੇ ਤੋਂ ਹੀ ਤੁਹਾਨੂੰ ਪਿੰਡ ਦੀ ਪਛਾਣ ਹੋ ਜਾਊਗੀ ਕਿਉਂਕਿ ਜੇਕਰ ਟੋਬਾ ਇੰਨਾ ਖੂਬਸੂਰਤ ਹੈ ਤਾਂ ਪਿੰਡ ਦੇ ਜਿਹੜਾ ਅੰਦਰੂਨੀ ਇੰਟਰਨਲ ਡਿਵੈਲਪਮੈਂਟ ਹੈ ਉਹ ਆਖਰ ਕਿੰਨੀ ਕੁ ਹੋਊਗੀ ਸੋ ਦੋਸਤੋ ਅਸੀਂ ਇਸ ਵੇਲੇ ਮੋਹੀਕਲਾਂ ਟੋਬੇ ਦੇ ਵਿਚਕਾਰ ਖੜੇ ਆਂ ਗੱਲਬਾਤ ਤੋਂ ਪਹਿਲਾਂ ਤੁਸੀਂ ਟੋਬੇ ਦਾ ਜਿਹੜਾ ਦ੍ਰਿਸ਼ ਹੈ ਉਹ ਦੇਖ ਲਓ ਤੁਸੀਂ ਦੇਖੋ ਕਿ ਕਿੰਨਾ ਖੂਬਸੂਰਤ ਬਣਾਇਆ ਹੋਇਆ ਟੋਬਾ ਦੇਖੋ ਕਿ ਕਿੰਨਾ ਖੂਬਸੂਰਤ ਹੈ ਜਿਹੜਾ ਹੋ ਟੋਬਾ ਬਣਾਇਆ ਹੋਇਆ ਹੈ ਇਹ ਅਸੀਂ ਹੁਣ ਬਿਲਕੁਲ ਵਿੱਚ ਖੜੇ ਆ ਟੋਬੇ ਦੇ ਦੇਖੋ ਕਿ ਕਿੰਨੀ ਸ਼ਿੱਦਤ ਦੇ ਨਾਲ ਕਿੰਨੀ ਮਿਹਨਤ ਦੇ ਨਾਲ ਇਹਨਾਂ ਚੀਜ਼ਾਂ ਦੇ ਉੱਪਰ ਕੰਮ ਕੀਤਾ ਗਿਆ ਰਣਵੀਰ ਕੌਰ ਜੀ ਟੋਬੇ ਬਾਰੇ ਥੋੜਾ ਜਿਹਾ ਹੋਰ ਦੱਸੋ ਆਪਾਂ ਹੁਣ ਵਿੱਚ ਖੜੇ ਆ ਬੜਾ ਖੂਬਸੂਰਤ ਤੁਸੀਂ ਬਣਾਇਆ ਹੋਇਆ ਇਹਨੂੰ ਦੇਖੋ ਜੀ ਇਹ ਪ੍ਰੋਜੈਕਟ ਜਦੋਂ ਸਾਡੇ ਕੋਲ EVM ਕੰਪਨੀ ਲੈ ਕੇ ਆਈ ਸੀਗੀ ਤਾਂ ਤੁਹਾਨੂੰ ਇਹ ਪ੍ਰੋਜੈਕਟ ਦੇਖ ਕੇ ਬਹੁਤ ਖੁਸ਼ੀ ਹੋਈ ਸੀਗੀ ਕਿਉਂਕਿ ਸਾਨੂੰ ਵੀ ਲੱਗਦਾ ਸੀਗਾ ਕਿ ਪਿੰਡ ਵਿੱਚ ਕੋਈ ਐਸੀ ਜਗ੍ਹਾ ਐਸੀ ਚੀਜ਼ ਬੰਨੀ ਚਾਹੀਦੀ ਹੈ ਕਿ ਪਿੰਡ ਦੇ ਲੋਕਾਂ ਨੂੰ ਖੁਸ਼ੀ ਮਹਿਸੂਸ ਹੋਏ ਅੱਜ ਜੇਕਰ ਇਹ ਚੀਜ਼ ਬਣ ਚੁੱਕੀ ਆ ਅਸੀਂ ਇੰਨੀ ਮਿਹਨਤ ਕੀਤੀ ਆ ਇਹ ਚੀਜ਼ ਬਣ ਚੁੱਕੀ ਆ ਤਾਂ ਆ ਪਿੰਡ ਦੇ ਜਿੰਨੇ ਵੀ ਲੋਕ ਨੇ ਆਪਣੇ ਰਿਲੇਟਿਵਸ ਨੂੰ ਲੈ ਕੇ ਉਰੇ ਆਂਦੇ ਨੇ ਜਦੋਂ ਤਸਵੀਰਾਂ ਖਿੱਚਦੇ ਆ ਸ਼ੂਟਿੰਗ ਕਰਦੇ ਆ ਤਾਂ ਸਾਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਚਲੋ ਅਸੀਂ ਅਗਰ ਮਿਹਨਤ ਕੀਤੀ ਹੈ ਤੇ ਇਹ ਸਾਡੀ ਮਿਹਨਤ ਰੰਗ ਲਿਆਈ ਹੈ ਜੀ ਜੀ ਬਿਲਕੁਲ ਤੇ ਜਕਰਮਕਲੇ ਟੋਬੇ ਦੇ ਉੱਪਰ ਜਾਣਨਾ ਚਾਹਾਂ ਕਿੰਨੇ ਪੈਸੇ ਲੱਗ ਚੁੱਕੇ ਨੇ ਟੋਬੇ ਤੇ ਜੇਕਰ ਦੇਖਿਆ ਜਾਏ ਤਾਂ 8 ਲੱਖ ਤੋਂ ਉੱਪਰ ਪੈਸਾ ਲੱਗ ਚੁੱਕਾ ਹੈ ਜੀ ਟੋਬੇ ਦੇ ਉੱਪਰ ਜੀ 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 ਤੇ ਇਹਦੀ ਫਿਰ ਨਕਾਸੀ ਤੁਸੀਂ ਕਿੱਥੇ ਰੱਖੀ ਹੋਈ ਹੈ ਮਤਲਬ ਜੇਕਰ ওভারਫਲੋ ਹੋ ਜਾਏ ਖੇਤਖੋਦ ਦੇ ਵਿੱਚ ਕੁਛ ਐਦਾਂ ਦਾ ਹੈਗਾ ওভারਫਲੋ ਜਿੰਨੇ ਵੀ ਅਸੀਂ ਇਹ ਪਾਈਪਸ ਜੀ ਲਗਾਏ ਹੋਏ ਨੇ ওভারਫਲੋ ਹੋ ਗਏ ਆ ਫੇਰ ਫੇਰ ਖੇਤਾਂ 'ਚ ਚਲੇ ਜਾਂਦੇ ਜੀ ਫੇਰ ਖੇਤਾਂ 'ਚ ਚਲੇ ਜਾਂਦੇ ਜੀ 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 ਬਿਲਕੁਲ ਨਵੀਰ ਕੌਰ ਜੀ ਪਿੱਛੇ ਆ ਤੁਸੀਂ ਕਾਦੀ ਇਮਾਰਤ ਤਿਆਰ ਕਰ ਰਹੇ ਹੋ ਇਹ ਸਾਡੀ ਆਂਗਣਵਾੜੀ ਆਲਰੇਡੀ ਬਣੀ ਹੋਈ ਹੈ ਲੇਕਿਨ ਉਹਦੀ ਬਿਲਡਿੰਗ ਅਨਸੇਫ ਹੈ ਫਿਰ ਅਸੀਂ ਇਹ ਦੇਖਿਆ ਕਿ ਹੁਣ ਅਗਰ ਉਹ ਅਨਸੇਫ ਬਿਲਡਿੰਗ ਹੈ ਬੱਚਿਆਂ ਵਾਸਤੇ ਬਹੁਤ ਖਤਰਨਾਕ ਹੈ ਇਸ ਕਰਕੇ ਅਸੀਂ ਆਂਗਣਵਾੜੀ ਦੀ ਇਹ ਬਿਲਡਿੰਗ ਸਟਾਰਟ ਕੀਤੀ ਹੋਈ ਹੈ ਜੀ ਪਹਿਲਾਂ ਪਿੰਡ ਚ ਹੋਣੀ ਹਾਂਜੀ ਪਹਿਲਾਂ ਸਰਕਾਰੀ ਸਕੂਲ ਦੇ ਨਾਲ ਸੀਗੀ ਲੇਕਿਨ ਹਾਂਜੀ ਔਰ ਇਹ ਏਰੀਆ ਅਸੀਂ ਚੁਣਿਆ ਖੂਬਸੂਰਤ ਏਰੀਆ ਹੈ ਤੇ ਨਾਲ ਅਸੀਂ ਸੇਫਟੀ ਵੀ ਬੱਚਿਆਂ ਵਾਸਤੇ ਬਹੁਤ ਹੋ ਜਾਏਗੀ ਜੀ ਸ਼ਿਫਟ ਕਰਕੇ ਹੁਣ ਤੁਸੀਂ ਬਾਹਰ ਲਿਆਏ ਇਸ ਨੂੰ ਹਾਂਜੀ ਇਹ ਸ਼ਿਫਟ ਕਰਕੇ ਅਸੀਂ ਆਂਗਣਵਾੜੀ ਇੱਥ ਫਰ ਹੈ ਤਾਂ ਥੋੜੇ ਹੈ ਜੀ 15 ਤੋਂ 20 ਬੱਚੇ ਆ ਗਰਮਾੜੀ ਚ ਕਿਉਂਕਿ ਅੱਜ ਕੱਲ ਲੋਕ ਛੋਟੀ ਉਮਰ ਚ ਪ੍ਰਾਈਵੇਟ ਸਕੂਲਾਂ ਵਿੱਚ ਪਾ ਲੱਗ ਜਾਂਦੇ ਨੇ ਲੇਕਿਨ ਸਾਡੀ ਕੋਸ਼ਿਸ਼ ਹੈ ਚਲੋ ਜਿੰਨੇ ਵੀ ਬੱਚੇ ਆ ਉਹਨਾਂ ਨੂੰ ਇੱਕ ਅੱਛੀ ਬਿਲਡਿੰਗ ਮਿਲ ਜਾਈ ਜੀ ਉਹਨਾਂ ਨੂੰ ਜੀ ਬਿਲਕੁਲ ਸੋ ਇਹ ਜਿਹੜਾ ਤੁਸੀਂ ਮੇਰੇ ਪਿੱਛੇ ਪ੍ਰੋਜੈਕਟ ਦੇਖ ਰਹੇ ਸੀ ਆ ਸਾਰਾ ਤੁਸੀਂ ਦੇਖ ਰਹੇ ਹੋ ਇਹ ਅੰਗਣਵਾੜੀ ਦੀ ਨਵੀਂ ਇਮਾਰਤ ਬਣ ਰਹੀ ਹੈ ਪਹਿਲਾਂ ਅੰਗਣਵਾੜੀ ਪਿੰਡ ਦੇ ਵਿੱਚ ਸੀ ਬਿਲਡਿੰਗ ਅਨਸੇਫ ਸੀ ਕਹਿੰਦੇ ਕਿ ਨਵੀਂ ਬਿਲਡਿੰਗ ਹੁਣ ਬਣਾਈ ਗਈ ਹੈ ਸੋ ਆਪ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਅਸੀਂ ਪਿੰਡ ਦੇ ਹੋਰ ਵਿਕਾਸ ਸੋ ਦੋਸਤੋ ਹੁਣ ਤੱਕ ਮੈਂ ਪਿੰਡ ਮੋਹੀ ਕਲਾਂ ਦੇ ਟੋਬੇ ਦੇ ਇਰਤ-ਗਿਰਦ ਹੀ ਮੌਜੂਦ ਸੀ ਭਾਵੇਂ ਤੁਸੀਂ ਸਭ ਤੋਂ ਪਹਿਲਾਂ ਲਰਨ ਲੈਬ ਦੇਖੀ ਜਾਂ ਫਿਰ ਡਿਸਪੈਂਸਰੀ ਦੇਖੀ ਹੁਣ ਆਪਾਂ ਓਪਨ ਜਿਮ ਤੇ ਖੜੇ ਆਂ ਜਾਂ ਵੇਸਟ ਮੈਨੇਜਮੈਂਟ ਪਲਾਂਟ ਤੁਸੀਂ ਦੇਖਿਆ ਇਸ ਤੋਂ ਬਾਅਦ ਹੋਰ ਚੀਜ਼ਾਂ ਤੁਸੀਂ ਦੇਖੋਗੇ ਇਹ ਸਾਰੀਆਂ ਚੀਜ਼ਾਂ ਪਿੰਡ ਦੇ ਟੋਬੇ ਦੇ ਟੋਬਾ ਜਿਹੜਾ ਪੱਕਾ ਕੀਤਾ ਹੋਇਆ ਉਹਦੇ ਇਰਤ-ਗਿਰਦ ਹੀ ਨੇ ਹੋਰ ਥਾਵਾਂ ਦੇ ਉੱਪਰ ਅਸੀਂ ਹਲੇ ਤੁਹਾਨੂੰ ਲੈ ਕੇ ਜਾਵਾਂਗੇ ਪਰ ਇਹ ਜਿਮ ਬਾਰੇ ਵੀ ਆਪਾਂ ਜਾਣ ਲੈਨੇ ਆਂ ਓਪਨ ਜਿਮ ਬਾਰੇ ਪਿੰਡ ਦੇ ਵਿੱਚ ਕਲੱਬ ਜਿਮ ਪਿੰਡ ਦੀ ਸ਼ਾਨ ਹੁੰਦੇ ਨੇ ਤੇ ਤੁਸੀਂ ਓਪਨ ਜਿਮ ਐ ਇਹ ਤੇ ਓਪਨ ਜਿਮ ਨੂੰ ਟੋਬੇ ਦੇ ਇਰਦ-ਗਿਰਦ ਦੀ ਸੈਟ ਕੀਤਾ ਹਾਂਜੀ ਦੇਖੋ ਸਾਡੀ ਇਹ ਸੋਚ ਸੀਗੀ ਕਿ ਅਗਰ ਇਹਨਾਂ ਨੂੰ ਅਸੀਂ ਓਪਨ ਜਿਮ ਨੂੰ ਅਸੀਂ ਇਨਡੋਰ ਲਾ ਲਗਾ ਲੈਨੇ ਆ ਤੇ ਇਹ ਦਿੱਕਤ ਹੁੰਦੀ ਕਿਉਂਕਿ ਲੇਡੀਜ਼ ਨੇ ਵੀ ਕਰਨੀ ਹੁੰਦੀ ਹੈ ਜਿਮ ਲੜਕੀਆਂ ਨੇ ਵੀ ਕਰਨੀ ਹੁੰਦੀ ਹੈ ਔਰ ਸਾਨੂੰ ਇਹ ਸੀਗਾ ਕਿ ਇੱਕ ਐਸੀ ਜਗ੍ਹਾ ਤੇ ਲਗਾਈਏ ਜਿੱਥੇ ਉਹ ਲੇਡੀਜ਼ ਜਾਂ ਜੈਂਟਸ ਕਦੀ ਵੀ ਕਿਸੇ ਟਾਈਮ ਵੀ ਜਿਮ ਕਰ ਸਕਦੇ ਆ ਹੈਨਾ ਔਰ ਨਾਲ ਦੀ ਨਾਲ ਮਾਹੌਲ ਖੂਬਸੂਰਤ ਆ ਨਾਲ ਦੀ ਨਾਲ ਪਾਰਕ ਹੈ ਇਹ ਟੋਬਾ ਆ ਔਰ ਇਹ ਖੂਬਸੂਰਤੀ ਦੇਖਦੇ ਦੇਖਦੇ ਲੋਕ ਜਦੋਂ ਸ਼ਾਮ ਨੂੰ ਕਰਦੇ ਨੇ ਤੇ ਸਾਨੂੰ ਵੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਹਾਂ ਜੀ ਬਿਲਕੁਲ ਬਿਲਕੁਲ ਤੇ ਨਾਲ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਪਾਣੀ ਦਾ ਪ੍ਰੋਜੈਕਟ ਲਾਇਆ ਹੋਇਆ ਜਲ ਮੀਨਾਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਦਾ ਪ੍ਰੋਜੈਕਟ ਹੈ ਜਲ ਮੀਨਾਰ ਇਹਦੇ ਬਾਰੇ ਵੀ ਆਪਾਂ ਜਿਹੜਾ ਹੈਗਾ ਉਹ ਪੂਰੀ ਗੱਲਬਾਤ ਸਮਝਾਂਗੇ ਕਿ ਕਿਵੇਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਅੱਗੇ ਇਹਨਾਂ ਵਿਕਾਸ ਕਾਰਜਾਂ ਨੂੰ ਤੋਰਿਆ ਜਾ ਰਿਹਾ ਸੋ ਸਾਡੇ ਨਾਲ ਤੁਸੀਂ ਮੈਡਮ ਇਸ ਬਾਰੇ ਵੀ ਦੱਸੋ ਜਲ ਮੀਨਾਰ ਜਿਹੜਾ ਪ੍ਰੋਜੈਕਟ ਹੈ ਇਹ ਪਿੰਡ 'ਚ ਬਹੁਤ ਐਸੇ ਘਰ ਨਹੀਂ ਜਿਨ੍ਹਾਂ ਜਿਹੜੇ ਉਚਾਈ ਤੇ ਨੇ ਔਰ ਜਿੱਥੇ ਉਹਨਾਂ ਨੂੰ ਬਹੁਤ ਪ੍ਰੋਬਲਮ ਆਂਦੀ ਸੀ ਕਿਉਂਕਿ ਪਿੰਡ ਦਾ ਜਿਹੜਾ ਪਾਣੀ ਸੀ ਉਹਨਾਂ ਘਰਾਂ ਵਿੱਚ ਨਹੀਂ ਪਹੁੰਚਦਾ ਸੀਗਾ ਫਿਰ ਇਸੇ ਤਰੀਕੇ ਨਾਲ ਅਸੀਂ ਅੰਬੂਜਾ ਸੀਮੈਂਟ ਫਾਊਂਡੇਸ਼ਨ ਦੇ ਨਾਲ ਮਿਲ ਕੇ ਇਹ ਜਲ ਮੀਨਾਰ ਜਿਹੜਾ ਸਿਚੁਏਟਿਡ ਕੀਤਾ ਹੈ ਨਾ ਔਰ ਇਹਦੇ ਨਾਲ ਇਹ ਫਾਇਦਾ ਹੋਇਆ ਇੱਕ ਤਾਂ ਇਹਦੇ ਵਿੱਚ ਇਲੈਕਟ੍ਰਿਸਿਟੀ ਦੀ ਜ਼ਰੂਰਤ ਨਹੀਂ ਪੈਂਦੀ ਸੋਲਰ ਸਿਸਟਮ ਦੇ ਨਾਲ ਇਹ ਜਲ ਮিনার ਚੱਲਦਾ ਹੈ ਇਹ ਸੋਲਰ ਸਿਸਟਮ ਨਾਲ ਪੰਪ ਨਾਲ ਫਿਲਟਰ ਪਾਣੀ ਫਿਲਟਰ ਹੋ ਕੇ ਟੈਪਸ ਵਿੱਚ ਆਂਦਾ ਹੈ ਔਰ ਇਹ ਟੈਪਸ ਤੇ ਪਾਣੀ ਕੋਈ ਵੀ ਲੈ ਸਕਦਾ ਹੈ ਚਾਹੇ ਉਹ ਝੁੱਗਿਆਂ 'ਚ ਮਜ਼ਦੂਰ ਬੈਠੇ ਹੋਏ ਨੇ ਚਾਹੇ ਪਿੰਡ ਦੇ ਉਹ ਘਰ ਜਿਨ੍ਹਾਂ ਵਿੱਚ ਪਾਣੀ ਨਹੀਂ ਪਹੁੰਚਦਾ ਕੋਈ ਵੀ ਆ ਕੇ ਇਹਨਾਂ ਨੂੰ ਯੂਜ਼ ਕਰ ਸਕਦਾ ਹੈ ਜੀ ਜੀ ਬਿਲਕੁਲ ਨਹੀਂ ਨਹੀਂ ਬੜਾ ਅੱਛਾ ਇਹ ਤੁਸੀਂ ਦਰਖਤ ਬੜੇ ਸੋਹਣੇ ਲਾਏ ਹੋਏ ਨੇ ਇਹ ਪਿੰਡ ਦੀ ਸ਼ਾਨ ਬਣਾਉਂਦੇ ਨੇ ਹਾਂ ਜੀ ਇਹ ਸਾਡੇ ਜਿਹੜੇ ਪਿੰਡ 'ਚ ਜਿੰਨੇ ਵੀ ਪੌਦੇ ਲੱਗੇ ਹੋਏ ਨੇ ਉਹ ਪਿੰਡ ਦੀ ਪਹਿਚਾਨ ਨੇ ਕਿਉਂਕਿ ਅਸੀਂ ਪੌਦਿਆਂ ਤੋਂ ਹੀ ਜਾਣੇ ਚਾਹੁੰਦੇ ਆ ਜਿੰਨੇ ਵੀ ਬਲੌਕ ਡਿਸਟ੍ਰਿਕਟ ਵਿੱਚ ਪੌਦੇ ਲੱਗੇ ਨੇ ਸਭ ਤੋਂ ਜ਼ਿਆਦਾ ਸਾਡੇ ਪਿੰਡ ਵਿੱਚ ਲੱਗੇ ਹੋਏ ਨੇ ਕਿਉਂਕਿ ਸਾਨੂੰ ਸ਼ੌਕ ਹੈ ਅਸੀਂ ਇਹ ਵਾਤਾਵਰਨ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਆ ਔਰ ਤੁਸੀਂ ਦੇਖੋਗੇ ਅਲੱਗ-ਅਲੱਗ ਤਰ੍ਹਾਂ ਦੇ ਪੌਦੇ ਜਿਹੜੇ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਵੀ ਕਰਦੇ ਨੇ ਚਾਹੇ ਉਹ ਪੌਦੇ ਚਾਹੇ ਉਹ ਮਨਰੇਗਾ ਦੇ ਅਧੀਨ ਮਿਲਦੇ ਨੇ ਚਾਹੇ ਅਸੀਂ ਆਪਣੇ ਵੱਲੋਂ ਵੀ ਬਹੁਤ ਸਾਰੇ ਪੌਦੇ ਲਗਾਨੇ ਆ ਔਰ ਕਈ ਲੋਕ ਐਸੇ ਵੀ ਨੇ ਜਿਹੜੇ ਸਾਨੂੰ ਡੋਨੇਟ ਵੀ ਕਰਦੇ ਔਰ ਜਿੱਥੋਂ ਵੀ ਸਾਨੂੰ ਪੌਦੇ ਮਿਲਦੇ ਆ ਅਸੀਂ ਉਥੋਂ ਹੀ ਲੈ ਕੇ ਅਸੀਂ ਜਿੰਨੇ ਵੀ ਪਿੰਡ ਦੀ ਹਾਲੇਦਵਾਰੀ ਦੀਆਂ ਫਿਰਨੀਆਂ ਨੇ ਜਾਂ ਜਿੰਨੀ ਵੀ ਖਾਲੀ ਜਗ੍ਹਾ ਉਹ ਸਭ ਤੇ ਪੌਦੇ ਲੱਗੇ ਹੋਏ ਨੇ ਜੀ ਬਿਲਕੁਲ ਨਹੀਂ ਦੇਖੋ ਕਿ ਖੂਬਸੂਰਤ ਪਿੰਡ ਬੜਾ ਦੋਸਤੋ ਬਣਾਇਆ ਹੋਇਆ ਬੜਾ ਹੀ ਖੂਬਸੂਰਤ ਪਿੰਡ ਹੈ ਬੜੇ ਵਿਕਾਸ ਦੇ ਜਿਹੜੇ ਪ੍ਰੋਜੈਕਟ ਨੇ ਉਹ ਪਿੰਡ ਦੇ ਵਿੱਚ ਚੱਲ ਰਹੇ ਚੱਲ ਰਹੇ ਨੇ ਰਣਵੀਰ ਕੌਰ ਜੀ ਆਪਣੇ ਨਾਲ ਨੇ ਟੋਬੇ ਦੇ گردੇ گرد ਦੀ ਘੁੰਮਰੀ ਸੀ ਆਪਾਂ ਨੇ ਤੁਸੀਂ ਖੁਦ ਦੇਖਿਆਗੇ ਟੋਬੇ ਦੇ ਆਰ ਦੇ گردੇ ਦੀ ਕਿੰਨੇ ਪ੍ਰੋਜੈਕਟ ਲੱਗੇ ਹੋਏ ਨੇ ਇਸ ਵਾਰ ਤੁਹਾਨੂੰ ਪਿੰਡ ਦੇ ਵਿੱਚ ਲੈ ਕੇ ਚਲਦੇ ਆਂ ਪਿੰਡਾਂ ਦੇ ਵਿੱਚ ਕੀ ਵਿਕਾਸ ਨੇ ਪਿੰਡ ਦੇ ਲੋਕਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਹੋਰ ਆਪਾਂ ਨਰੀਗਾ ਟੀਮ ਜਾਂ ਹੋਰ ਉਹਨਾਂ ਦਾ ਕੰਮਕਾਜ ਦਾ ਤਰੀਕਾ ਵੀ ਸਾਰਾ ਆਪਾਂ ਸਮਝਾਂਗੇ ਮਹੀਕਲਾਂ ਦੇ ਵਿੱਚ ਇਤਿਹਾਸਿਕ ਕਿ ਜਿਹੜੀ ਵਿਰਾਸਤ ਹੈ ਉਸ ਵਿਰਾਸਤ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਪੰਜਾਬ ਦੇ ਉਹ ਸ਼ਹੀਦ ਯੋਧੇ ਜਿਨ੍ਹਾਂ ਨੇ ਆਪਣੇ ਖੂਨ ਦੇ ਨਾਲ ਪੰਜਾਬ ਦੀ ਇਹ ਧਰਤੀ ਸਿੰਜੀ ਤੇ ਸਮੇਂ-ਸਮੇਂ ਦੇ ਉੱਪਰ ਜਿਨ੍ਹਾਂ ਦੇ ਵਿਚਾਰ ਪੰਜਾਬ ਨੂੰ ਮਾਰਗਦਰਸ਼ਨ ਵੀ ਪੰਜਾਬ ਦਾ ਕਰਦੇ ਨੇ ਸੋ ਮੋਹੀਕਲਾਂ ਤੋਂ ਸਰਪੰਚ ਰਣਵੀਰ ਕੌਰ ਜੀ ਸ਼ਹੀਦ ਉਦਮ ਸਿੰਘ ਦੇ ਨਾਮ ਦੇ ਉੱਤੇ ਇੱਕ ਪਾਰਕ ਜਿਹੜੀ ਹੈਗੇ ਨੇ ਡਿਵੈਲਪ ਕਰ ਰਹੇ ਨੇ ਉਸ ਪਾਰਕ ਨੂੰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਸਰਦਾਰ ਉਦਮ ਸਿੰਘ ਹੋਰਾਂ ਦਾ ਜਿਹੜਾ ਬੁੱਤ ਹੈ ਉਹ ਬੁੱਤ ਵੀ ਲਾਇਆ ਗਿਆ ਤੇ ਇਹਦਾ ਜਿਹੜਾ ਪਾਰਕ ਦਾ ਕੰਮ ਹੈ ਬੜੇ ਜੋਰਾ ਸ਼ੋਰਾਂ ਦੇ ਨਾਲ ਉਹ ਕੰਮ ਚੱਲ ਰਿਹਾ ਪੂਰੀ ਨਰੇਗਾ ਦੀ ਜਿਹੜੀ ਟੀਮ ਹੈ ਉਹ ਟੀਮ ਲੱਗੀ ਹੋਈ ਹੈ ਰਣਵੀਰ ਕੌਰ ਜੀ ਸਾਡੇ ਨਾਲ ਨੇ ਇਹ ਆਈਡੀਆ ਤੁਹਾਨੂੰ ਕਿੱਥੋਂ ਆਇਆ ਦੇਖੋ ਜੀ ਬੇਸ਼ੱਕ ਅਸੀਂ ਪ੍ਰੋਗਰੈਸ ਦੇ ਇਹ ਲਾਈਨ ਵਿੱਚ ਬਹੁਤ ਅੱਗੇ ਜਾ ਰਹੇ ਆਂ ਪਰ ਜੇਕਰ ਅਸੀਂ ਆਪਣੇ ਯੋਧਿਆਂ ਨੂੰ ਭੁੱਲ ਗਏ ਜਿਨ੍ਹਾਂ ਨੂੰ ਸਾਨੂੰ ਆਜ਼ਾਦੀ ਦਿਵਾਈ ਅਸੀਂ ਉਹਨਾਂ ਨੂੰ ਭੁੱਲ ਗਏ ਤਾਂ ਫਿਰ ਇਹ ਸਾਡੀ ਪ੍ਰੋਗਰੈਸ ਕਿਸੇ ਵੀ ਕੰਮ ਦੀ ਨਹੀਂ ਹੈ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਆਉਣ ਵਾਲੇ ਸਾਡੇ ਫਿਊਚਰ ਬੱਚੇ ਨੇ ਅਗਰ ਅਸੀਂ ਇਹਨਾਂ ਨੂੰ ਪ੍ਰੈਕਟੀਕਲੀ ਜਿਸ ਤਰ੍ਹਾਂ ਇਹਤ ਅਸੀਂ ਇਮੇਜ ਲਗਾਈ ਹੋਈ ਹੈ ਜਿਨ੍ਹਾਂ ਦੀ ਅਗਰ ਪ੍ਰੈਕਟੀਕਲੀ ਇਹਨਾਂ ਚੀਜ਼ਾਂ ਨੂੰ ਦੇਖਣਗੇ ਤੇ ਉਹਨਾਂ ਦੇ ਮਾਈਂਡ 'ਚ ਹਮੇਸ਼ਾ ਰਹੇਗਾ ਕਿ ਇਹਨਾਂ ਯੋਧਿਆਂ ਨੇ ਸਾਡੇ ਵਾਸਤੇ ਕੀ ਕੀਤਾ ਸੀਗਾ ਜੀ ਜੀ ਤੇ ਹੋਰ ਕੀ ਕੀ ਇਸ پارک ਦੇ ਵਿੱਚ ਤੁਸੀਂ ਜੀ ਮੈਂ ਜ਼ਿਕਰ ਕਰ ਰਹੇ ਸੀਗੇ ਦੀਵਾਨ ਟੋਡਰਮ ਦੀ ਫੈਮਿਲੀ ਜਾਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਜੀ ਦੇਖੋ ਇਹ ਬਾਹਰੀ ਸਾਈਡ ਜਿਹੜਾ ਵੀ ਆਉਣ ਜਾਣ ਵਾਲੀ ਲੋਕ ਨੇ ਇਹ ਸੀ ਫਲੈਕਸ ਲਗਾਵਾਂਗੇ ਜਿੰਨੀ ਵੀ ਮਹਾਰਾਜ ਰਣਜੀਤ ਸਿੰਘ ਜੀ ਦਲੀਪ ਸਿੰਘ ਜੀ ਉਹਨਾਂ ਦੀ ਫੈਮਿਲੀ ਔਰ ਦੀਵਾਨ ਟੋਡਰਮਾਲ ਜੀ ਉਹ ਜਿਸ ਤਰ੍ਹਾਂ ਦੇ ਮਤਲਬ ਕਿ ਜੋ ਸਾਡਾ ਪਹਿਲਾ ਇਤਿਹਾਸ ਸੀਗਾ ਉਹ ਅਸੀਂ ਉਸ ਨੂੰ ਛਾਪਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹ ਬੱਚਿਆਂ ਦੇ ਮਾਈਂਡ 'ਚ ਛਾਪ ਜਾਵੇ ਜੀ ਯਾਦ ਰਹਿਣ ਚ ਜਾਓ ਜੀ ਉਹ ਯਾਦ ਰਹਿਣ ਹਾਂਜੀ ਕਿਉਂਕਿ ਨਹੀਂ ਤਾਂ ਸਾਡੇ ਬੱਚੇ ਤਾਂ ਅੱਗੇ ਅੱਗੇ ਭੁੱਲਦੇ ਜਾ ਰਹੇ ਆ ਜੀ ਬਿਲਕੁਲ ਹਾਂਜੀ ਤੁਸੀਂ ਤੁਸੀਂ ਦੇਖੋ ਕਿ ਜਿਹੜੀ ਪਾਰਕ ਹੈ ਪਾਰਕ ਦਾ ਕੰਮ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਹੈ ਕਾਫੀ ਵੱਡੀ ਇਹ ਪਾਰਕ ਹੈ ਤੇ ਉੱਧਰ ਬੈਠਣ ਦਾ ਵੀ ਬੰਦ ਰਿਹਾ ਸਾਹਮਣੇ ਜਿਹੜੇ ਝੁੱਲੇ ਨੇ ਉਹ ਵੀ ਲਾਏ ਜਾ ਰਹੇ ਨੇ ਰਾਤ ਦੀਆਂ ਲਾਈਟਾਂ ਦਾ ਇੱਥੇ ਜਿਹੜਾ ਹੈਗਾ ਤੁਸੀਂ ਦੇਖੋ ਕਿ ਖਾਸ ਪ੍ਰਬੰਧ ਹੈ ਪਾਣੀ ਦੇ ਫੁਆਰੇ ਇੱਥੇ ਜਿਹੜੇ ਹੈਗੇ ਨੇ ਉਹ ਲਾਏ ਜਾਣਗੇ ਪੂਰੀ ਯਾਨੀ ਕਿ ਕਹਿ ਲਓ ਕਿ ਜਿਹੜੀਆਂ ਵੱਡੀਆਂ ਸ਼ਹਿਰਾਂ ਦੇ ਵਿੱਚ ਪਾਰਕਾਂ ਹੁੰਦੀਆਂ ਨੇ ਉਹਨਾਂ ਪਾਰਕਾਂ ਨੂੰ ਵੀ ਮਾਤ ਪਾਉਂਦੀ ਇਹ ਪਾਰਕ ਹੋਊਗੀ ਉਹ ਇਸ ਕਰਕੇ ਕਿਉਂਕਿ ਜਿਹੜੇ ਸ਼ਹੀਦਾਂ ਦੀਆਂ ਯਾਦਗਾਰਾਂ ਨੇ ਉਹ ਯਾਦਗਾਰਾਂ ਇਸ ਪਾਰਕ ਦੇ ਵਿੱਚ ਸਟੈਬਲਿਸ਼ ਕੀਤੀਆਂ ਜਾਣਗੀਆਂ ਸਥਾਪਿਤ ਕੀਤੀਆਂ ਜਾਣਗੀਆਂ ਪੰਚਾਇਤ ਦੀ ਇੱਕ ਟੀਮ ਹੁੰਦੀ ਹੈ ਸਰਪੰਚ ਦੀ ਇੱਕ ਟੀਮ ਹੁੰਦੀ ਹੈ ਨਰੇਗਾ ਦੀ ਟੀਮ ਜਿਹਦੇ ਆਸਰੇ ਦੇ ਉੱਪਰ ਪਿੰਡ ਦੇ ਜਿਹੜੇ ਵਿਕਾਸ ਕਾਰਜ ਨੇ ਉਹ ਵਿਕਾਸ ਕਾਰਜ ਅੱਗੇ ਤੁਰਦੇ ਨੇ ਤੇ ਮੋਹੀ ਕਲਾਂ ਦੀ ਜਿਹੜੀ ਟੀਮ ਹੈ ਉਹ ਸਰਪੰਚ ਰਣਵੀਰ ਕੌਰ ਜੀ ਨਾਲ ਸਾਰੇ ਇੱਥੇ ਮੌਜੂਦ ਨੇ ਜਿਹੜੇ ਉਦਮ ਸਿੰਘ ਜੀ ਦੇ ਨਾਮ ਦੇ ਉੱਪਰ ਪਾਰਕ ਬਣਾਈ ਜਾ ਰਹੀ ਹੈ ਜਿੱਥੇ ਤੁਸੀਂ ਦੇਖਿਆ ਕਿ ਜਿਹੜਾ ਬੁੱਤ ਵੀ ਐਸਟੈਬਲਿਸ਼ ਕੀਤਾ ਗਿਆ ਬੁੱਤ ਵੀ ਉਹ ਤੇ ਨਾਲੋਂ ਨਾਲ ਹੋਰ ਇਤਿਹਾਸਿਕ ਜਿਹੜੇ ਬੁੱਤ ਨੇ ਉਹ ਵੀ ਲਾਏ ਜਾ ਰਹੇ ਨੇ ਤਾਂ ਉਸ ਪਾਰਕ ਦੇ ਵਿੱਚ ਅਸੀਂ ਇਸ ਵੇਲੇ ਮੌਜੂਦਾਂ ਸਰਪੰਚ ਰਣਵੀਰ ਕੌਰ ਜੀ ਤੇ ਪੂਰੀ ਨਰੇਗਾ ਦੀ ਟੀਮ ਉਹਨਾਂ ਦੇ ਨਾਲ ਹੈ ਸੋ ਰਣਵੀਰ ਕੌਰ ਜੀ ਜਿਹੜੀ ਨਰੇਗਾ ਦੀ ਟੀਮ ਹੁੰਦੀ ਹੈ ਜੇਕਰ ਸਹੀ ਸਹੀ ਵਰਤਿਆ ਜਾਵੇ ਇਸ ਟੀਮ ਨੂੰ ਤਾਂ ਵਿਕਾਸ ਫਿਰ ਅੱਗੇ ਤੁਰਦਾ ਤੁਹਾਡਾ ਕੀ ਐਕਸਪੀਰੀਅੰਸ ਹੈ ਨਰੇਗਾ ਦੀ ਟੀਮ ਦੇ ਬਾਰੇ ਦੇਖੋ ਜੀ ਇਕੱਲਾ ਸਰਪੰਚ ਜਾਂ ਇਕੱਲੀ ਪੰਚਾਇਤ ਕੁਝ ਨਹੀਂ ਕਰ ਸਕਦੀ ਹੈ ਨਾ ਜਿੰਨੀ ਦੇਰ ਤੱਕ ਜਿੰਨੀ ਵੀ ਤੁਸੀਂ ਆਲੇ-ਦੁਆਲੇ ਸਫਾਈ ਦੇਖ ਰਹੇ ਹੋ ਅਗਰ ਅਸੀਂ ਇਹਦੇ ਵਿੱਚ ਨੰਬਰ 1 ਹਾਂ ਤੇ ਆਂ ਤੇ ਇਹ ਇਹਨਾਂ ਸਦਕਾ ਹੀ ਆ ਕਿਉਂਕਿ ਇਹ ਦਿਨ-ਰਾਤ ਮਿਹਨਤ ਕਰਦੇ ਨੇ ਜੋ ਵੀ ਵਰਕ ਇਹਨਾਂ ਨੂੰ ਦਿੱਤਾ ਜਾਂਦਾ ਜੋ ਵੀ ਕੰਮ ਦੱਸਿਆ ਜਾਂਦਾ ਪੂਰੀ ਮਿਹਨਤ ਨਾਲ ਪੂਰੀ ਸ਼ਿੱਦਤ ਨਾਲ ਇਹ ਕੰਮ ਕਰਦੇ ਨੇ ਸਹੀ ਬਿਲਕੁਲ ਰਣਵੀਰ ਕੌਰ ਜੀ ਕਿੰਨੇ ਸੋਡੇ ਰੱਗਾ ਦੀ ਟੀਮ ਦੇ ਵਿੱਚ ਜਿਹੜੇ ਮੈਂਬਰ ਨੇ ਹਾਂਜੀ 35 ਤੋਂ 40 ਪਰਸੈਂਟ ਜਿਹੜੇ ਤੁਹਾਡੇ ਵਰਕ ਕਰ ਰਹੇ ਨੇ ਫਿਲਹਾਲ ਹਾਂਜੀ ਵੈਸੇ ਤੋਂ 60 ਤੋਂ 70 ਹੈਗੇ ਨੇ ਸਾਡੇ ਮੰਡੇ ਦਾ ਵਰਕਰਸ ਹਾਂਜੀ ਹਾਂਜੀ ਜੋਬ ਕਾਰਡ ਬਣੇ ਹੋਏ ਨਹੀਂ ਲੇਕਿਨ ਫਿਰ ਹਾਲ 35 ਤੋਂ 40 ਨਹੀਂ ਜਿਹੜੇ ਕੰਮ ਕਰ ਰਹੇ ਨੇ ਜੀ ਜੀ ਬਿਲਕੁਲ ਮਾਤਾ ਜੀ ਤੁਹਾਡਾ ਪਿੰਡ ਬੜਾ ਸੋਨਾ ਬਣਾਇਆ ਰਣਵੀਰ ਕੌਰ ਜੀ ਨੇ ਤੁਹਾਨੂੰ ਅਵਾਰਡ ਵੀ ਮਿਲੇ ਨੇ ਪਿੰਡ ਨੂੰ ਇਸ ਨੂੰ ਤੇ ਜਦੋਂ ਪੰਜਾਬ ਦੇ ਆਪਾਂ ਕਹਿੰਦੇ ਆ ਕਿ ਕਿਤੇ ਵੀ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਜਾਂ ਬਾਹਰ ਬੈਠੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੱਲ ਚੱਲਦੀ ਹੈ ਕਿ ਪੰਜਾਬ ਦੇ ਪਿੰਡ ਸੋਹਣੇ ਨੇ ਤਾਂ ਥੋੜੇ ਪਿੰਡ ਦਾ ਵੀ ਜੀ ਕਰਾਉਂਦਾ ਕਿ ਮੋਹੀ ਕਲਾਂ ਵੀ ਬੜਾ ਸੋਹਣਾ ਪਿੰਡ ਹੈ ਉੱਥੋਂ ਦੇ ਲੋਕਾਂ ਨੇ ਬੜੀ ਮਿਹਨਤ ਦੇ ਨਾਲ ਸਿੱਦਕਤ ਨਾਲ ਸਾਰੀਆਂ ਗੱਲਾਂ ਕੀਤੀਆਂ ਨੇ ਕਿਹੋ ਜਿਹਾ ਲੱਗਦਾ ਉਹ ਤੁਹਾਨੂੰ ਵਧੀਆ ਲੱਗਦਾ ਜੀ ਇਹ ਤੁਹਾਨੂੰ ਵਧੀਆ ਲੱਗਦਾ ਹਾਂਜੀ ਸਰਪੰਚ ਨੇ ਬਹੁਤ ਵਧੀਆ ਕੰਮ ਕੀਤੇ ਹੋਏ ਨੇ ਇਹ ਛੱਪੜ ਸੀਗੇ ਇੱਥੇ ਹੁਣ ਬਣ ਗਿਆ ਬਹੁਤ ਵਧੀਆ ਬਣ ਗਿਆ ਜੀ ਸਾਡੇ ਬੱਚਿਆਂ ਲਈ ਖੇਡਣ ਵਾਸਤੇ ਤਾਂ ਬਹੁਤ ਗੰਦਗੀ ਸੀ ਹੁਣ ਬਹੁਤ ਸਾਫ ਸੁਥਰਾ ਹੋ ਗਿਆ ਮੇਰੇ ਕੋਲੇ ਟੀਮ ਦੀ ਕਿਹ ਸ਼ਿਕਾਇਤ ਰਹਿੰਦੀ ਕਿ ਸਾਡੇ ਪੈਸੇ ਸਮੇਂ ਸਿਰ ਨਹੀਂ ਆਉਂਦੇ ਥੋੜੇ ਆਉਂਦੇ ਨੇ ਸਮੇਂ ਸਿਰ ਪੈਸੇ ਹਾਂਜੀ ਆਉਂਦੇ ਆ ਜੀ ਥੋੜੇ ਸਮੇਂ ਸਿਰ ਆਉਂਦੇ ਹਨ ਜਨਵੀਰ ਜੀ ਉਹ ਬਹੁਤ ਪੰਡਾ ਦਾ ਵੀ ਸਮੱਸਿਆ ਆਉਂਦੀ ਹੈ ਕਿ ਉਹ ਉਹਨਾਂ ਦੇ ਆਉਂਦੇ ਨਹੀਂ ਹੈਗੇ ਪੈਸੇ ਕੀ ਗੱਲ ਹੈ ਉਹ ਸਹੀ ਤਰੀਕੇ ਨਾਲ ਨਹੀਂ ਪੂਰੀ ਕਾਰਵਾਈ ਫੋਲੋ ਕਰਦੇ ਹੈਗੇ 2 ਮਹੀਨੇ ਆ ਜਾਂਦੇ ਨੇ ਰੁੱਕ ਕੇ ਪੈਸੇ ਆ ਰਹੇ ਆ ਜੀ ਹਾਂ ਹਾਂਜੀ ਆ ਰਹੇ ਰੁੱਕ ਕੇ ਆ ਜਾਂਦੇ ਨੇ ਕਈ ਵਾਰ ਪ੍ਰੋਬਲਮ ਹੋ ਜਾਂਦੀ ਦੋ ਦੋ ਮਹੀਨੇ ਦੇ ਵਿੱਚ ਕੀ ਤਿਆਰਵਾ ਕੀ ਕੀ ਦਿੱਕਤ ਰਹਿੰਦੀ ਕਈ ਵਾਰ ਹੋ ਜਾਂਦਾ ਹੈ ਕਿ ਕੋਈ ਟੈਕਨੀਕਲ ਪ੍ਰੋਬਲਮ ਪਿੱਛੇ ਰਹਿ ਜਾਂਦੀ ਹੈ ਜਾਂ ਕੋਈ ਖਾਤਾ ਕਿਸੇ ਦਾ ਕੋਈ ਹੋਰ ਹੁੰਦਾ ਹੈ ਜਿਸ ਕਰਕੇ ਪ੍ਰੋਬਲਮ ਆਂਦੀ ਹੈ ਲੇਕਿਨ ਸਾਡੀ ਪਿੰਡ ਚ ਇਹਨਾ ਨਹੀਂ ਹੈ ਅਗਰ ਕਿਸੇ ਦੀ ਪ੍ਰੋਬਲਮ ਆਂਦੀ ਵੀ ਹੈ ਤੇ ਅਸੀਂ ਟਾਈਮ ਟੂ ਟਾਈਮ ਜਾ ਕੇ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਇਹ ਵੀ ਗੱਲ ਚੱਲਦੀ ਕਿ ਵੀ ਕਈ ਪੰਡਾਂ ਚ ਆਪਣੇ ਜਿਹੜੇ ਫੈਮਿਲੀ ਮੈਂਬਰ ਹੁੰਦੇ ਨੇ ਸਰਪੰਚ ਉਹਨਾਂ ਤੋਂ ਨਿਰਗੱ ਚ ਨਾਮ ਪਾ ਲੈਂਦੇ ਨੇ ਇਦਾਂ ਹੁੰਦਾ ਪੰਚਾਇਤਾਂ ਚ ਨਹੀਂ ਜੀ ਬਾਕੀ ਪੰਚਾਇਤਾਂ ਦਾ ਤੇ ਮੈਂ ਕਹਿ ਨਹੀਂ ਸਕਦੀ ਲੇਕਿਨ ਮੇਰੀ ਫੈਮਿਲੀ 'ਚ ਐਸਾ ਕੋਈ ਨਹੀਂ ਆ ਕਿਉਂਕਿ ਸਾਡੀ 4 ਮੈਂਬਰਸ ਦੀ ਫੈਮਿਲੀ ਐ ਮੇਰੇ ਬੱਚੇ ਆ ਔਰ ਅਸੀਂ ਹਸਬੰਡ ਵਾਈਫ ਆ ਹਸਬੰਡ ਵਾਈਫ ਅਸੀਂ ਸਾਰਾ ਦਿਨ ਪਿੰਡ ਦੇ ਕੰਮ ਤੇ ਲੱਗੇ ਰਹਿੰਦੇ ਆ ਮੈਂ ਸਰਪੰਚ ਆ ਮੇਰੇ ਹਸਬੰਡ ਨੰਬਰਦਾਰ ਨੇ ਔਰ ਸਾਡੇ ਬੱਚੇ ਆ ਸਕੂਲ ਜਾਂਦੇ ਆ ਅਸੀਂ ਫੈਮਿਲੀ ਦਾ ਕੋਈ ਸਾਡੇ ਇਸ਼ੂ ਨਹੀਂ ਹੈ ਜੀ ਜੀ ਬਿਲਕੁਲ ਉਸ ਤੋਂ ਅਸੀਂ ਇੱਕ ਇਸ ਵੇਲੇ ਇੱਕ ਹੋਰ ਪ੍ਰੋਜੈਕਟ ਦੇ ਉੱਪਰ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਟੋਬਾ ਆਈ ਵੀ ਪਿੰਡ ਦਾ ਛੋਟਾ ਟੋਬਾ ਤੇ ਇੱਥੇ ਹੁਣ ਕੰਮ ਚੱਲ ਰਿਹਾ ਜਿਵੇਂ ਤੁਸੀਂ ਉੱਥੇ ਜਿਵੇਂ ਸਾਰਾ ਕੁਝ ਸਥਾਪਿਤ ਕੀਤਾ ਗਿਆ ਕਹਿੰਦੇ ਕਿ ਇਸ ਨੂੰ ਵੀ ਬਣਾਵਾਂਗੇ ਇਸ ਨੂੰ ਜਿੰਨਾਕ ਏਰੀਆ ਉਹ ਉਹਨੇ ਕੀ ਏਰੀਆ ਨੂੰ ਡਿਵੈਲਪ ਕੀਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਕੰਮ ਹੈ ਉਹ ਕੰਮ ਵੀ ਸ਼ੁਰੂ ਹੋ ਗਿਆ ਜਿਵੇਂ ਨਰੇਗਾ ਦੀ ਟੀਮ ਲੱਗੀ ਹੋਈ ਹੈ ਉਹ ਆਪਣੇ ਤੌਰ ਦੇ ਉੱਪਰ ਕੰਮ ਕਰ ਰਹੇ ਨੇ ਜਾਂ ਜਿਹੜੇ ਦਰਖਤ ਨੇ ਬੂਟੇ ਨੇ ਛੋਟੇ ਛੋਟੇ ਪੌਦੇ ਨੇ ਉਹ ਵੀ ਇੱਥੇ ਲਾਏ ਗਏ ਨੇ ਯਾਨੀ ਕਿ ਨਰਸਰੀ ਟਾਈਪ ਵੀ ਇੱਥੇ ਡਿਵੈਲਪ ਕੀਤਾ ਜਾ ਰਿਹਾ ਸੋ ਇਹ ਸਾਰਾ ਇਨ ਪ੍ਰੋਸੈਸ ਹੈ ਜਿਹੜਾ ਸਾਰਾ ਵਰਕ ਹੈ ਇਹ ਤਾਂ ਸਾਡੇ ਨਾਲ ਰਣਵੀਰ ਕੌਰ ਜੀ ਖੜੇ ਨੇ ਪ੍ਰਭਜੋਤ ਜੀ ਨੇ ਰਣਵੀਰ ਕੌਰ ਜੀ ਦੇ ਹਸਬੰਡ ਨੇ ਨੰਬਰਦਾਰ ਵੀ ਨੇ ਸਰਦਾਰ ਬਲਬੀਰ ਸਿੰਘ ਬਲਬੀਰ ਸਿੰਘ ਜੀ ਕਿਵੇਂ ਤੁਸੀਂ ਦੇਖਦੇ ਹੋ ਕਿ ਤੁਹਾਡੇ ਹਾਲਾਂਕਿ ਬੜੇ ਘੱਟ ਲੋਕਾਂ ਨੂੰ ਇਹ ਚੀਜ਼ਾਂ ਨਸੀਬ ਹੁੰਦੀਆਂ ਨੇ ਕਿ ਤੁਹਾਡੇ ਹੱਥਾਂ ਦੇ ਵਿੱਚ ਤੁਸੀਂ ਪਿੰਡ ਨੂੰ ਅੱਗੇ ਲੈ ਕੇ ਜਾ ਰਹੇ ਹੋ ਜਿਹੜਾ ਵਿਕਾਸ ਹੈ ਤੁਹਾਡੀ ਉਹਦੀਆਂ ਵਿੱਚ ਹੋ ਰਿਹਾ ਸਾਰਾ ਕੁਝ ਉਹ ਕਿਉਂਕਿ ਵਿਜ਼ਨ ਤੁਹਾਡਾ ਸੀ ਸੋਚ ਤੁਹਾਡੀ ਸੀ ਉਦੋਂ ਹੀ ਉਹ ਗਰਾਊਂਡ ਦੇ ਉੱਪਰ ਇੰਪਲੀਮੈਂਟ ਹੋਈ ਸਾਡਾ ਤੇ ਮਤਲਬ ਇਹੀ ਸ਼ੁਰੂ ਚ ਰਿਆ ਸੀ ਵੀ ਪਿੰਡ ਨੂੰ ਸਾਫ ਸੁਥਰਾ ਬਣਾਉਣਾ ਤੇ ਵਧੀਆ ਤਰੀਕੇ ਨਾਲ ਨੂੰ ਮੋਟੀਵੇਟ ਕਰਕੇ ਹਰ ਇੱਕ ਚੀਜ਼ ਨੂੰ ਡਵੈਲਪ ਇਸ ਤਰੀਕੇ ਨਾਲ ਕਰਨਾ ਸੀ ਵੀ ਹਰ ਇੱਕ ਪੌਂਡ ਦੇ ਨਾਲ ਟਰੈਕ ਬਣੇ ਜਿਹੜਾ ਲੋਕ ਸੈਰ ਸਪਟਾ ਕਰਨ ਨਾਲ ਪਾਰਗ ਹੋਵੇ ਬੈਠਣ ਓਪਨ ਜਿਮ ਲੱਗਣ ਝੁੱਲੇ ਵਗੈਰਾ ਹਰ ਅਸੀਂ ਹਰ ਇੱਕ ਪੱਖੋਂ ਉਧਰ ਵੀ ਤੁਸੀਂ ਜਿੱਤਾਂ ਦੇਖਿਆ ਉੱਦਵੀ ਅਸੀਂ ਸੈਟਅਪ ਕੀਤਾ ਇੱਧਰ ਵੀ ਕੀਤਾ ਹੈ ਜੀ ਇੱਥੇ ਬਹੁਤ ਗੰਦਗੀ ਸੀ ਜੀ ਕੋਈ ਆਣ ਜਾਣ ਨੂੰ ਕੋਈ ਰਸਤਾ ਨਹੀਂ ਸੀ ਖੋ ਜਨੀ ਸੀ ਪਿੰਡ ਦਾ ਨਿਕਾਸ ਬਿਲਕੁਲ ਰੁਕ ਚੁੱਕਾ ਸੀ ਅਚ 40% ਪਾਣੀ ਪਿੰਡ ਦਾ ਆ ਰਿਹਾ ਜੀ ਸਾਰੀ ਗੰਦਗੀ ਦੂਰ ਹੋ ਗਈ ਜੀ ਪਿੰਡ ਦੀ ਜੀ ਬਿਲਕੁਲ ਰਣਵੀਰ ਕੌਰ ਜੀ ਥੋੜਾ ਜਿਆ ਇਸ ਪ੍ਰੋਜੈਕਟ ਬਾਰੇ ਵੀ ਦੱਸ ਦੋ ਦੇਖੋ 40% ਜਿੰਨਾ ਵੀ ਪਾਣੀ ਹੈ ਜਿ ਘਰਾਂ ਦਾ ਉਹ ਇਸ ਛੱਪੜ ਵਿੱਚ ਆਂਦਾ ਸੀਗਾ ਔਰ ਜਿਸ ਤਰ੍ਹਾਂ ਕਿ ਤੁਸੀਂ ਬਿਫੋਰ ਆਫਟਰ ਦੀ ਹੁਣ ਤਸਵੀਰ ਦੇਖੋਗੇ ਤੇ ਇਹ ਛੱਪੜ ਵੀ ਤਕਰੀਬਨ ਤਕਰੀਬਨ ਖਤਮ ਹੋ ਗਿਆ ਸੀਗਾ ਔਰ ਸਾਡੀ ਸੋਚ ਸੀ ਕਿ ਅਗਰ ਇਹ ਛੱਪੜ ਇਦਾਂ ਖਤਮ ਹੁੰਦੇ ਗਏ ਤੇ ਜਿਹੜਾ ਘਰਾਂ ਦਾ ਪਾਣੀ ਹੈ ਕਿੱਥੇ ਜਾਏਗਾ ਕੱਲ ਨੂੰ ਅਗਰ ਬਰਸਾਤਾ ਵੀ ਆਉਂਦੀਆਂ ਨੇ ਤੇ ਫਿਰ ਇਹਦੇ ਨਾਲ ਕੀ ਹੋਏਗਾ ਕਿ ਪਾਣੀ ਬਰਸਾਤਾ ਦਾ ਘਰਾਂ 'ਚ ਪੜੇਗਾ ਹੁਣ ਇਹ ਮੂਜੇ ਸੀਮੈਂਟ ਫਾਊਂਡੇਸ਼ਨ ਮੂਜਾ ਐਂਡ ਐਚ ਡੀ ਐਫ ਸੀ ਜਿਹੜਾ ਜਿਹੜਾ ਸੁਮੇਲ ਹੈ ਉਹਦੇ ਨਾਲ ਅਸੀਂ ਰਲ ਮਿਲ ਕੇ ਇਹ ਪਾਉਣ ਦੀ ਫਿਰ ਸ਼ੁਰੂਆਤ ਕੀਤੀ ਇਹਦੇ ਦੀ 60 40 ਦੀ ਰੇਸ਼ਿਓ ਸੀਗੀ 40% ਸਾਡਾ ਪੰਚਾਇਤ ਸਾਈਡ ਤੋਂ ਸੀਗਾ ਔਰ ਇਹਦੇ ਨਾਲ ਹੁਣ ਟਰੈਕ ਬਣ ਰਿਹਾ ਜਿਹੜੇ ਕਿ ਮਰੇਗਾ ਦੇ ਅਧੀਨ ਬਣ ਰਿਹਾ ਕਿਉਂਕਿ ਅਗਰ ਆਸ-ਪਾਸੇ ਟਰੈਕ ਹੋਣਗੇ ਪੌਦੇ ਹੋਣਗੇ ਖੂਬਸੂਰਤੀ ਹੋਏਗੀ ਤਾਂ ਹੀ ਪਿੰਡ ਦੇ ਲੋਕ ਘੁੰਮਣਗੇ ਫਿਰਨਗੇ ਸੈਰ-ਸਪਾਟਾ ਕਰਨਗੇ ਜੀ ਬਿਲਕੁਕੁਲ ਪ੍ਰਭ ਜੋਜੀ ਹੋਰ ਹਾਂ ਦਾ ਕਿੰਨੇ ਪਰਸੈਂਟ ਇਹਦੇ ਚ ਯੋਗਦਾਨ ਹੈ ਪਿੰਡ ਦੇ ਡਿਵੈਲਪਮੈਂਟ ਚ ਹਾਂਜੀ ਇਹ ਮੂਜੇ ਸਿਮੇਂਟ ਫਾਊਂਡੇਸ਼ਨ ਵੱਲੋਂ ਇਹ ਐਫਐਫ ਨੇ ਜਿਹੜੇ ਕਿ ਮੋਹੀ ਘੁਰਦੌਰ ਮੋਹੀ ਕਲਾ ਦੀ ਇਹ ਸਾਰੀ ਸੰਭਾਲ ਕਰਦੇ ਨੇ ਹਾਂਜੀ ਔਰ ਇਹਨਾਂ ਵੱਲੋਂ ਬਹੁਤ ਜ਼ਿਆਦਾ ਇਹ ਜਿੰਨਾ ਦੇ ਜਿੰਨਾ ਵੀ ਕੰਮ ਅੰਬੂਜਾ ਸਾਈਡ ਵੱਲੋਂ ਹੁੰਦਾ ਆ ਉਹਦੀ ਸਾਰੀ ਦੇਖਰੇ ਕੇ ਹੀ ਕਰਦੇ ਨੇ ਜੀ ਇੱਥੇ ਜੀ ਤੁਹਾਡਾ ਵੀ ਕਾਫੀ ਯੋਗਦਾਨ ਹੈ ਪਿੰਡ ਦੀ ਡਿਵੈਲਪਮੈਂਟ ਦੇ ਹਾਂਜੀ ਸਰ ਜੀ ਜਿਵੇਂ ਕਿ ਹੁਣ ਪ੍ਰੋਜੈਕਟ ਅੰਬੂਜਾ ਸਾਈਡ ਤੋਂ ਲੱਗੇ ਹੋਏ ਨੇ ਇਹਨਾਂ ਦੀ ਮੋਨਿਟਰਿੰਗ ਕਰਨੀ ਹੋਰ ਰਿਪੋਰਟ ਦੇਣੀ ਚਾਹੀਦੀ ਆਫਲਾਈਨ ਚਾਹੀ ਆਨਲਾਈਨ ਉਹ ਮੇਰੇ ਦੁਆਰਾ ਹੀ ਦਿੱਤੀ ਜਾਂਦੀ ਕਿਸਾਨ ਸਿੰਚਾਈ ਲਈ ਇਰੀਗੇਸ਼ਨ ਦੇ ਲਈ ਆਪਣੇ ਖੇਤ ਦੇ ਲਈ ਟੋਬੇ ਦੇ ਵਿੱਚੋਂ ਪਾਣੀ ਚੱਕਦੇ ਨੇ ਕਿਸਾਨ ਸਾਡੇ ਨਾਲ ਨੇ ਤੇ ਬਜ਼ੁਰਗੋ ਕੀ ਨਾਮ ਹੈ ਤੁਹਾਡਾ ਜਸਵੰਤ ਸਿੰਘ ਜੀ ਜਸਵੰਤ ਸਿੰਘ ਜੀ ਤੁਸੀਂ ਸਿੰਚਾਈ ਲਈ ਪਾਣੀ ਚੱਕਦੇ ਹੋ ਤੇ ਹੁਣ ਕੰਮ ਵੀ ਚੱਲ ਰਿਹਾ ਦਾ ਕਾਫੀ ਕੁਝ ਸੌਖਾ ਵੀ ਹੋ ਗਿਆ ਰਣਵੀਰ ਕੌਰ ਜੀ ਲੱਗੇ ਹੋਏ ਨੇ ਕਿੰਨਾ ਤੁਸੀਂ ਮੰਨਦੇ ਹੋ ਕਿ ਹਾਂ ਸੱਚਮੁੱਚ ਜਿਹੜਾ ਹੈਗਾ ਵਿਕਾਸ ਸਾਡੇ ਪਿੰਡਾਂ ਦਾ ਹੋਇਆ ਤੇ ਕਿਸਾਨਾਂ ਨੂੰ ਵੀ ਸੌਖਾ ਰਿਹਾ ਟੋਬੇ ਦੇ ਵਿੱਚੋਂ ਪਾਣੀ ਚੱਕਣ ਦਾ ਦੇਖੋ ਜੀ ਮੇਰੀ ਉਮਰ 80 ਸਾਲ ਦੇ ਕਰੀਬ ਹੋ ਗਈ ਜੀ ਇਹੋ ਜਿਹਾ ਕੋਈ ਸਰਪੰਚ ਨਹੀਂ ਆਇਆ ਜਿਨੇ ਕੋਈ ਕੰਮ ਕੀਤਾ ਹੋਵੇ ਪਿੰਡ ਵਾਸਤੇ ਜੀ ਸਭ ਨੇ ਆਪਣਾ পেট ਭਰਿਆ ਹੁਣ ਇਹਨਾਂ ਨੂੰ ਜਦੋਂ ਇਹ ਬਣੇ ਆ ਪਿੰਡ ਦੀ ਨੁਹਾਰ ਬਦਲ ਗਈ ਸਾਰੀ ਹੁਣ ਸਾਨੂੰ ਇਹ ਤਾਂ ਪਾਣੀ ਦਾ ਬੜਾ ਸੌਖਾ ਕੰਮ ਹੈ ਫਸਲ ਚੰਗੀ ਹੁੰਦੀ ਪਾਣੀ ਨਾਲ ਜੀ ਤੁਹਾਨੂੰ ਬਹੁਰੀ ਖੁਸ਼ੀ ਹੈ ਕਿ ਪਿੰਡ ਬੜਾ ਸੋਹਣਾ ਬਣ ਗਿਆ ਬਹੁਤ ਵਧੀਆ ਬਣਿਆ ਜੀ ਤੇ ਸੌਖਾ ਵਾਲਾ ਹੋ ਗਿਆ ਜਿਵੇਂ ਦੇਖੋਗੇ ਤੁਸੀਂ ਟਰੈਕਟਰ ਲਾਇਆ ਹੋਇਆ ਤੇ ਨਹੀਂ ਤਾਂ ਗਾਰੇ ਚ ਟਰੈਕਟਰ ਗੜ ਜਾਂਦਾ ਪੱਕੇ ਰਸਤੇ ਨੇ ਹੁਣ ਸਮਝ ਨਹੀਂ ਆਉਂਦਾ ਜੀ ਬਹੁਤ ਬੁਰਾ ਹਾਲ ਸੀ ਸੀ ਇਹਦਾ ਇਹਨਾਂ ਦੀ ਹਿੰਮਤ ਬਹੁਤ ਦੋਸਤ ਰਣਵੀਰ ਕੌਰ ਜੀ ਸਰਪੰਚ ਮੋਹੀਕਲਾ ਆਪਣੇ ਨਾਲ ਨੇ ਲਗਾਤਾਰ ਵਿਕਾਸ ਜਿਹੜੇ ਪ੍ਰੋਜੈਕਟ ਪਿੰਡ ਦੇ ਵਿੱਚ ਉlijke ਨੇ ਜਾਂ ਜਿਹੜੇ ਕੰਪਲੀਟ ਹੋ ਗਏ ਉਹਨਾਂ ਦੇ ਉੱਪਰ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਰਹੇ ਹਾਂ ਤੁਸੀਂ ਦੇਖ ਵੀ ਸਕਦੇ ਹੋ ਕਿ ਇੱਕ ਹੋਰ ਟੋਬੇ ਦੇ ਉੱਪਰ ਅਸੀਂ ਮੌਜੂਦ ਹਾਂ ਸੋ ਜਿਹੜੇ ਪਿੰਡ ਦੇ ਟੋਬੇ ਨੇ ਵਿੱਚ ਦਾ ਪਿੰਡ ਦਾ ਇੱਕ ਟੋਬਾ ਨਹੀਂ ਕਿਸੇ ਤੋਂ ਸਾਹਮ ਹੁੰਦਾ ਪਰ ਤਿੰਨ ਟੋਬੇ ਨੇ ਜਿਹੜੇ ਬੇਹੱਦ ਖੂਬਸੂਰਤ ਬਣਾਏ ਨੇ ਤੋ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇਗੇ ਪਿੰਡ ਦੀ ਫਿਰਨੀ ਦੇ ਉੱਪਰ ਇਹ ਟੋਬਾ ਬਿਲਕੁਲ ਕਵਰ ਕਰਕੇ ਸਟੋਬੇ ਨੂੰ ਕਿ ਕੋਈ ਬੱਚਾ ਕੋਈ ਜੀਵ ਜੰਤੂ ਕੋਈ ਮਾਲ ਲੰਗਰ ਕਦੇ ਅੰਦਰ ਨਾ ਜਾ ਸਕੇ ਬੜੇ ਤਰੀਕੇ ਨਾਲ ਸਾਰੀ ਇਹਦੀ ਬਾਉਂਡਿੰਗ ਕੀਤੀ ਗਈ ਹੈ ਤੇ ਨਾਲ ਨਾਲ ਪਾਣੀ ਦੀ ਨਿਕਾਸੀ ਦੇ ਲਈ ਜਿਹੜੇ ਇੰਜਣ ਨੇ ਇੰਜਣ ਵੀ ਇੱਥੇ ਮੌਜੂਦ ਨੇ ਜਿੱਥੋਂ ਜਿਹੜੇ ਕਿਸਾਨ ਨੇ ਕਿਸਾਨ ਪਾਣੀ ਲੈ ਸਕਦੇ ਨੇ ਤੇ ਜੇਕਰ ਪਾਣੀ ਖੇਤਾਂ ਦੇ ਵਿੱਚ ਜ਼ਿਆਦਾ ਹੋ ਜੇ ਪਾਣੀ ਇੱਥੇ ਕੱਢ ਵੀ ਸਕਦੇ ਨੇ ਲੋਡ ਹੋਵੇ ਤਾਂ ਪਾਣੀ ਇੱਥੋਂ ਲੈ ਵੀ ਸਕਦੇ ਨੇ ਰਣਵੀਰ ਕੌਰ ਜੀ ਆਪਣੇ ਨਾਲ ਨੇ ਤੇ ਨੇ ਟੋਬਾ ਨੇ ਰਣਵੀਰ ਕੌਰ ਜੀ ਤਿੰਡੇ ਤੇ ਖੜੇ ਆ ਤਿੱਜੇ ਤੇ ਆਪਾਂ ਵਿੱਚ ਤਾਂ ਇੱਕ ਟੋਬਾ ਨਹੀਂ ਪਿੰਡ ਦੀ ਪੰਚਾਇਤ ਤੋਂ ਸਾਫ ਹੁੰਦਾ ਤੁਸੀਂ ਤਿੱਜਾ ਵੀ ਬੜਾ ਖੂਬਸੂਰਤ ਬਣਾਇਆ ਹਾਂਜੀ ਕਿਉਂਕਿ ਟੋਬੇ ਨੂੰ ਖੂਬਸੂਰਤ ਬਣਾਣ ਦੀ ਲੋੜ ਇਸ ਕਰਕੇ ਪੈ ਗਈ ਸੀ ਕਿਉਂਕਿ ਦੇਖੋ ਇਹ ਟੋਬਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਘਰਾਂ ਦੇ ਨੇੜੇ ਸੀਗਾ ਹੈਨਾ ਔਰ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਸੀ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਚ ਵੜ ਜਾਂਦਾ ਸੀਗਾ ਮੱਛਰ ਮੱਖੀ ਬਹੁਤ ਮਤਲਬ ਪਰੇਸ਼ਾਨ ਸੀਗੇ ਲੋਕ ਇਸ ਚੀਜ਼ ਤੋਂ ਔਰ ਦੂਸਰੀ ਗੱਲ ਇਹ ਸੀ ਕਿ ਜਿਸ ਤਰ੍ਹਾਂ ਹੁਣ ਜ਼ਮੀਨ ਤੁਸੀਂ ਹਾਲਤ ਵਾਲੇ ਜ਼ਮੀਨ ਦੇਖ ਸਕਦੇ ਹੋ ਗੁਰਦੁਆਰੇ ਦੀ ਜ਼ਮੀਨ ਹੈ ਪੰਚਾਇਤੀ ਜ਼ਮੀਨ ਹੈ ਉਹ ਜ਼ਮੀਨ ਵਾਸਤੇ ਵੀ ਪਾਣੀ ਦੀ ਲੋੜ ਸੀਗੀ ਕਿਉਂਕਿ ਇਹ ਤੁਸੀਂ ਇੰਜਨ ਲੱਗੇ ਦੇਖ ਸਕਦੇ ਹੋ ਕਿ ਪਹਿਲਾਂ ਇਹ ਟੋਬਾ ਬਿਲਕੁਲ ਖਤਮ ਹੋ ਚੁੱਕਾ ਸੀਗਾ 5 ਫੁੱਟ ਦਲਦਲ ਸੀਗੀ ਔਰ ਸਾਨੂੰ ਇਹਨੂੰ ਬਣਾਉਣ ਤੇ ਵੀ ਬਹੁਤ ਦਿੱਕਤ ਆਈ ਹੁਣ ਲੋਕਾਂ ਨੂੰ ਬਹੁਤ ਫਾਇਦਾ ਆ ਪਾਣੀ ਜਿਹੜਾ ਇੰਜਨ ਨਾਲ ਸਿੰਚਾਈ ਕਰਦੇ ਨੇ ਲੋਕ ਔਰ ਅਗਰ ਉਹ ਓਵਰਫਲੋ ਹੋ ਵੀ ਜਾਂਦਾ ਹੈ ਤਾਂ ਉਹ ਸਾਡਾ ਨੈਕਸਟ ਜਿਹੜਾ ਵੱਡਾ ਛੱਪੜ ਹੈ ਉਹਦੇ ਵਿੱਚ ਚਲਾ ਜਾਂਦਾ ਹੈ ਜੀ ਜੀ ਬਿਲਕੁਲ ਬਿਲਕੁਲ ਬੜਾ ਖੂਬਸੂਰਤ ਸੀ ਜਿਹੜਾ ਹੈਗਾ ਕੰਮ ਕੀਤਾ ਹੋਇਆ ਇਹਦੀ ਲਾਗਤ ਕੀ ਹੈ ਵੈਸੇ ਇਹਦੀ ਲਗ ਅਪਰੋਕਸ ਪੌਣੀ 6 ਲੱਖ ਜਿਹੜਾ ਪੰਚਾਇਤ ਸਾਈਡ ਤੋਂ ਹੋਇਆ ਸੀਗਾ ਬਾਕੀ 7 ਤੋਂ 8 ਲੱਖ ਦੇ ਵਿੱਚ ਵਿੱਚ ਅੰਬੂਜ਼ਾ ਫਾਊਂਡੇਸ਼ਨ ਵੱਲੋਂ ਇਹ ਸਹਿਯੋਗ ਦਿੱਤਾ ਗਿਆ ਜੀ ਕਾਫੀ ਐਨ ਜੀਓਸ ਨਾਲ ਤੁਸੀਂ ਜਾਂ ਜਿਹੜੀਆਂ ਸੰਸਥਾਵਾਂ ਨਾਲੋਂ ਜੁੜੇ ਹੋ요 ਜਿੱਥੇ ਤੁਹਾਨੂੰ ਵਿੱਤੀ ਸਹਾਇਤਾ ਮਿਲਦੀ ਹੈ ਹਾਂਜੀ ਕਿਉਂਕਿ ਦੇਖੋ ਨੋਲਿਜ ਇਜ਼ ਦਾ ਕੀ ਆਫ ਸਕਸੈਸ ਹੈਨਾ ਐਸੀ ਸਮਝਦੇ ਆਂ ਔਰ ਜਦੋਂ ਅਮੂਜੇ ਫਾਊਂਡੇਸ਼ਨ ਸਾਡੇ ਨਾਲ ਮਿਲੀ ਉਹਨਾਂ ਨੇ ਆਗੇ ਸਾਨੂੰ ਦੱਸਿਆ ਕਿ ਸੀਐਸਆਰ ਕੀ ਕੀ ਹੁੰਦਾ ਆ ਸੀਐਸਆਰ ਐਕਟੀਵਿਟੀਜ਼ ਬਾਰੇ ਸਰਪੰਚੀਸ ਨੂੰ ਪਤਾ ਹੀ ਨਹੀਂ ਹੈ ਕਿ ਕਿ ਬਹੁਤ ਸਾਰੀਆਂ ਐਸੀ ਇੰਡਸਟਰੀਜ਼ ਨੇ ਬਹੁਤ ਸਾਰੀਆਂ ਐਸੀਆਂ ਕੰਪਨੀਆਂਜ਼ ਨੇ ਜਿਹੜੀਆਂ ਸੀਐਸਆਰ ਕਰਦੀਆਂ ਨੇ ਹੈਨਾ ਕਿਉਂਕਿ ਉਹਨਾਂ 2% ਲਗਾਣਾ ਹੁੰਦਾ ਆ ਔਰ ਜਦੋਂ ਸਾਨੂੰ ਨੋਲਿਜ ਮਿਲੀ ਫਿਰ ਅਸੀਂ ਉਹਨਾਂ ਦਾ ਪੱਲਾ ਨਹੀਂ ਛੱਡਿਆ ਔਰ ਅਸੀਂ ਇਹ ਕੋਸ਼ਿਸ਼ ਕੀਤੀ ਰਹੀ ਹੈ ਕਿ ਇਹ ਸੀਐਸਆਰ ਅੰਡਰ ਜਿੰਨੇ ਵੀ ਵਰਕ ਸਾਡੇ ਪਿੰਡ ਵਿੱਚ ਹੋ ਸਕਣ ਔਰ ਇਹਦੇ ਹਾਂਜੀ ਵੀ ਵੱਚੜ ਕੇ ਸੀ ਹਿੱਸਾ ਲੈ ਰਹੇ ਆਂ ਜੀ ਦੋਸਤੋ ਇਸ ਵੇਲੇ ਅਸੀਂ ਮੋਹੀ ਕਲਾ ਪਿੰਡ ਦੇ ਵਿਰਾਸਤ ਕਾਮਨ ਸੈਂਟਰ ਦੇ ਵਿੱਚ ਮੌਜੂਦ ਆ ਸਰਪੰਚ ਰਣਵੀਰ ਕੌਰ ਜੀ ਆਪਣੇ ਨਾਲ ਨੇ ਇਹਦੀਆਂ ਕੀ ਸਰਵਿਸ ਨੇ ਇਹਦੀਆਂ ਕੀ ਸਵਾਮਾਂ ਨੇ ਉਹ ਵੀ ਜਾਣਾਂਗੇ ਮੈਡਮ ਥੋੜਾ ਜਿਹਾ ਸੈਂਟਰ ਬਾਰੇ ਵੀ ਦੱਸੋ ਦੇਖੋ ਲਿਖਿਆ ਵੀ ਹੋਇਆ ਕਿ ਬੇਟੀ ਬਚਾਓ ਬੇਟੀ ਪੜਾਓ ਜ਼ਿਆਦਾਤਰ ਦਰਸ਼ਕ ਤਾਂ ਸਾਡੇ ਸਮਝ ਗਏ ਹੋਣਗੇ ਜੀ ਹਾਂਜੀ ਦੇਖੋ ਜੀ ਜਿੱਦਾਂ ਤੁਸੀਂ ਬਾਕੀ ਦੇ ਪ੍ਰੋਜੈਕਟ ਦੇਖਦੇ ਆਏ ਹੋ ਕਿ ਉਹ ਅਸੀਂ ਬੱਚਿਆਂ ਦੀ ਐਜੂਕੇਸ਼ਨ ਤੇ ਵਰਕ ਕੀਤਾ ਆ ਅਸੀਂ ਵਾਤਾਵਰਣ ਤੇ ਵਰਕ ਕੀਤਾ ਪਾਣੀ ਬਚਾਨ ਤੇ ਕੀਤਾ ਆ ਜਾਂ ਸਾਫ਼ ਸੁਥਰਾ ਅਸੀਂ ਮਾਹੌਲ ਬਣਾਇਆ ਹੈ ਨਾ ਇਹਦੇ ਨਾਲ ਨਾਲ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਜਿਹੜੀਆਂ ਸਾਡੀਆਂ ਪਿੰਡ ਦੀਆਂ ਔਰਤਾਂ ਨੇ ਜਨੀਆਂ ਘਰ ਵਿੱਚ ਰਹਿੰਦੀਆਂ ਨੇ ਅਸੀਂ ਇਹਨਾਂ ਨੂੰ ਵੀ ਇੱਕ ਐਸਾ ਚੀਜ਼ ਬਣਾ ਕੇ ਦੇਈਏ ਜਿਹਦੇ ਨਾਲ ਇਹ ਇੱਕ ਸੈਲਫ ਡਿਪੈਂਡੈਂਟ ਹੋ ਜਾਣ ਉਹਨਾਂ ਨੂੰ ਲੋਡ ਨਾ ਰਹੇ ਕਿ ਹਾਂ ਅਸੀਂ ਕੋਈ ਛੋਟਾ-ਛੋਟਾ ਖਰਚਾ ਕਰਨਾ ਹੈ ਤੇ ਇਹਦੇ ਵਾਸਤੇ ਸਾਨੂੰ ਆਪਣੀ ਫੈਮਿਲੀ ਮੈਂਬਰਸ ਤੇ ਡਿਪੈਂਡ ਹੋਣਾ ਪਾਏ ਇਸ ਕਰਕੇ ਅਸੀਂ ਵਿਰਾਸਤ ਕਾਮਨ ਫੈਸਿਲਿਟੀ ਸੈਂਟਰ ਦੀ ਅਸੀਂ ਇਹ ਸਟਾਰਟਿੰਗ ਕੀਤੀ ਜਿਹਦੇ ਵਿੱਚ ਪਿੰਡ ਦੀਆਂ ਲੇਡੀਜ਼ ਨੂੰ ਜਾਂ ਐਸਐਚਜੀ ਗਰੁੱਪ ਜਿਹੜੇ ਸਾਡੇ ਬਣੇ ਹੋਏ ਆ ਉਹਦੇ ਵਿੱਚ ਲੇਡੀਜ਼ ਨੂੰ ਫ੍ਰੀ ਆਫ ਕਾਸਟ ਟ੍ਰੇਨਿੰਗ ਦਿੱਤੀ ਜਾਂਦੀਆਂ ਨੇ ਔਰ ਇਹ ਜਿੰਨਾ ਵੀ ਮਟੀਰੀਅਲ ਜਾਂ ਟ੍ਰੇਨਿੰਗਸ ਨੇ ਮੂਜਾ ਸਾਈਡ ਤੋਂ ਕਰਵਾਈਆਂ ਜਾਂਦੀਆਂ ਨੇ ਦੇਖੋ ਕਿ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਕਿੰਨਾ ਖੂਬਸੂਰਤ ਜਿਹੜਾ ਹੈਗਾ ਬਣਾਇਆ ਹੋਇਆ ਕਿੰਨੇ ਸੋਹਣੇ ਜਿਹੜੇ ਥਾਟ ਨੇ ਉਹ ਦਿਵਾਰਾਂ ਦੇ ਉੱਪਰ ਲਿਖੇ ਹੋਏ ਨੇ ਪਾਰਕ ਕਿੰਨੀ ਸੋਹਣੀ ਹੈ ਜਿਹੜੀ ਉਹ ਬਣਾਈ ਹੋਈ ਹੈ ਪਾਰਕਾਂ ਦੇ ਉੱਪਰ ਤੁਸੀਂ ਬੜਾ ਜਿਹੜਾ ਖਾਸ ਧਿਆਨ ਦਿੱਤਾ ਪਾਰਕਾਂ ਦੇ ਉੱਪਰ ਦੇਖੋ ਵਾਤਾਵਰਨ ਤੇ ਬਚਾਉਣਾ ਸਾਡੇ ਹੱਥ ਵਿੱਚ ਹੈ ਅਗਰ ਅਸੀਂ ਕਹਿ ਦਿੰਨੇ ਕਿ ਜਿਹੜੀਆਂ ਤ੍ਰਾਸਦੀਆਂ ਹੁੰਦੀਆਂ ਨੇ ਜਿਹੜੀਆਂ ਕੁਦਰਤ ਕਰਦੀ ਆ ਉਹ ਤਾਂ ਸਾਡੇ ਹੱਥ 'ਚ ਨਹੀਂ ਲੇਕਿਨ ਆਪਣੇ ਵਾਤਾਵਰਨ ਨੂੰ ਬਚਾਉਣਾ ਤਾਂ ਸਾਡੇ ਹੱਥ ਵਿੱਚ ਹੈ ਜੋ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਆ ਤੁਹਾਨੂੰ ਅੰਦਰ ਲੈ ਕੇ ਚੱਲਦੇ ਹ ਸੋ ਹੁਣ ਦੋਸਤੋ ਅਸੀਂ ਸੈਂਟਰ ਦੇ ਅੰਦਰ ਆ ਗਏ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰ ਅੰਦਰ ਦੀ ਜਿਹੜੀ ਤਸਵੀਰ ਹੈ ਰਣਵੀਰ ਕੌਰ ਜੀ ਦੱਸ ਰਹੇ ਸੀ ਕਿ ਪਹਿਲਾਂ ਇਹ ਧਰਮਸ਼ਾਲਾ ਹੁੰਦੀ ਸੀ ਬੜੀ ਪੁਰਾਣੀ ਧਰਮਸ਼ਾਲਾ ਬੜੀ ਖਸਤਾ ਹਾਲ ਸੀ ਇਹ ਧਰਮਸ਼ਾਲਾ ਦੀ ਤੇ ਇਹਦੇ ਤੇ ਦੁਬਾਰੇ ਕੰਮ ਕਰਕੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਹੁਣ ਅੰਦਰ ਬੜਾ ਸ਼ਾਨਦਾਰ ਬਣਿਆ ਹੋਇਆ ਸिलाई ਸੈਂਟਰ ਚੱਲਦਾ ਹੈ ਕਈ ਤਰ੍ਹਾਂ ਦੇ ਇਹਦੇ ਵਿੱਚ ਪ੍ਰੋਜੈਕਟ ਚੱਲਦੇ ਨੇ ਜਿੱਥੇ ਨੌਜਵਾਨ ਕੁੜੀਆਂ ਪਾਰਟਿਸਿਪੇਟ ਕਰਦੀਆਂ ਨੇ ਕੰਮ ਕਰਦੀਆਂ ਨੇ ਆਪਣਾ ਰੋਜ਼ਗਾਰ ਇੱਥੋਂ ਹੋਲ ਚਲਾਉਂਦੀਆਂ ਨੇ ਜਿੰਨੀਆਂ ਨਵੀਆਂ ਕੁੜੀਆਂ ਨੇ ਨਵੇਂ ਬੱਚੇ ਨੇ ਉਹ ਸਾਰਾ ਕੁਝ ਸਿੱ ਤੇ ਸਿੱਖਦੇ ਨੇ ਨਾਲੋਂ ਨਾਲ ਐਗਜ਼ੀਬਿਸ਼ਨ ਲੱਗਦੀਆਂ ਨੇ तमाम ਤਰ੍ਹਾਂ ਦੇ ਉਹਨਾਂ ਸਾਰੀ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਉਹ ਭਾਗ ਲੈਂਦੀਆਂ ਨੇ ਸੋਚਦਾ ਤਾਂ ਵੀ ਰਣਵੀਰ ਕੌਰ ਜਿੱਦੋਂ ਜਾਣਾਂਗੇ ਰਣਵੀਰ ਕੌਰ ਜੀ ਬੜਾ ਖੂਬਸੂਰਤ ਬਣਾਇਆ ਹੋਇਆ ਤੁਸੀਂ ਇਹ ਵੀ ਹਾਂਜੀ ਇਹੀ ਸਾਡੀ ਕੋਸ਼ਿਸ਼ ਹੈ ਕਿ ਕਿ ਲੇਡੀਜ਼ ਦੇ ਕੁ ਅੱਜਕੱਲ ਹਾਊਸ ਵਾਈਫ ਬਣ ਕੇ ਰਹਿ ਗਈਆਂ ਚਾਹੇ ਉਹ ਪੜੀਆਂ ਚਾਹੇ ਉਹ ਨਾ ਪੜਨੇ ਲੇਕਿਨ ਇਹ ਸਾਡੀ ਕੋਸ਼ਿਸ਼ ਹੈ ਕਿ ਅਗਰ ਉਹ ਘਰ ਚ ਵੀ ਨੇ ਤਾਂ ਕੁਛ ਨਾ ਕੁਛ ਐਸਾ ਸਿੱਖਣ ਜਿਹੜੀਆਂ ਸਿੱਖ ਕੇ ਸੈਲਫ ਡਿਪੈਂਡੈਂਟ ਬਣਨ ਔਰ ਅੱਗੇ ਜਾ ਕੇ ਆਪਣੀ ਕਮਾਈ ਦਾ ਇੱਕ ਸਾਧਨ ਕਮਾ ਸਕਣ ਕਿਉਂਕਿ ਨੋ ਡਾਊਟ ਕਿ ਸਾਡੇ ਫਾਦਰ ਜਾਂ ਸਾਡੇ ਬ੍ਰਦਰ ਜਾਂ ਸਾਡੇ ਹਸਬੰਡਸ ਕਮਾਉਂਦੇ ਨੇ ਪਰ ਸੈਲਫ ਡਿਪੈਂਡੈਂਟ ਹੋਣਾ ਵੀ ਅੱਜਕੱਲ ਬਹੁਤ ਜ਼ਰੂਰੀ ਹੈ ਜੀ ਜੀ ਬਿਲਕੁਲ ਤੁਸੀਂ ਐਕਸਪਲੋਰ ਵੀ ਕਰ ਰਹੇ ਹੋ ਇਸ ਨੂੰ ਸਾਰ ਨੂੰ ਦੱਸ ਰਹੇ ਸੀ ਕਿ ਅੱਗੇ ਐਗਜ਼ਿਬਿਸ਼ਨ ਵੀ ਲੱਗਦੀਆਂ ਨੇ ਉੱ ਆ ਟ੍ਰੇਨਿੰਗ ਸਾਰੀਆਂ ਇੱਥੇ ਲੱਗਦੀਆਂ ਨੇ ਉਹ ਟ੍ਰੇਨਿੰਗ ਤੋਂ ਬਾਅਦ ਜੋ ਵੀ ਸਾਨੂੰ ਕੰਮ ਸੀ ਸਾਰੀਆਂ ਲੇਡੀਆਂ ਇੱਥੇ ਕਰਦੀਆਂ ਨੇ ਉਹ ਸੀ ਐਗਜ਼ਿਬਿਸ਼ਨਸ ਰਾਈ ਉਹ ਚੀਜ਼ਾਂ ਸੀ ਸੇਲ ਕਰਵਾਨੀਆਂ ਕਿਉਂਕਿ ਆਮਦਨ ਦਾ ਸਾਧਨ ਵੀ ਸਾਡਾ ਉਹੀ ਹੈ ਜਿਆਦਾ ਤੋਂ ਜਿਆਦਾ ਸਾਡਾ ਜਿਹੜਾ ਸਮਾਨ ਉਹ ਸਾਡਾ ਐਗਜ਼ਿਬਿਸ਼ਨ ਵਿੱਚ ਜਾਂਦਾ ਹੈ ਨੇ ਦੋਸਤੋ ਇਸ ਵੇਲੇ ਅਸੀਂ ਮੋਹੀ ਕਲਾਂ ਦੇ ਜਿਹੜੇ ਪ੍ਰਾਇਮਰੀ ਸਕੂਲ ਦੇ ਬਾਹਰ ਮੌਜੂਦ ਆ ਸਰਪੰਚ ਰਣਵੀਰ ਕੌਰ ਜੀ ਆਪਣੇ ਨਾਲ ਨੇ ਸਕੂਲ ਨੂੰ ਬੜਾ ਖੂਬਸੂਰਤ ਬਣਾਇਆ ਗਿਆ ਸੋ ਆਓ ਤੁਹਾਨੂੰ ਚੱਲਦੇ ਆਂ ਆਪਾਂ ਅੰਦਰ ਲੈ ਕੇ ਅੰਦਰ ਜਿਹੜਾ ਹੈਗਾ ਦਿਖਾਣੇ ਆ ਕਿ ਅੰਦਰ ਜਿਹੜੀ ਸਕੂਲ ਦੀ ਖੂਬਸੂਰਤੀ ਹੈ ਉਹਨੂੰ ਕਿਵੇਂ ਅੱਗੇ ਵਧਾਇਆ ਗਿਆ ਤੁਹਾਨੂੰ ਲੈ ਕੇ ਚੱਲਦੇ ਆਂ ਸਕੂਲ 'ਚ ਅੱਜ ਐਤਵਾਰ ਦਾ ਦਿਨ ਹੈ ਜਦੋਂ ਅਸੀਂ ਵੀਡੀਓ ਸ਼ੂਟ ਕਰ ਰਹੇ ਹਾਂ ਤੇ ਹੁਣ ਪਿੰਡ ਦੇ ਅਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਖੜੇ ਆ ਬੜਾ ਖੂਬਸੂਰਤ ਜਿਹੜਾ ਹੈਗਾ ਤੁਸੀਂ ਦੇਖੋ ਕਿ ਸਕੂਲ ਇਹ ਬਣਾਇਆ ਗਿਆ ਇੱਕ ਤਾਂ ਸਫਾਈ ਪੱਖੋਂ ਸਿਕਿਉਰਿਟੀ ਪੱਖੋਂ ਤੇ ਦੂਜਾ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਦੇ ਜਿਹੜੇ ਕਲਰ ਕੰਬੀਨੇਸ਼ਨ ਨੇ ਉਹ ਬੜੇ ਸੋਹਣੇ ਜਿਹੜੇ ਹੈਗੇ ਨੇ ਉਹ ਬਣਾਏ ਹੋਏ ਨੇ ਬਾਕੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਚੀਜ਼ਾਂ ਸਾਡੇ ਸਮਾਜ ਦੇ ਲਈ ਜ਼ਰੂਰੀ ਹੁੰਦੀਆਂ ਨੇ ਜਿਵੇਂ ਅਸੀਂ ਐਜੂਕੇਸ਼ਨ ਦੀ ਗੱਲ ਕਰਦਿਆਂ ਸਿੱਖਿਆ ਦੀ ਗੱਲ ਕਰਦਿਆਂ ਜਿਹੜੇ ਸਾਨੂੰ ਅੱਗੇ ਲੈ ਕੇ ਜਾਂਦੀਆਂ ਨੇ ਅਸੀਂ ਮਨੁੱਖ ਸਮਾਜ ਉਦੋਂ ਹੀ ਅੱਗੇ ਵਧ ਸਕਦਾ ਜਦੋਂ ਉਹਦੇ ਕੋਲ ਸਹੀ ਸਿੱਖਿਆ ਹੋਊਗੀ ਸਹੀ ਐਜੂਕੇਸ਼ਨ ਹੋਊਗੀ ਸੋ ਪੰਜਾਬ ਦੀ ਪ੍ਰਾਇੋਰਟੀ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਆਉਣ ਵਾਲੀ ਨਸਲਾਂ ਦੇ ਲਈ ਆਉਣ ਵਾਲੀ ਪੀੜ੍ਹੀਆਂ ਦੇ ਲਈ ਜਿਹੜੀ ਸਿੱਖਿਆ ਉਹ ਸਿੱਖਿਆ ਨੂੰ ਅਸੀਂ ਕਿਵੇਂ ਡਿਵੈਲਪ ਕਰੀਏ ਤੇ ਉਹਦੇ ਉੱਪਰ ਕੁਸ਼ ਸੁਹਰਦ ਲੋਕ ਪੰਜਾਬ ਦੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਚੋਂ ਰਣਵੀਰ ਕੌਰ ਜੀ ਵੀਕ ਨੇ ਸਫਾਈ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਗਰਾਊਂਡ ਨੇ ਗਰਾਊਂਡਾਂ ਦੀ ਸਫਾਈ ਹੈ ਇਸ ਪਾਸੇ ਵੱਲ ਜਿਹੜੀਆਂ ਪਾਰਕਾਂ ਨੇ ਪਾਰਕਾਂ ਬਣਾਈ ਗਈਆਂ ਨੇ ਬੜੇ ਤਰੀਕੇ ਦੇ ਨਾਲ ਮੇਨਟੇਨ ਕੀਤਾ ਗਿਆ ਬੜੇ ਅੱਛੇ ਥਾਟ ਵਿਚਾਰ ਦੀਵਾਰਾਂ ਦੇ ਉੱਪਰ ਜਿਹੜੇ ਨੇ ਉਹ ਲਿਖੇ ਗਏ ਨੇ ਸੋ ਆਪਾਂ ਰਣਵੀਰ ਕੌਰ ਜੀ ਨਾਲ ਹੁਣ ਗੱਲ ਕਰਦੇ ਆ ਕਿ ਕਿਵੇਂ ਇਹਨਾਂ ਰਣਵੀਰ ਕੌਰ ਜੀ ਸਕੂਲ ਸਿੱਖਿਆ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਚੀਜ਼ ਹੁੰਦੀ ਹੈ ਕਿ ਮਨੁੱਖ ਪੜ੍ਹ ਲਿਖ ਕੇ ਡਿਵੈਲਪ ਹੁੰਦਾ ਸਮਝ ਡਿਵੈਲਪ ਹੁੰਦੀ ਹੈ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਦਾ ਤੁਸੀਂ ਕੀ ਕਰ ਰਹੇ ਹੋ ਸਕੂਲ ਦੇ ਲਈ ਦੇਖੋ ਜੀ ਇਹ ਇਹ ਜਿਹੜਾ ਸਕੂਲ ਦਾ ਵਰਕ ਸੀਗਾ ਇਹ ਸਾਡਾ ਪਹਿਲਾ ਉਪਰਾਲਾ ਸੀਗਾ ਜਿਹੜਾ ਅਸੀਂ ਪੰਚਾਇਤ ਸਾਡੀ ਨਵੀਂ ਬਣਨ ਤੋਂ ਅਸੀਂ ਪਹਿਲਾਂ ਕੀਤਾ ਸੀਗਾ ਔਰ ਸਾਡੇ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਸੀ ਕਿ ਕਿ ਅਸੀਂ ਜਦੋਂ ਸਾਡੀ ਪੰਚਾਇਤ ਚੁਣੀ ਗਈ ਤਾਂ ਉਸ ਤੋਂ 1 ਮਹੀਨੇ ਬਾਅਦ ਹੀ ਸਾਨੂੰ ਲੈਟਰ ਆ ਗਿਆ ਸੀ ਕਿਉਂਕਿ ਜਿਹੜੀ ਸਟਰੈਂਥ ਸੀਗੀ ਬੱਚਿਆਂ ਦੀ ਉਹ ਬਹੁਤ ਘੱਟ ਗਈ ਸੀਗੀ 15 16 ਬੱਚੇ ਰਹਿ ਗਏ ਸੀਗੇ ਔਰ ਇੰਨੀ ਸਟਰੈਂਥ ਵਾਸਤੇ ਸਕੂਲ ਚਲਾਉਣਾ ਕੋਈ ਬਹੁਤ ਮੁਸ਼ਕਲ ਗੱਲ ਹੁੰਦੀ ਹੈ ਹੈਨਾ ਤੇ ਸਾਨੂੰ ਲੈਟਰ ਆ ਗਿਆ ਸੀਗਾ ਕਿ ਅਸੀਂ ਇਸ ਨੂੰ ਬੰਦ ਕਰ ਦਈਏ ਲੇਕਿਨ ਸਾਡੇ ਵਾਸਤੇ ਬਹੁਤ ਚੁਣੌਤੀ ਸੀਗੀ ਇਹ ਵੱਡੀ ਕਿਉਂਕਿ ਅਸੱਦੀ ਅਗਰ ਪੰਚਾਇਤੀ ਵਿੱਚ ਸਕੂਲ ਬੰਦ ਹੋ ਜਾਂਦਾ ਤਾਂ ਸਾਡੇ ਵਾਸਤੇ ਬਹੁਤ ਇਨਸਲਟ ਵਾਲੀ ਗੱਲ ਸੀਗੀ ਉਸ ਤੋਂ ਬਾਅਦ ਅਸੀਂ ਸ਼ੁਰੂਆਤ ਇਦਾਂ ਕੀਤੀ ਕਿ ਅਸੀਂ ਪਿੰਡ ਦਾ ਸਹਿਯੋਗ ਲਿਆ ਪਿੰਡ ਦੇ ਸਹਿਯੋਗ ਨਾਲ ਤਕਰੀਬਨ ਅਸੀਂ 3-4 ਲੱਖ ਰੁਪਏ ਅਸੀਂ ਪਿੰਡ ਤੇ ਲਾਇਆ ਔਰ ਇਹ ਜਿੰਨਾ ਵੀ ਤੁਸੀਂ ਹੁਣ ਕਿਚਨ ਦੇਖ ਰਹੇ ਹੋ ਜਾਂ ਵਾਸ਼ਰੂਮਸ ਦੇਖ ਰਹੇ ਹੋ વોટર ਗੂਲਰ ਲੱਗੇ ਹੋਏ ਨੇ ਪ੍ਰੋਜੈਕਟਰ ਲੱਗਾ ਹੋਇਆ ਵਾਈਫਾਈ ਲੱਗਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਸਾਡੀ ਪੰਚਾਇਤੀਚ ਹੋਇਆ ਔਰ ਇਸ ਕਿਉਂਕਿ ਸਾਡੀ ਇਹ ਕੋਸ਼ਿਸ਼ ਸੀਗੀ ਕਿਉਂਕਿ ਅ ਕਈ ਕਾਫੀ ਐਸੇ ਗਰੀਬ ਘਰ ਨੇ ਜਿਹਨਾਂ ਦੇ ਬੱਚੇ ਉਹ ਆਪਣੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਪੜਾ ਸਕਦੇ ਔਰ ਸਾਡੀ ਕੋਸ਼ਿਸ਼ ਸੀ ਕਿ ਪ੍ਰਾਈਵੇਟ ਸਕੂਲਾਂ ਵਾਂਗ ਤਾਂ ਨਹੀਂ ਬਟ ਹੱਦ ਤੱਕ ਉਥੋਂ ਤੱਕ ਤਾਂ ਅਸੀਂ ਉਹਨਾਂ ਦੀ ਸਹੂਲਤ ਦੇ ਹੀ ਸਕਦੇ ਹਾਂ ਔਰ ਅਸੀਂ ਬਹੁਤ ਜ਼ਿਆਦਾ ਸਹੂਲਤ ਕੀਤੀ ਔਰ ਹੁਣ ਹੁਣ ਦੇ ਟਾਈਮ ਅਗਰ ਅਸੀਂ ਦੇਖੀਏ ਤਾਂ 70 ਬੱਚਾ ਆਇਆ 70 ਤੋਂ 75 ਬੱਚਾ ਸਕੂਲ 'ਚ ਪੜ ਰਹੇ ਹਾਂ ਉਹ ਤੋਂ 15 ਰਹਿ ਗਏ ਸੀ 15 ਉਹ ਤੋਂ 15 16 ਰਹਿ ਗਏ ਸੀ ਹਾਂਜੀ ਬਿਲਕੁਲ ਬਾਕੀ ਕੰਮ ਚੱਲ ਰਿਹਾ ਅੱਜ ਸਕੂਲ ਦਾ ਹਾਂਜੀ ਕੰਮ ਚੱਲ ਰਿਹਾ ਇਹ ਜਿਹੜੀ ਜੀ ਸੀਗੀ ਇਹ ਜ਼ਿਲ੍ਹਾ ਪ੍ਰੀਸ਼ਦ ਤੋਂ ਮਨਜ਼ੂਰ ਜਿਹੜੀ ਗ੍ਰਾਂਟ ਕਰਾਈ ਸੀ ਉਹਦੇ ਅਧੀਨ ਅਸੀਂ ਸਾਰੀਆਂ ਟਾਈਲਸ ਜਿੰਨੇ ਵੀ ਰਸਤੇ ਨੇ ਉਹ ਟਾਈਲਸ ਨਾਲ ਅਸੀਂ ਪੱਕੇ ਕਰਾਏ ਆ ਔਰ ਇਹ ਸਭ ਤੋਂ ਪਹਿਲਾਂ ਅਸੀਂ ਉਹ ਪਾਰਕ ਬਣਾਇਆ ਸੀਗਾ ਜਿ ਤੁਸੀਂ ਪਾਰਕ ਦੇਖ ਸਕਦੇ ਹੋ ਇਹ ਬਹੁਤ ਹੀ ਖੂਬਸੂਰਤ ਪਾਰਕ ਸੀ ਨਾਲ ਵੀ ਵਾਟਰ ਪੂਰ ਜਿਹੜਾ ਬੱਚਿਆਂ ਵਾਸਤੇ ਜਿੱਦੀ ਕਿ ਬਹੁਤ ਜ਼ਰੂਰਤ ਹੁੰਦੀ ਹੈ ਗਰਮੀਆਂ ਵਿੱਚ ਉਹ ਵਾਟਰ ਪੂਰ ਵੀ ਅਸੀਂ ਲਗਾ ਕੇ ਦਿੱਤੇ ਸੀਗੇ ਜੀ ਬਿਲਕੁਲ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਅੱਛਾ ਸਕੂਲ ਬਣਾਇਆ ਹੋਇਆ ਸੋ ਅੱਜ ਐਤਵਾਰ ਦਾ ਦਿਨ ਸੀ ਜਦੋਂ ਅਸੀਂ ਵੀਡੀਓ ਸ਼ੂਟ ਕਰ ਰਹੇ ਹਾਂ ਸਕੂਲ ਬੰਦ ਹੈ ਕਿਉਂਕਿ ਐਤ ਤਾਂ ਆਉ ਤੁਹਾਨੂੰ ਪਿੰਡ ਦੇ ਅਸੀਂ ਹੋਰ ਵਿਕਾਸ ਕਰ ਜਾਂ ਵਧ ਲੈ ਕੇ ਚੱਲਦੇ ਆਂ ਦੋਸਤੋ ਪਿੰਡ ਮੋਹੀ ਕਲਾਂ ਦੀ ਤੁਹਾਨੂੰ ਅਸੀਂ ਹੋਰ ਖਾਸ ਈ ਦੱਸਦੇ ਆਂ ਸ਼ਹੀਦ ਪਾਕ ਸਿੰਘ ਫਾਰਮਰਿਕ ਕਲੱਬ ਬਣਿਆ ਹੋਇਆ ਤੇ ਉਸੇ ਕਲੱਬ ਦੇ ਤਹਿਤ ਇਹ ਸਾਰੀ ਜਿਹੜੀ ਮਸ਼ੀਨਰੀ ਹੈ ਸਾਰੀ ਮਸ਼ੀਨਰੀ ਆਉਂਦੀ ਹੈ ਤੁਸੀਂ ਇਹ ਮਸ਼ੀਨਰੀ ਵੇਖ ਸਕਦੇ ਹੋ ਉਹ ਮਸ਼ੀਨਰੀ ਵੇਖ ਸਕਦੇ ਹੋ ਸ਼ਹੀਦ ਪਾਕ ਸਿੰਘ ਫਾਰਮਰ ਕਲੱਬ ਯਾਨੀ ਕਿ ਪਿੰਡ ਦੀ ਪੰਚਾਇਤ ਰਣਵੀਰ ਕੌਰ ਜੀ ਜਾਂ ਸਰਦਾਰ ਬਲਵੀਰ ਸਿੰਘ ਜੀ ਹੋਰਾਂ ਕੋਲ ਜਦੋਂ ਇਨਕਮ ਹੁੰਦੀ ਹੈ ਤਾਂ ਇਹ ਖੇਤੀ ਦਾ ਕੋਈ ਜਿਹਨੂੰ ਆਪਾਂ ਕੋਈ ਮਸ਼ੀਨਰੀ ਖਰੀਦ ਲੈਂਦੇ ਨੇ ਖੇਤੀ ਦੀ ਉਸ ਕਲੱਬ ਦੇ ਤਹਿਤ ਜਦੋਂ ਕੋਈ ਪਿੰਡ ਦਾ ਕੋਈ ਕਿਸਾਨ ਇਹ ਮਸ਼ੀਨਰੀ ਕਿਰਾਏ ਤੇ ਲੈਣੀ ਹੁੰਦੀ ਹੈ ਤਾਂ ਇਹ ਮਸ਼ੀਨਰੀ ਪਿੰਡ ਦਾ ਕਿਸਾਨ ਕਿਰਾਏ ਤੇ ਲੈ ਸਕਦਾ ਜਿਹੜਾ ਮਸ਼ੀਨਰੀ ਦਾ ਕਿਰਾਇਆ ਉਹ ਜਿਹੜਾ ਸ਼ਹੀਦ ਭਗਤ ਸਿੰਘ ਫਾਰਮਰ ਕਲੱਬ ਬਣਿਆ ਹੋਇਆ ਉਸ ਕਲੱਬ ਦਾ ਜਿਹੜਾ ਬੈਂਕ ਅਕਾਊਂਟ ਹੈ ਉਸ ਅਕਾਊਂਟ ਦੇ ਵਿੱਚ ਜਮਾ ਹੋ ਜਾਂਦਾ ਤੇ ਕਿਸਾਨ ਆਪਣੀ ਇੱਥੇ ਜਿਹੜੀ ਲੋੜ ਹੈ ਉਹ ਲੋੜ ਪੂਰੀ ਕਰ ਲੈਂਦਾ ਜਿਹੜਾ ਉਹ ਬੈਂਕ ਦੇ ਵਿੱਚ ਕਿਰਾਇਆ ਜਮਾ ਹੁੰਦਾ ਸ਼ਹੀਦ ਭਗਤ ਸਿੰਘ ਫਾਰਮਰ ਕਲੱਬ ਦੇ ਵਿੱਚ ਉਸ ਕਿਰਾਏ ਨੂੰ ਇਸ ਮਸ਼ੀਨਰੀ ਦੀ ਸਾਮ ਸੰਭਾਲ ਦੇ ਲਈ ਵਰਤਾ ਜਾਂਦਾ ਜੋ ਬਿਲਕੁਲ ਹੀ ਇੱਕ ਨਿਵੇਕਲੀ ਪਹਿਲ ਹੈ ਅਪਾ ਕਹਿੰਦੇ ਆ ਕਿ ਕਿਸਾਨੀ ਅੱਜ ਜੋ ਸੁਸਾਇਡ ਕਰ ਰਹੀ ਆ ਖੇਤੀ ਘਾਟੇ ਦੇ ਵਿੱਚ ਐ ਮਸ਼ੀਨਰੀ ਮਹਿੰਗੀ ਹੋ ਗਈ ਪੈਸਟੀਸਾਈਡ ਮਹਿੰਗਾ ਹੋ ਗਿਆ ਉਦੋਂ ਸਾਨੂੰ ਇਹ ਸਹਿਕਾਰੀ ਖੇਤੀਵਾਲ ਵਦਨ ਦੀ ਜਿਹੜੀ ਪ੍ਰੇਰਣਾ ਉਹ ਇਹਨਾਂ ਕਲੱਬਾਂ ਤੋਂ ਇਹਨਾਂ ਸਫਿਰਦ ਲੋਕਾਂ ਤੋਂ ਸਾਨੂੰ ਮਿਲਦੀ ਐ ਅਬ ਇਹਦੇ ਬਾਰੇ ਵੀ ਜਾਣਦੇ ਆ ਬਲਵੀਰ ਜੀ ਇਹਦਾ ਖਿਆਲ ਤੁਹਾਨੂੰ ਕਿਵੇਂ ਆਇਆ ਇਹ ਸਾਡੇ ਮਤਲਬ ਜਿੱਦੋਂ ਦੇ ਸਾਡੇ ਨਾਂ ਮੂਝਾ ਵਾਲੇ ਜੁੜੇ ਨੇ ਉਹਨਾਂ ਨੇ ਇੱਕ ਸਰਵੇ ਕੀਤਾ ਸੀ ਜ਼ਿਆਦਾਤਰ ਆਪਣੇ ਕਿਸਾਨ ਇੱਥੇ ਮੱਧਮ ਦਰਜੇ ਦੇ ਨੇ 2.5 ਤੋਂ ਲੈ ਕੇ 5 ਏਕੜ ਤੱਕ ਨੇ ਜੀ ਹਰ 1 ਏਕੜ ਦੇ ਵਸ ਦੀ ਗੱਲ ਨਹੀਂ ਐ ਸੀ ਵੀ ਆਪਾਂ ਇੱਕ ਸੁਪਰਸੀਡਰ ਖਰੀਦ ਸਕੀਏ ਸੁਪਰ ਸੀਡ ਦੀ ਕੀਮਤ ਤਾਂ 240 270 ਦੇ ਲਗਭਗ ਹੈ ਜੀ ਹੁਣ ਕੋਈ ਵੀ ਕਿਸਾਨ ਇਹਨੂੰ ਲੇ ਜਾਂਦਾ ਵੀ ਬੜਾ ਵਾਜਬ ਹੈ ਰੇਟ ਘਾਟੇ ਜੀ ਆਪਣਾ 2.5 300 ਰੁਪਏ ਵਿੱਚ ਇੱਕ ਏਕੜ ਦੀ ਬਜਾਈ ਕਰ ਸਕਦਾ ਨਾਲੇ ਤੇ ਜਿਹੜੀ ਅੱਗ ਦੀ ਸਮੱਸਿਆ ਸੀ ਉਹ ਦੂਰ ਹੋ ਗਈ ਜੀ ਹੁਣ ਕਾਫੀ ਸਮੇ ਤੋਂ ਪਿੱਛੇ ਵੀ ਪੰਜਾਬ ਸਰਕਾਰ ਵੀ ਕੋਸ਼ਿਸ਼ ਕਰ ਰਹੀ ਵੀ ਅੱਗ ਦਾ ਨਜਾਦ ਪਾਇਆ ਜਾਵੇ ਹੁਣ ਅਸੀਂ ਇਹ ਤਾਂ ਬਕਾਇਦਾ ਸਾਰਾ ਵੀ ਲਿਖ ਕੇ ਵੀ ਲਾਇਆ ਦੇਖੋ ਉਹਦਾ ਸਮਝਾਇਆ ਵੀ ਹੋਇਆ ਸਾਰਾ ਕੀਤਾ ਹੋਇਆ ਹੈ ਇਹਦੇ ਵੀ ਸਾਡੇ ਕੋਲ ਤਿੰਨ ਸੁਪਰ ਸੀਟਰ ਨੇ ਹਰ ਅਸੀਂ ਰਸੀਦ ਬਕਾਇਦਾ ਕੱਟਨੇ ਆ ਜਿਸ ਤਰ੍ਹਾਂ ਹਰ ਇੱਕ ਕਿਸਾਨ ਨੂੰ ਜ਼ਰੂਰਤ ਹੁੰਦੀ ਏ ਉਹ ਆਪਣਾ ਨੋਟ ਕਰਾ ਦਿੰਦਾ ਉਹਦਾ ਮਤਲਬ ਅੱਜ ਕਰਤਾ ਫਲਾਨੀ ਤਰੀਕ ਨੂੰ ਦੂਜੇ ਦਾ ਕਰਤਾ ਤੇ ਇਸ ਕਰਕੇ ਸਾਡੀ ਸਾਨੂੰ ਆਮਦਨ ਹੁੰਦੀ ਏ ਉਹ ਸਾਡਾ ਬੈਂਕ ਖਾਤਾ ਖੁੱਲਾ ਹੋਇਆ ਉਸ 'ਚ ਜਮਾ ਹੁੰਦੀ ਏ ਜਿਹੜੀ ਇਹਦੀ ਟੁੱਟ ਪੱਜੇ ਅਸੀਂ ਉਹਦੇ ਮਾਧਿਅਮ ਰਾਈ ਜਿਹੜਾ ਕੈਸ਼ ਕੱਟਾ ਹੁੰਦਾ ਹੈ ਜਿਹੜੀ ਆਮਦਨੀ ਹੁੰਦੀ ਏ ਉਹਦੇ ਜ਼ਰੀਏ ਠੀਕ ਰਹੀਦਾ ਜੇ ਸਾਨੂੰ ਕੋਈ ਆਮਦਨ ਵੱਧ ਵੀ ਹੋ ਜਾਂਦੀ ਏ ਉਹ ਕਿਸਾਨਾਂ ਵਾਸਤੇ ਅਸੀਂ ਹਰ ਸਹੂਲਤ ਵਾਸਤੇ ਕੋਈ ਨਾ ਕੋਈ ਇੰਪਲੀਮੈਂਟ ਹੋਰ ਲੈ ਲਈਦਾ ਜੀ ਲੈ ਲਈਦਾ ਜੀ ਬਿਲਕੁਲ ਸੋ ਸੱਚਮੁੱਚ ਇੱਕ ਇਹ ਨਵਿਕਲੀ ਪਹਿਲ ਹੈ ਤੇ ਐਦਾਂ ਦੀਆਂ ਜਿਹੜੀਆਂ ਪਹਿਲ ਕਦਮੀਆਂ ਨੇ ਪਿੰਡਾਂ ਦੇ ਵਿੱਚ ਹੋਣੀਆਂ ਉਹ ਲਾਜ਼ਮੀ ਨੇ ਬੜੀ ਹੀ ਜ਼ਰੂਰੀ ਨੇ ਇਸ ਲਈ ਅਸੀਂ ਮੋਹੀ ਕਲਾਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਸੀ ਸ਼ਮਸ਼ਾਨ ਘਾਟ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਖੂਬਸੂਰਤ ਬਣਾਇਆ ਹੋਇਆ ਵੈਸੇ ਤਾਂ ਬੰਦਾ ਸਾਰੀ ਉਮਰ ਹੀ ਦੌੜ ਭੱਜ ਕਰਦਾ ਰਹਿੰਦਾ ਪਰ ਅਖੀਰੀ ਜਿਹੜੀ ਮੰਜ਼ਲ ਹੁੰਦੀ ਹੈ ਵਿਅਕਤੀ ਦੀ ਉਹ ਇੱਥੇ ਤੱਕ ਹੀ ਹੁੰਦੀ ਹੈ ਜਿਹੜੀ ਦੌੜ ਹੁੰਦੀ ਹੈ ਉਹ ਇੱਥੇ ਤੱਕ ਹੀ ਹੁੰਦੀ ਹੈ ਤੇ ਆਪਾਂ ਨੇ ਵੇਖਿਆ ਕਿ ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟ ਦੇ ਕੀ ਹਾਲ ਹੁੰਦੇ ਨੇ ਕਿਉਂਕਿ ਅਗਨੋਰ ਕੀਤਾ ਹੁੰਦਾ ਹਨ ਚੀਜ਼ਾਂ ਨੂੰ ਪਰ ਨਹੀਂ ਪਿੰਡ ਦੀ ਪੰਚਾਇਤ ਵੱਲੋਂ ਰਣਵੀਰ ਕੌਰ ਜੀ ਵੱਲੋਂ ਬੜਾ ਖੂਬਸੂਰਤ ਸਾਫ ਸਫਾਈ ਪੱਕੋਂ ਬੈਠਣ ਦਾ ਪਾਣੀ ਦਾ ਪ੍ਰਬੰਧ ਕੀਤਾ ਗਿਆ ਪੱਕੀ ਕੀਤੀ ਗਈ ਹੈ ਸਾਰੀ ਸ਼ਮਸ਼ਾਨ ਘਾਟ ਫੁੱਲ ਬੂਟੇ ਜਿਹੜੇ ਹੈਗੇ ਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹਨ ਚੰਗੀ ਤਰ੍ਹਾਂ ਬਿਲਕੁਲ ਪਾਰਕਾਂ ਬਣਾ ਕੇ ਸਾਰਾ ਕੁਝ ਬੜਾ ਸੋਹਣਾ ਜਿਹੜਾ ਉਹ ਕੀਤਾ ਹੋਇਆ ਤੁਸੀਂ ਇੱਕ ਵਾਰ ਦੇਖ ਵੀ ਸਕਦੇ ਹੋ ਮੈਂ ਕਹਾਂਗਾ ਕਿ ਜ਼ੂਮ ਕਰਕੇ ਦਿਖਾ ਦੇਣ ਤੇ ਜਿਹੜਾ ਖੂਬਸੂਰਤ ਇੱਕ ਵਿਊ ਹੈ ਉਬਸੂਰਤ ਮਾਹੌਲ ਹੈ ਬੜਾ ਇਹ ਬੜਾ ਸੋਹਣਾ ਬਣਾਇਆ ਹੋਇਆ ਹਨਵੀਰ ਕੌਰ ਜੀ ਆਪਣੇ ਨਾਲ ਰਣਵੀਰ ਕੌਰ ਜੀ ਤੁਸੀਂ ਇੱਥੇ ਵੀ ਕਾਫੀ ਸ਼ਿੱਦਤ ਨਾਲ ਕੰਮ ਕੀਤਾ ਹੋਇਆ ਦੇਖੋ ਜੀ ਇਨਸਾਨ ਜ਼ਿੰਦਗੀ ਜਿੰਨਾ ਮਰਜ਼ੀ ਕੰਮ ਕਰ ਲੇ ਲੇਕਿਨ ਕਹਿੰਦੇ ਨੇ ਨਾ ਕਿ ਜ਼ਿੰਦਗੀ ਦਾ ਆਖਰੀ ਸਟੇਸ਼ਨ ਹੁੰਦਾ ਹੈ ਉਹ ਸ਼ਮਸ਼ਾਨ ਘਾਟ ਹੀ ਹੁੰਦਾ ਹੈ ਔਰ ਸਾਡੀ ਇਹ ਸੋਚ ਸੀਗੀ ਕਿ ਕੋਈ ਵੀ ਵਿਅਕਤੀ ਜਦੋਂ ਮਰ ਜਾਂਦਾ ਹੈ ਅਸੀਂ ਉਹਨੂੰ ਇੱਥੇ ਲੈ ਕੇ ਆਨੇ ਆ ਹਨਾ ਸ਼ਵਸ਼ਾਨ ਘਾਟ ਵਿੱਚ ਲੇਕਿਨ ਉਹਨੂੰ ਜਲਾਉਣ ਵਾਸਤੇ ਜਿਹੜੇ ਇਨਸਾਨ ਆਂਦੇ ਨੇ ਉਹ ਜ਼ਿੰਦਾ ਵਿਅਕਤੀ ਹੁੰਦੇ ਨੇ ਔਰ ਉਹਨਾਂ ਜ਼ਿੰਦਾ ਵਿਅਕਤੀਆਂ ਨੂੰ ਤਾਂ ਦੇਖੋ ਬੈਠਣਾ ਵੀ ਆ ਉਹਨਾਂ ਨੂੰ ਛਾਂ ਵੀ ਚਾਹੀਦੀ ਆ ਹਰ ਚੀਜ਼ ਚਾਹੀਦੀ ਆ ਸੋ ਸਾਡਾ ਇਹ ਉਪਰਾਲਾ ਇਹ ਦੂਸਰਾ ਸਾਡਾ ਪ੍ਰੋਜੈਕਟ ਸੀਗਾ ਦੂਸਰਾ ਕੰਮ ਸੀਗਾ ਕਿ ਸਾਨੂੰ ਸਾਡੀ ਕੋਸ਼ਿਸ਼ ਕਿਉਂਕਿ ਇੱਥੋਂ ਦਾ ਹਾਲਤ ਜਿਹੜੀ ਸੀ ਇਹ ਬਹੁਤ ਮਾੜੀ ਸੀ ਅਗਰ ਬੈਠਣ ਵਾਸਤੇ ਵੀ ਲੋਕ ਘਰਾਂ ਤੋਂ ਚਦਰਾਂ ਜਾਂ ਪੱਲੀਆਂ ਲੈ ਕੇ ਆਂਦੇ ਸੀਗੇ ਇੱਥੇ ਬੈਠਣ ਲਈ ਔਰ ਸਾਡੇ ਵਾਸ ਪਿੰਡ ਦਾ ਸ਼ਮਸ਼ਾਨ ਘਾੜੀ ਵਧੀਆ ਨਹੀਂ ਹੈਗਾ ਤੇ ਦੂਸਰੇ ਪ੍ਰੋਜੈਕਟ ਵੀ ਕੋਈ ਮਾਇਨੇ ਨਹੀਂ ਰੱਖਦੇ ਜੀ ਬਿਲਕੁਲ ਬਿਲਕੁਲ ਦੋਸਤੋ ਤੁਸੀਂ ਸਰਪੰਚ ਰਣਵੀਰ ਕੌਰ ਹੋਰਾਂ ਦੇ ਜਿਹੜੇ ਵਿਕਾਸ ਦੇ ਕੰਮ ਨੇ ਉਹ ਸਾਰੇ ਦੇਖੇ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕੀਤੀਆਂ ਆਪਾਂ ਨੇ ਖੁੱਲਕੇ ਤੇ ਹੁਣ ਪਿੰਡ ਵਾਸੀ ਮੇਰੇ ਨਾਲ ਨੇ ਪਿੰਡ ਵਾਸੀ ਕੀ ਸੋਚਦੇ ਨੇ ਇਸ ਵਿਕਾਸ ਬਾਰੇ ਬਜ਼ੁਰਗੋ ਤੁਸੀਂ ਦੱਸੋ ਕਿ ਸਰਪੰਚ ਰਣਵੀਰ ਕੌਰ ਜੀ ਨੇ ਮੋਹੀ ਕਲਾਂ ਤੁਹਾਡੇ ਪਿੰਡ ਦੇ ਤੇ ਕਾਫੀ ਉਹਨਾਂ ਨੇ ਪਿੰਡ ਦੇ ਵਿੱਚ ਕੰਮ ਕੀਤੇ ਨੇ ਥੋੜਾ ਕੀ ਵਿਚਾਰ ਹੈ ਨਾ ਕੰਮਾਂ ਦੇ ਬਾਰੇ ਅੱਛੇ ਕਰਿਆ ਜੀ ਬਹੁਤ ਚੱਕਰ ਸੀ ਕਿਸੇ ਨੇ ਅਜੇ ਨਹੀਂ ਕਰਿਆ ਅਜੇ ਨਹੀਂ ਕਰਿਆ ਕਿਸੇ ਨੇ ਵੀ ਅੱਛਾ ਕੰਮ ਕਿਸੇ ਨੇ ਨਹੀਂ ਕਰਿਆ ਹਾਲਤ ਖਰਾਬ ਦੀ ਰੂੜੀਆਂ ਪਵੇਂ ਦੀਆਂ ਸਾਰਾ ਖਰਾਬ ਹਾਲਤ ਸੀ ਸੜਕਾਂ ਟੁੱਟੀ ਵੀ ਪਿੰਡਗਾ ਆਲਾ ਦੁਆਲਾ ਸੋਹਣਾ ਹੈ ਪਿੰਡਗਾ ਦੁਆਲਾ ਬਹੁਤ ਅੱਛਾ ਬਣਿਆ ਪਿਆ ਯਾਨੀ ਕਿ ਬਹੁਤ ਖੂਬਸੂਰਤ ਕੰਮ ਕਰੇ ਨੇ ਹਾਂ ਜੀ ਬਹੁਤ ਸੂਰਤ ਬਣਾਏ ਪਿਆ ਲੱਗੇ ਰਹੇ ਆ ਜ ਰੋਜ਼ ਬਣਾ ਰਹੇ ਆ ਲੱਗ ਰਹੇ ਵੇ ਜੀ ਬਿਲਕੁਲ ਹੁਣ ਤੁਹਾਨੂੰ ਖੁਸ਼ੀ ਹੁੰਦੀ ਹੈ ਵੀ ਕੰਮ ਵਿਗੜੀ ਵੀ ਦਿਖਾਇਆ ਉਹਨੂੰ ਸਮਾਰਦੇ ਰਹਾਂ ਉਹਨੂੰ ਖੁਸ਼ੀ ਹੁੰਦੀ ਐ ਇਸ ਗੱਲ ਦੀ ਕਿ ਤੁਹਾਡੇ ਪਿੰਡ ਤੋਂ ਸਰਪੰਚ ਰਣਵੀਰ ਕੌਰ ਜਿਨ੍ਹਾਂ ਨੇ ਤੁਹਾਡੇ ਪਿੰਡ ਨੂੰ ਤਾਂ ਖੂਬਸੂਰਤੋ ਬਣਾਇਆ ਪਰ ਇਸ ਪਿੰਡ ਦਾ ਨਾਮ ਪੰਜਾਬ ਦੇ ਵਿੱਚ ਵੀ ਚਮਕਾਇਆ ਚਮਕਾ دیا ਨਾਮ ਇਹ ਅੱਛਾ ਕੰਮ ਹੈ ਕਿ ਪਿੰਡ ਸਾਰੇ ਨਾਲ ਅੱਛਾ ਕਰ ਦਿਆ ਫਿਰ ਬਾਹਰਗੇ ਵੀ ਅੱਛੇ ਹੋਗੇ ਹਾਂ ਬਿਲਕੁਲ ਬਾਹਰਗੇ ਲੋਕ ਵੀ ਅੱਛੇ ਹੋਗੇ ਜਦੋਂ ਪੰਜਾਬ ਦੇ ਵਿੱਚ ਖੂਬਸੂਰਤ ਪਿੰਡਾਂ ਦੀ ਉਦਾਹਰਣਾਂ ਦੇਈ ਜਾਂਦੀਆਂ ਨੇ ਉਦੋਂ ਥੋੜੇ ਪਿੰਡ ਦਾ ਜ਼ਿਕਰ ਵੀ ਜ਼ਰੂਰ ਆਉਂਦਾ ਕਿ ਪੰਜਾਬ ਦਾ ਇੱਕ ਪਿੰਡ ਜਿਹੜਾ ਹਰਿਆਣੇ ਦੇ ਬਾਰਡਰ ਤੇ ਵਸਿਆ ਹੋਇਆ ਮੋਹੀਕਲਾ ਪਿੰਡ ਹੈ ਉਹ ਵੀ ਇੱਕ ਖੂਬਸੂਰਤ ਪਿੰਡ ਹੈ ਹਾਂ ਜੀ ਬਹੁਤ ਠੀਕ ਹੈ ਬੜਾ ਹਰੇ ਕਹਿੰਦਾ ਆਂਦਾ ਜਵਾਨ ਦਾ ਰਸਤੇ ਜਾ ਕੇ ਹਰੇ ਖੁਸ਼ੀ ਹੋਏ ਹੋਏ ਆ ਰਸੜਕਾਂ ਨੂੰ ਜਾਂਦੇ ਆ ਲੋਕ ਦੇਖਦੇ ਆ ਪਿੰਡ ਨੂੰ ਤੁਹਾਡਾ ਨਾਮ ਕੀ ਹੈ ਨਿਰਮਲ ਸਿੰਘ ਸੋ ਸਾਡੇ ਨਾਲ ਨਿਰਮਲ ਸਿੰਘ ਸੀ ਬਾਬਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਰਵਚਨ ਸਿੰਘ ਗੁਰਵਚਨ ਜੀ ਪਿੰਡ ਦਾ ਕਿ ਕਾਜ਼ਾ ਮਾਡਲ ਇਸ ਤਰੀਕੇ ਨਾਲ ਬਣਾਇਆ ਕਿ ਪੂਰੇ ਪੰਜਾਬ ਦੇ ਵਿੱਚ ਚਰਚੇ ਨੇ ਅਵਾਰਡ ਤੱਕ ਮਿਲ ਚੁੱਕੇ ਨੇ ਪਿੰਡ ਨੂੰ ਇਹ ਪਿੰਡ ਜੀ ਤਕਰੀਬਨ 5 ਸਾਲ ਹੋ ਗਏ ਜਦੋਂ ਸਰਪੰਚੀ ਸੰਭੀ ਨਾ ਮਦਰ ਰਣਵੀਰ ਕੌਰ ਨੇ ਉਸ ਤੋਂ ਹੀ ਇਹਨਾਂ ਨੇ ਕੰਮ ਸ਼ੁਰੂ ਕੀਤਾ ਜੀ ਸਾਨੂੰ ਵੀ ਬਹੁਤ ਦੇਰ ਹੋ ਗਈ ਇਸ ਪਿੰਡ 'ਚ ਰਹਿੰਦਿਆਂ ਨੂੰ ਅਸੀਂ ਬਾਹਰ ਵੀ ਰਹਿ ਕੇ ਆਰਮੀ 'ਚ ਵੀ ਰਹਿ ਕੇ ਇਹ ਬੰਦੇ ਆ ਤੇ ਅਸੀਂ ਦੇਖਦੇ ਹਾਂ ਜਿੰਨਾ ਕੰਮ ਇਹਨਾਂ ਨੇ ਜਦੋਂ ਤੋਂ ਸਟਾਰਟਿੰਗ ਹੋਈ ਹੈ ਜੀ ਠੀਕ ਹੈ ਜੀ ਜਦੋਂ ਤੋਂ ਇਹਨਾਂ ਨੇ ਜਦੋਂ ਹੀ ਮਦਰ ਸਰਪੰਚ ਬਣੇ ਨੇ ਉਸੇ ਦਿਨ ਤੋਂ ਇਹਨਾਂ ਨੇ ਇਸ ਕੰਮ ਦਾ ਬੀੜਾ ਚੁੱਕ ਲਿਆ ਔਰ ਹੁਣ ਮੇਰੇ ਪਿੰਡ ਦਾ ਸਾਰਾ ਕੰਮ ਜਿੰਨਾ ਇਹਨਾਂ ਨੇ ਕੀਤਾ ਹੈ ਬਹੁਤ ਹੱਦ ਤੋਂ ਜ਼ਿਆਦਾ ਵਧੀਆ ਕੀਤਾ ਹੋਇਆ ਹੈ ਠੀਕ ਹੈ ਜੀ ਇਥੇ ਸੱਤ ਬਲੌਕ ਆ ਕੇ ਗਏ ਨੇ ਉਹਨਾਂ ਬਲੌਕਾਂ ਨਾਲ ਵੀ ਮੈਂ ਨਾਲ ਰਿਹਾ ਸਾਰੇ ਬਲੌਕ ਵਾਲੇ ਬਾਹਰਲੇ ਬੰਦੇ ਜਿਹੜੇ ਬਾਹਰਲੇ ਪਿੰਡਾਂ ਦੇ ਜਿੱਥੋਂ ਜਿੱਥੋਂ ਵੀ ਆਏ ਕੋਈ ਪਟਾਲਿਓਂ ਆਇਆ ਕੋਈ ਖੰਨੇ ਤੋਂ ਆਇਆ ਕੋਈ ਕਨੌਰ ਤੋਂ ਆਇਆ ਇਹਨਾਂ ਬਹੁਤ ਜਗ੍ਹਾ ਤੋਂ ਆਏ ਆ ਠੀਕ ਹੈ ਜੀ ਇਹਨਾਂ ਆ ਕੇ ਇਸ ਪਿੰਡ ਨੂੰ ਦੇਖਿਆ ਉਹਦੀ ਸਰਾਨਾ ਕੀਤੀ ਸਾਡੇ ਪਿੰਡ ਦੇ ਸਰਪੰਚ ਨੂੰ ਜਿਹੜਾ ਇਹ ਕੰਮ ਕੀਤਾ ਹੋਇਆ ਬਹੁਤ ਜ਼ਿਆਦਾ ਵਧੀਆ ਕੀਤਾ ਹੋਇਆ ਹਰ ਕਦਗਾਂ ਤੇ ਤੁਸੀਂ ਜਾਓਗੇ ਕਿਤੇ ਤੁਹਾਨੂੰ ਕੋੜਾ ਕਰਕਟ ਨਹੀਂ ਮਿਲੂਗਾ ਛੱਪੜ ਸਾਡੀ ਬਹੁਤ ਵਧੀਆ ਨੇ ਸ਼ਮਸ਼ਾਨ ਘਾਟ ਸਾਡੀ ਬਹੁਤ ਵਧੀਆ ਬਣਾਈ ਸਟਾਰਟਿੰਗ ਸਾਡੇ ਸਰਪੰਚ ਸਾਹਿਬ ਨੇ ਕੀਤੀ ਸੀ ਉਦੋਂ ਤੋਂ ਕਿਨੋ ਸਕੂਲ ਤੋਂ ਅੱਜ ਤੁਸੀਂ ਸਾਡੇ ਪਿੰਡ ਦੇ ਚਾਰੇ ਪਾਸੇ ਘੁੰਮੋਗੇ ਤੁਹਾਨੂੰ ਪਤਾ ਲੱਗੂਗਾ ਵਾਕਿਆ ਹੀ ਵਾਦਾ ਕਰਦੇ ਆਂ ਅਸੀਂ ਬਹੁਤ ਵਧੀਆ ਕੰਮ ਕੀਤਾ ਹੋਇਆ ਇਹਨਾਂ ਨੇ ਦੂਜੀ ਗੱਲ ਅਸੀਂ ਇਹ ਕਹਿਣੀ ਚਾਹਾਂਗੇ ਅਗਰ ਇਹਨਾਂ ਨੂੰ ਜਿਹੜੇ 7 6 7 ਬਲਾਕ ਆ ਕੇ ਵੇਖ ਗਏ ਨੇ ਅਗਰ ਵੀ ਪਿੰਡ ਵਾਸੀ ਅਗਰ ਇਹਨਾਂ ਨੂੰ ਦੁਆਰਾ ਤੋਂ ਸਰਪੰਚੀ ਚ ਲਿਆਉਣਗੇ ਤੇ ਮੈਂ ਤੇ ਉਮੀਦ ਕਰਦਾ ਹਾਂ ਉਸ ਪੰਜਾਬ ਗਵਰਨਮੈਂਟ ਤੋਂ ਕਿ ਇਹਨਾਂ ਨੂੰ ਦੁਆਰਾ ਤੋਂ ਸਰਪੰਚ ਬਣਾਇਆ ਜਾਵੇ ਕਿਉਂਕਿ ਜਿੰਨਾ ਇਹਨਾਂ ਨੇ ਵਿਕਾਸ ਕੀਤਾ ਹੈ ਅਗਰ ਇਹ ਸਰਪੰਚ ਦੁਆਰਾ ਬਣਦੇ ਨੇ ਇਸ ਨੂੰ ਇਹ ਵਰਕ ਮੇਨਟੇਨ ਰੱਖਣਗੇ ਕਿਉਂਕਿ ਨਹੀਂ ਤੇ 5 ਸਾਲ ਬਾਅਦ ਇਹ ਜਿਹੜੀਆਂ ਜਿੰਨੀਆਂ ਲਾਈਟਾਂ ਲੂਟਾਂ ਲਾਈਆਂ ਸਭ ਅੱਛਾ ਪਹਿਲਾਂ ਤਾਂ ਵੋਟਾਂ ਨਾਲ ਬਣੇ ਸੀ ਸਰਪੰਚ ਪਹਿਲਾਂ ਜੀ ਇਹ ਸਹਿਮਤੀ ਨਾਲ ਬਣੇ ਹੋਏ ਆ ਜੀ ਸਹਿਮਤੀ ਨਾਲ ਬਣੇ ਸੀ ਫਿਰ ਤਾਂ ਇਸ ਵਾਰ ਵੀ ਦੇਖੋ ਸਹਿਮਤੀ ਨਾਲ ਬਣੇ ਸਰਪੰਚ ਉਹ ਦੋ ਡਵੈਲਪ ਘਟ ਹੋਇਆ ਸੀ ਪਿੰਡ ਹੁਣ ਤਾਂ ਪਿੰਡ ਦਾ ਨਾਮ ਪੰਚਾਇਤ ਦਾ ਨਾਮ ਪਿੰਡ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਚਮਕਦਾ ਹੁਣ ਤਾਂ ਫਿਰ ਵੋਟਾਂ ਦੀ ਗੁੰਜਾਇਸ਼ ਤਾਂ ਬਚਦੀ ਹੋਣੀ ਨਹੀਂ ਨਹੀਂ ਉਹੀ ਮੈਂ ਹੁਣ ਕਹਿੰਦਾ ਜੀ ਇਹਨਾਂ ਦੇ ਦੁਆਰਾ ਤੋਂ ਵੇਰ ਵੇਰ ਸਰਪੰਚੀ ਮਿਲੇ ਤਾਂ ਮੈਂ ਇਹ ਤੋਂ ਚੀਤ ਬਹੁਤ ਖੁਸ਼ ਹਾਂ ਜੀ ਜੀ ਬਿਲਕੁਲ ਬਿਲਕੁਲ ਸੋ ਸੱਚਮੁੱਚ ਕੰਮ ਹੋਏ ਨੇ ਸਾਡੇ ਨਾਲ ਨੌਜਵਾਨ ਵੀ ਨੇ ਤੁਸੀਂ ਕਿਵੇਂ ਦੇਖਦੇ ਹੋ ਕਿ ਨੌਜਵਾਨਾਂ ਨੂੰ ਜਿਆਦਾ ਹੁੰਦਾ ਕਿ ਜਿਹੜਾ ਸਾਡਾ ਪਿੰਡ ਹੈ ਜਾਂ ਹੁਣ ਤਾਂ ਦੇਖੋ ਕਿ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਤੱਕ ਆਪਣੀ ਜਿਹੜੀ ਹੈਗਾ ਇਹਨਾਂ ਸੋਚ ਨੂੰ ਵੀ 7-8 ਵੀ 4-5 ਲੈ ਕੇ ਗਿਆ ਤੁਹਾਡਾ ਕੀ ਵਿਚਾਰ ਹੈ ਤੁਹਾਡੇ ਵਾਰੇ ਪਿੰਡ ਸਾਡਾ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਹੋਏ ਨੇ ਪਹਿਲਾਂ ਬਹੁਤ ਬੁਰੀ ਹਾਲਤ ਸੀ ਛੱਪੜ ਸਾਰੇ ਕੱਚੇ ਸੀ ਔਰ ਕੂੜਾ ਕਰਕਟ ਬਹੁਤ ਸੀ ਉਹ ਪੱਕੇ ਹੋ ਗਏ ਨੇ ਤੇ ਕੂੜਾ ਕਰਕਟ ਇੱਕ ਜਗ੍ਹਾ ਧਾਨ ਲੱਗ ਗਿਆ ਦਰਖਤ ਲੱਗੇ ਨੇ ਪਿੰਡ ਦੇ ਨਾਲੇ ਦਿਵਾਲੇ ਹਰਿਆ ਭਰਿਆ ਮਤਲਬ ਪਿੰਡ ਬਿਮਾਰੀਆਂ ਤੋਂ ਵੀ ਬਚ ਗਿਆ ਇਹ ਵੀ ਤਾਂ ਦੇਖੋ ਬਜ਼ੁਰਗੋ ਵੱਡੀ ਗੱਲ ਹੈ ਅੱਗੇ ਆਜੋ ਤੁਸੀਂ ਕਿ ਜੇਕਰ ਰੂੜੀਆਂ ਹੁੰਦੀਆਂ ਨੇ ਕੂੜਾ ਕਰਕਟ ਰਖਿਆ ਹੁੰਦਾ ਖੂਬਸੂਰਤ ਤਾਂ ਪਿੰਡ ਦੀ ਵਿਗੜਦੀ ਐ ਪਰ ਜਿਹੜੀ ਪਿੰਡ ਵਾਸੀਆਂ ਨੂੰ ਬਿਮਾਰੀ ਲੱਗਦੀ ਐ ਉਹਦੇ ਤੋਂ ਵੀ ਨਜਾਤ ਮਿਲਦੀ ਐ ਹਾਂਜੀ ਹਾਂਜੀ ਮਿਲੇਗੀ ਨਜਾਤ ਬਹੁਤ ਚੰਗੇ ਕੰਮ ਕਰਿਆ ਸਰਪੰਚ ਸਾਹਿਬ ਨੇ ਵੀ ਬਹੁਤ ਉਹ ਦੁਕਾਨੀ ਅੱਗੇ ਨੂੰ ਹੋਈ ਜਾਣਾ ਚਾਹਿੰਦਾ ਤੁਹਾਨੂੰ ਪੂਰੀ ਖੁਸ਼ੀ ਹੁੰਦੀ ਐ ਪਿੰਡ ਸਾਡਾ ਵੀ ਐਨ ਸੋਹਣਾ ਹੋ ਗਿਆ ਨ ਵਧੀਆ ਪੂਰੀ ਖੁਸ਼ੀ ਆ ਜੀ ਮਾਨੂੰ ਪੂਰੀ ਦਿਨ ਰਾਤ ਖੁਸ਼ੀ ਆ ਮਾਨੂੰ ਪੂਰੀ ਜੇ ਮਾਰੇ ਗੋਂਗਾਂ ਵਾਲੇ ਦਾ ਫੇਰਾ ਆ ਮੈਨਾਂ ਮਾਨੂੰ ਖੁਸ਼ੀ ਹੋ ਖੁਸ਼ੀ ਆ ਆਪਣੇ ਇਸ ਰੰਦਾਰਾਂ ਦੱਸਿਓ ਵੀ ਸਾਡੇ ਪਿੰਡ ਚ ਤਾਂ ਇਦਾਂ ਦੇ ਕੰਮ ਹੋਏ ਨੇ ਰੰਦਾਰ ਆ ਰਹੇ ਹਮਾਰੇ ਬੰਦੇ ਬਾਹਰ ਜਾ ਰਹੇ ਆ ਸਾਰੇ ਸ਼ਵਾਸ਼ੀਕ ਦੇ ਰਹੇ ਆ ਵੀ ਪਹਿਲੇ ਨੰਬਰ ਬੰਮਾਰਾ ਪਿੰਡ ਆਇਆ ਹੂੰ ਬਿਲਕੁਲ ਬਿਲਕੁਲ ਸੋ ਆਪਣੇ ਨਾਲ ਪਿੰਡ ਵਾਸੀ ਸੀ ਦੋਸਤੋ ਤੁਸੀਂ ਸਾਡੇ ਨਾਲ ਪਿੰਡ ਦਾ ਗੇਡਾ ਲਾਇਆ ਅਸੀਂ ਸਰਪੰਚ ਰਣਵੀਰ ਕੌਰ ਜੀ ਹੋ ਸਾਡੇ ਆਪਣੇ ਨਾਲ ਸੀ ਉਹ ਪਿੰਡਾਂ ਦਾ ਵਿੱਚ ਜਿਹੜੇ ਜਿਹੜੇ ਵੀ ਡਿਵੈਲਪਮੈਂਟ ਹੋਈ ਹੈ ਜਿਹੜੇ ਜਿਹੜੇ ਵੀ ਕਾਰਜ ਪਿੰਡ ਦੇ ਵਿੱਚ ਹੋਏ ਨੇ ਜਾਂ ਜਿਹੜੇ ਕੰਮ ਚੱਲ ਰਹੇ ਨੇ ਭਾਵੇਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਜਾਂ ਆਪਾਂ ਨੇ ਦੇਖਿਆ ਕਿ ਪਿੰਡ ਦੀ ਸਾਫ ਸਫਾਈ ਨੂੰ ਲੈ ਕੇ ਜਿਸ ਵੇਲੇ ਆਪਾਂ ਸਾਰੀਆਂ ਚੀਜ਼ਾਂ ਮੈਂ ਹੁਣ ਕੀ ਰਿਪੀਟ ਕਰਨੀਆਂ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਹੁਣ ਆਪਾਂ ਘਰੇ ਬੈਠੇ ਆ ਰਣਵੀਰ ਕੌਰ ਜੀ ਨਾਲ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਸਾਰਾ ਇਹ ਮਾਣ ਹੈ ਸਰਕਾਰਾਂ ਵੱਲੋਂ ਪੰਜਾਬ ਦੇ ਸਿਹਰ ਦੇ ਲੋਕਾਂ ਵੱਲੋਂ ਜਿਹੜਾ ਮਾਣ ਰਣਵੀਰ ਕੌਰ ਜੀ ਉਹਨਾਂ ਨੂੰ ਪੂਰੇ ਕੰਮਕਾਜ ਦੇ ਬਦਲੇ ਮਿਲਿਆ ਗਰਾਉਂਡ ਲੈਵਲ ਦੇ ਉੱਪਰ ਜਿਹੜੀ ਰਿਐਲਿਟੀ ਹੈ ਉਹ ਸਾਰੇ ਤੁਸੀਂ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਬਾਕੀ ਆਪਣੇ ਨਾਲ ਨੇ ਰਣਵੀਰ ਕੌਰ ਜੀ ਪਿੰਡ ਨੂੰ ਅਵਾਰਡ ਵੀ ਮਿਲੇ ਨੇ ਮਾਣ ਸਨਮਾਨ ਵੀ ਮਿਲਿਆ ਪਿੰਡ ਨੂੰ ਕੰਮਕਾਜ ਦੇ ਬਦਲੇ ਕੀ ਲੱਗਦਾ ਤੁਹਾਨੂੰ ਤੇ ਕਿਵੇਂ ਲੱਗਦਾ ਸਾਰਾ ਕੁਝ ਜਦੋਂ ਸੱਚਮੁੱਚ ਕੀਤੀ ਹੋਈ ਮਿਹਨਤ ਦਾ ਜਿਹੜਾ ਮਿਹਨਤਾਂ ਦਾ ਜਵਾਲਾ ਇਹ ਮਿਲਦਾ ਦੇਖੋ ਜਿਹੜੀ ਇਨਸਾਨ ਕੋਸ਼ਿਸ਼ ਕਰਦਾ ਹੈ ਨਾ ਕੋਸ਼ਿਸ਼ ਕਰਨ ਤੋਂ ਬਾਅਦ ਜਦੋਂ ਸਾਨੂੰ ਫਲ ਮਿਲਦਾ ਹੈ ਤੇ ਉਹਦੀ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਕਹਿੰਦੇ ਕਿ ਕਈ ਲੋਕਾਂ ਨੂੰ ਇਹ ਹੁੰਦਾ ਹੈ ਕਿ ਮਿਹਨਤ ਕਰਨ ਤੋਂ ਲੋਕ ਡਰ ਜਾਂਦੇ ਆ ਲੇਕਿਨ ਸਾਡੀ ਇਹ ਕੋਸ਼ਿਸ਼ ਸੀ ਕਿ ਸਮੱਸਿਆਵਾਂ ਵੀ ਆਉਂਦੀਆਂ ਨੇ ਲੇਕਿਨ ਅਗਰ ਕਹਿੰਦੇ ਨੇ ਕਿ ਮਿਹਨਤ ਦਾ ਫਲ ਔਰ ਸਮੱਸਿਆ ਦਾ ਹੱਲ ਦੇਰ ਨਾਲ ਹੀ ਸਹੀ ਮਿਲਦਾ ਜ਼ਰੂਰ ਹੈ ਔਰ ਸਾਡੀ ਇਹ ਕੋਸ਼ਿਸ਼ ਸੀ ਕਿ ਐਸਾ ਕੋਈ ਕੰਮ ਨਹੀਂ ਹੈ ਕਿ ਜਿਹੜਾ ਅਸੀਂ ਕਹਿ ਸਕੀਏ ਕਿ ਇੰਪੋਸੀਬਲ ਹੈ ਅਸੀਂ ਹਰ ਵਿਕਾਸ ਦੇ ਪੱਧਰ ਤੇ ਅਸੀਂ ਕੋਸ਼ਿਸ਼ ਕੀਤੀ ਹੈ ਚਾਹੇ ਉਹ ਲੇਡੀਜ਼ ਨੂੰ ਲੈ ਕੇ ਹੋਏ ਚਾਹੇ ਉਹ ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ ਹੋਏ ਚਾਹੇ ਉਹ ਸਾਫ ਸਵੈਨ ਲੈ ਕੇ ਹੋਏ ਚਾਹੇ ਉਹ ਪਾਣੀ ਨੂੰ ਲੈ ਕੇ ਹੋਏ ਅਸੀਂ ਹਰ ਪ੍ਰੋਜੈਕਟ ਨੂੰ ਅੱਗੇ ਲੈ ਕੇ ਚੱਲੇ ਆ ਜੀ ਜੀ ਇੰਨਾ ਫਾਈਨਾਂਸ ਵੀ ਬੜਾ ਔਖਾ ਹੁੰਦਾ ਪਿੰਡ ਦੇ ਵਿਕਾਸ ਦੇ ਵਿੱਚ ਲੈ ਕੇ ਆਉਣਾ ਸਰਕਾਰਾਂ ਵੱਲੋਂ ਮਤਲਬ ਮਿਲੀ ਜਾਂ ਤੁਸੀਂ ਜਿਹੜੀ ਫਾਊਂਡੇਸ਼ਨਾਂ ਦਾ ਜ਼ਿਕਰ ਕੀਤਾ ਸਾਰਿਆਂ ਦੇ ਸਹਿਯੋਗ ਦੇ ਨਾਲ ਕੀਤਾ ਜਾਂ ਕੋਈ ਹੋਰ ਵੀ ਇਦਾਂ ਦਾ ਤੁਸੀਂ ਐਫਰਟ ਕੀਤਾ ਦੇਖੋ ਸਮੇ ਸਮੇ ਤੇ ਜਿਹੜੀਆਂ ਕਿ 14ਵੇਂ 15ਵੇਂ ਕਮਿਸ਼ਨ ਦੀਆਂ ਜਿਹੜੀਆਂ ਸੈਂਟਰ ਤੋਂ ਗ੍ਰਾਂਟਾਂ ਆਉਂਦੀਆਂ ਸੀਗੀਆਂ ਸਟੇਟ ਗਵਰਨਮੈਂਟ ਤੋਂ ਜਿਹੜੀਆਂ ਗ੍ਰਾਂਟਾਂ ਆਈਆਂ ਉਸ ਤੋਂ ਬਾਅਦ ਇਨੋਲੇਜ ਹੋਣੀ ਬਹੁਤ ਜ਼ਰੂਰੀ ਹੈ ਕਿ ਅਸੀਂ ਮਨਰੇਗਾ ਦੇ ਅਧੀਨ ਕਿਹੜੇ ਕਿਹੜੇ ਕੰਮ ਕਰ ਸਕਦੇ ਹਣਾ ਤੇ ਬਹੁਤ ਸਾਰਾ ਕੰਮ ਅਸੀਂ ਮਨਰੇਗਾ ਦੇ ਅੰਡਰ ਕੀਤਾ ਬਹੁਤ ਸਪੋਰਟ ਉਹਨਾਂ ਨੇ ਕੀਤਾ ਇਹਦੇ ਨਾਲ ਨਾਲ ਪਿੰਡ ਦਾ ਸਹਿਯੋਗ ਬਹੁਤ ਜ਼ਿਆਦਾ ਸੀਗਾ ਆਪਣੀ ਪਾਕਟ ਵਿੱਚੋਂ ਅਸੀਂ ਖਰਚਾ ਕੀਤਾ ਕਿਉਂਕਿ ਸ਼ੁਰੂਆਤ ਅਸੀਂ ਆਪਣੇ ਪਾਕਟ ਤੋਂ ਹੀ ਕਰਨੀ ਪੈਂਦੀ ਹੈ ਤਾਂ ਹੀ ਅਗਰ ਵਿਸ਼ਵਾਸ ਬਣਾਉਣਾ ਪੈਂਦਾ ਹੈ ਤਾਂ ਹੀ ਲੋਕ ਅੱਗੇ ਹੋ ਕੇ ਸਾਥ ਦਿੰਦੇ ਆ ਤੇ ਬਹੁਤ ਸਾਰਾ ਸਹਿਯੋਗ ਮਾਨ ਸਾਨੂੰ ਪਿੰਡ ਦੇ ਲੋਕਾਂ ਨੇ ਦਿੱਤਾ ਜਿਹੜੇ ਕਿ ਬਾਹਰ ਅਬਰੌਡ ਜਾ ਚੁੱਕੇ ਆ ਜਾਂ ਜਿਹੜੇ ਸਾਡੇ ਸ਼ਹਿਰ ਵਿੱਚ ਲੋਕ ਜਾ ਕੇ ਵਸੇ ਹੋਏ ਨਹੀਂ ਜਦੋਂ ਉਹ ਦੇਖਦੇ ਆ ਕਿ ਪਿੰਡ ਵਿੱਚ ਬਹੁਤ ਕੰਮ ਹੋ ਰਿਹਾ ਬਹੁਤ ਪ੍ਰੋਜੈਕਟ ਬਣ ਰਿਹਾ ਤਾਂ ਉਹ ਸਾਡੇ ਸਮੇਂ-ਸਮੇਂ ਤੇ ਸਾਥ ਦਿੰਦੇ ਰਹਿੰਦੇ ਆ ਜੀ ਹੁਣ ਦੇਖੋ ਕਿ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਪਿੰਡ ਨੂੰ ਇੱਥੋਂ ਤੱਕ ਲੈ ਆਏ ਹੁਣ ਜੇਕਰ ਕਿਸੇ ਹੋਰ ਨੂੰ ਜਾਂ ਮੰਨ ਲਓ ਕਿ ਤੁਸੀਂ ਹੀ ਦੁਆਰੇ ਫਿਰ ਸੇਵਾ ਸੰਭਾਲ ਦਿਓ ਜਾਂ ਪਿੰਡ ਦਾ ਕੋਈ ਹੋਰ ਨੁਮਾਇੰਦਾ ਚੁਣਿਆ ਜਾਂਦਾ ਵਿਕਾਸ ਕਾਰਜ ਜਿਹੜੇ ਇੱਥੇ ਤੱਕ ਆ ਗਏ ਡਿਵੈਲਪ ਹੋ ਗਏ ਜਾਂ ਇਨ ਪ੍ਰੋਸੈਸ ਹੈਗੇ ਨੇ ਆਉਣ ਵਾਲਾ ਜਿਹੜਾ ਬੰਦਾ ਆਊਗਾ ਉਹਦੇ ਲਈ ਕੀ ਕੀ ਦਿੱਕਤਾਂ ਹੋਣਗੀਆਂ ਕੀ ਕੀ ਸਮੱਸਿਆਵਾਂ ਹੋਣਗੀਆਂ ਜਾਂ ਕਿਵੇਂ ਉਹ ਮੈਨੇਜ ਕਰੂਗਾ ਕਿਵੇਂ ਕੰਟੀਨਿਊ ਕਰੂਗਾ ਦੇਖੋ ਸਾਡੇ ਹਾਰਡਵਰਕ ਨੇ ਸਾਨੂੰ ਇਹ ਫਾਲ ਦਿੱਤਾ ਹੈ ਕਿ ਅਸੀਂ ਪੂਰੇ ਬਲਾਕ ਔਰ ਪੂਰੇ ਡਿਸਟ੍ਰਿਕਟ ਲੈਵਲ ਵਿੱਚ ਇੱਕ ਸਾਡਾ ਬੈਸਟ ਵਿਲੇਜ ਸਾਡਾ ਮੰਨਿਆ ਗਿਆ ਹੈ ਔਰ ਆਉਣ ਵਾਲਾ ਸਰਪੰਚ ਚਾਹੇ ਅਸੀਂ ਹੋਈਏ ਚਾਹੇ ਕੋਈ ਵੀ ਹੋਏ ਕਿਉਂਕਿ ਹੱਕ ਸਭ ਨੂੰ ਹੈ ਇਹ ਰਾਈਟ ਸਭ ਨੂੰ ਮਿਲ ਗਿਆ ਹੈ ਔਰ ਆਉਣ ਵਾਲਾ ਕੋਈ ਵੀ ਸਰਪੰਚ ਹੋਈਗਾ ਉਹਦੇ ਵਾਸਤੇ ਬਹੁਤ ਵੱਡੀਆਂ ਚੁਣੌਤੀਆਂ ਨੇ ਚੁਣੌਤੀਆਂ ਇਸ ਤਰ੍ਹਾਂ ਕਿਉਂਕਿ ਬਲੌਕ ਡਿਸਟ੍ਰਿਕਟ ਲੈਵਲ ਤੋਂ ਅੱਗੇ ਅਸੀਂ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਅਗਰ ਅਸੀਂ ਸਰਪੰਚ ਬਣ ਕੇ ਆਨੇ ਆ ਤਾਂ ਅਸੀਂ ਨੈਸ਼ਨਲ ਲੈਵਲ ਤੱਕ ਆਪਣੇ ਪਿੰਡ ਨੂੰ ਲੈ ਕੇ ਚਾਈਏ ਕਿਉਂਕਿ ਜਿਹੜਾ ਸਟੇਟਸ ਅਸੀਂ ਆਪਣੇ ਪਿੰਡ ਦਾ ਬਣਾ ਚੁੱਕੇ ਆ ਉਹ ਸਟੇਟਸ ਨੂੰ ਅਸੀਂ ਨੀਵਾ ਨਹੀਂ ਲੈ ਕੇ ਆ ਸਕਦੇ ਆਉਣ ਵਾਲਾ ਕੋਈ ਵੀ ਸਰਪੰਚ ਹੈ ਉਹਦੀ ਇਹ ਜ਼ਿੰਮੇਵਾਰੀ ਹੋਏਗੀ ਕਿ ਜਿੰਨੇ ਵੀ ਪ੍ਰੋਜੈਕਟ ਅਸੀਂ ਪਿੰਡ 'ਚ ਪੜਾਏ ਹੋਏ ਨੇ ਉਹਨਾਂ ਦੀ ਸਾਮ ਸੰਭਾਲ ਦੇਖ ਰੇਕ ਤੇ ਕਰਨੀ ਹੀ ਕਰਨੀ ਹੈ ਨਾਲ ਦੀ ਨਾਲ ਅਸੀਂ ਹੋਰ ਵੀ ਕਿਹੜੇ ਪ੍ਰੋਜੈਕਟ ਨੇ ਜਿਹੜੀ ਅਸੀਂ ਪਿੰਡ ਵਿੱਚ ਲਾ ਸਕਦੇ ਆ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜਿਸ ਤਰ੍ਹਾਂ ਕਿ ਮੈਂ ਜਿੰਨੇ ਵੀ ਬਲੌਗ ਵਿਜ਼ਿਟ ਕਰਨ ਆਉਂਦੇ ਸੀ ਮੈਂ ਬਹੁਤ ਦੇ ਮੋਹੋਂ ਸਿੱਧੀ ਸੁਣਿਆ ਸੀਗਾ ਕਿ ਸੋਲਿਡ ਵੇਸ ਪ੍ਰੋਜੈਕਟ ਜਿਹੜਾ ਹੈ ਉਹ ਚਲਾਉਣਾ ਬਹੁਤ ਔਖਾ ਹੈ ਔਰ ਕਈ ਪਿੰਡਾਂ ਦੇ ਸਰਪੰਚਾਂ ਨੇ ਮੇਰੇ ਨਾਲ ਇਹ ਗੱਲ ਕੀਤੀ ਕਿ ਸਰਪੰਚ ਸਾਹਿਬ ਕੇ 6 ਮਹੀਨੇ ਤੋਂ ਉੱਪਰ ਸੋਲਿਡ ਵੇਸ ਮੈਨੇਜਮੈਂਟ ਦਾ ਪ੍ਰੋਜੈਕਟ ਸਾਡੇ ਪਿੰਡਾਂ ਚ ਨਹੀਂ ਚੱਲ ਪਾਂਦਾ ਕਿਉਂਕਿ ਲੋਕ ਸਾਥ ਨਹੀਂ ਦਿੰਦੇ ਔਰ ਇਹਨਾਂ ਪ੍ਰੋਜੈਕਟਰ ਨੂੰ ਚਲਾਣਾ ਔਖਾ ਵੀ ਬਹੁਤ ਹੈ ਔਰ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਬਣਦੀਆਂ ਚਾਹੀ ਕੋਈ ਵੀ ਬਣੇ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਉਸਦੀ ਬਣਦੀ ਹੈ ਜੀ ਜੀ ਕੇ ਗੱਲ ਹੁੰਦੀ ਹੈ ਕਿ ਜੇਕਰ ਪਿੰਡਾਂ ਦੇ ਦੇਖੋ ਆਪਣੇ ਨਾਰਮਲੀ ਇਹ ਨਾਲ ਗੱਲ ਹੁੰਦੀ ਹੈ ਕਿ ਪਿੰਡਾਂ ਦੇ ਵਿਕਾਸ ਦੇ ਉੱਪਰ ਕਰੋੜਾਂ ਰੁਪਏ ਖਰਚਤਾ ਹੋ ਸਕਦਾ ਲੱਖਾਂ ਰੁਪਏ ਖਾ ਗਏ ਵੀ ਹੋਣ ਕਦੇ ਤੁਹਾਡੇ ਤੁਹਾਡੇ ਨਾਲ ਐਦਾਂ ਹੋਇਆ ਦੇਖੋ ਇਹ ਤਾਂ ਆਪਣੀ ਆਪਣੀ ਸੋਚ ਹੈ ਸੋਚ ਨੂੰ ਆਪਾਂ ਕੁਝ ਵੀ ਸੋਚ ਸਕਦੇ ਆ ਹਨਾ ਸਾਡੀ ਕਿਸੇ ਦੀ ਸੋਚ ਉੱਤੇ ਸਾਡਾ ਕੋਈ ਅਖਤਿਆਰ ਨਹੀਂ ਹੈਗਾ ਆਪਣੀ ਆਪਣੀ ਸੋਚ ਹੈ ਪਰ ਇਹ ਸਾਡਾ ਆਪਣਾ ਮੰਨਿਆ ਕਿ ਕਹਿੰਦੇ ਨਾ ਮਨ ਵਿੱਚ ਚਾਹ ਹੋਈ ਕੁਝ ਕਰਨ ਦਾ ਤੇ ਰਸਤਾ ਵੀ ਮਿਲਦਾ ਆ ਰਸਤਾ ਵੀ ਸਾਨੂੰ ਮਿਲਿਆ ਖਾਦਾ ਨੇ ਨਹੀਂ ਖਾਦਾ ਉਹ ਤੁਸੀਂ ਆ ਪਿੰਡ ਦੇਖਿਆ ਕੰਮ ਦੇਖਿਆ ਉਹ ਤਾਂ ਪਤਾ ਲੱਗ ਪੰਚਾਇਤਾਂ ਨੂੰ ਲੈ ਕੇ ਮਾਈਂਡ ਸੈਟ ਇਦਾਂ ਦਾ ਬਣ ਗਿਆ ਗਾਣੇ ਵੀ ਇਦਾਂ ਦਾ ਬਣ ਗਏ ਕਿ ਲੈ ਲੈਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਉਥੋਂ ਸਾਰੀਆਂ ਚੀਜ਼ਾਂ ਨਿਕਲਦੀਆਂ ਨੇ ਇਹ ਦੇਖੋ ਜੀ ਇਹ ਤੇ ਸਮਝ ਦੀ ਗੱਲ ਹੈ ਅਗਰ 100% ਪੈਸਾ ਆਂਦਾ ਹੈ ਕਰੋ 10% ਸਰਪੰਚ ਖਾ ਲਈਗਾ ਤਾਂ ਮਾਇਨੇ ਨਹੀਂ ਰੱਖਦਾ ਜੇਕਰ ਉਹ 90% ਪਿੰਡ ਤੇ ਲਾ ਰਿਹਾ ਤਾਂ 10% ਖਾਣਾ ਵੀ ਕੋਈ ਮਾਇਨੇ ਨਹੀਂ ਰੱਖਦਾ ਜੀ ਜੀ ਬਿਲਕੁਲ ਹੁਣ ਤੁਹਾਡਾ ਫਿਊਚਰ ਪਲਾਨ ਕੀ ਹੈ ਸਾਡੇ ਫਿਊਚਰ ਪਲਾਨ ਇਹੀ ਹੈ ਕਿ ਜੇਕਰ ਪਿੰਡ ਦੇ ਲੋਕ ਸਾਡਾ ਕੰਮ ਦੇਖ ਕੇ ਸਾਨੂੰ ਇਹ ਮਾਨ ਦਿੰਦੇ ਨਿੱਕੇ ਸੰ ਦੁਬਾਰਾ ਤੁ ਸਰਪੰਚੀ ਅਗਰ ਮਿਲਦੀ ਹੈ ਤਾਂ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਸਾਡੇ ਪਲਾਨ ਨੇ ਜਿਹੜੇ ਸਾਡੇ ਆਈਡੀਆ ਨੇ ਉਹ ਸਾਡੇ ਮਾਈਂਡਸ ਨੇ ਤੇ ਉਹ ਅਸੀਂ ਬੋਲ ਕੇ ਨਹੀਂ ਉਹ ਅਸੀਂ ਕਰਕੇ ਦਿਖਾਵਾਂਗੇ ਜੀ ਜੀ ਬਿਲਕੁਲ ਸੋ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸਾਡੇ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਵੀ ਤੇ ਗੁੱਡ ਲੱਕ ਵੀ ਤੁਸੀਂ ਪਿੰਡ ਨੂੰ ਇੱਕ ਉੱਚ ਪੱਧਰੇ ਸਥਾਨ ਦੇ ਉੱਪਰ ਲੈ ਕੇ ਗਏ ਸਾਫ ਸਫਾਈ ਨੂੰ ਲੈ ਕੇ এডਿਕੇਸ਼ਨ ਨੂੰ ਲੈ ਕੇ ਜਾਂ ਹੋਰ ਤਮਾਮ ਕਾਰਜਾਂ ਨੂੰ ਲੈ ਕੇ ਤੁਸੀਂ ਨਿਪਰੇ ਚਾੜਿਆ ਐਨੇ ਸਾਲਾਂ ਤੋਂ ਲੱਗੇ ਹੋਏ ਹੋ ਬਹੁਤ-ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਅਨਿਤਾਨਵਾਜੀ ਤਨਵੀ थैंक यू थैंक यू वेरी मच ਜੀ ਸੋ ਦੋਸਤੋ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਕਿ ਜਿਹੜੇ ਮਾਨਸ ਸਨਮਾਨ ਨੇ ਸਾਰੇ ਰਾਜਪਤਰੀ ਸਮਾਗਮ ਦੇ ਵਿੱਚ ਭਾਵੇਂ ਸਵਚ ਭਾਰਤ ਦੀਪਸ ਹੋਵੇ ਜਾਂ ਮੈਡਮ ਹੋਰੀਜ਼ ਸਰਟੀਫਿਕੇਟ ਲੈ ਰਹੇ ਸੀ ਇਹ ਮਾਨਸ ਸਨਮਾਨ ਹੋਵੇ ਯਾਨੀ ਕਿ ਤੁਹਾਨੂੰ ਮੈਂ ਕੀ ਕੀ ਗੱਲ ਲਸਾਂ ਜਿਹੜੀ ਮਿਹਨਤ ਕੀਤੀ ਹੈ ਗਰਾਊਂਡ ਲੈਵਲ ਦੇ ਉੱਪਰ ਉਹ ਮਿਹਨਤ ਪੂਰੇ ਪੰਜਾਬੀਆਂ ਤੱਕ ਗੂੰਜੀ ਹੈ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੋਏ ਲੋਕ ਇਹ ਗੱਲ ਸਮਝਦੇ ਨੇ ਜਿਵੇਂ ਮੈਡਮ ਹੋਰਾਂ ਨੇ ਵੀ ਜ਼ਿਕਰ ਕੀਤਾ ਕਿ ਅਬਰਾਉਡ ਦੇ ਵਿੱਚ ਬੈਠੇ ਹੋਏ ਜਿਹੜੇ ਲੋਕ ਨੇ ਸਾਨੂੰ ਵੱਡੇ ਪੱਧਰ ਦੇ ਉੱਪਰ ਉਹਨਾਂ ਲੋਕਾਂ ਦੀ ਸਪੋਰਟ ਰਹੀ ਹੈ ਉਹ ਸਪੋਰਟ ਆਈ ਸੀ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਪਿੰਡਾਂ ਨੂੰ ਉੱਪਰ ਚੱਕੀਏ ਕਿਵੇਂ ਅਸੀਂ ਆਪਣੇ ਪਿੰਡਾਂ ਨੂੰ ਅੱਗੇ ਲੈ ਕੇ ਜਾਈਏ ਕਿਵੇਂ ਅਸੀਂ ਆਪਣੇ ਪਿੰਡਾਂ ਨੂੰ ਅੱਜ ਦੇ ਸਮੇਂ ਦਾ ਹਾਣੀ ਬਣਾਈਏ ਸੋ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਸੀ ਤੁਸੀਂ ਉਹ ਸਾਰੀਆਂ ਵੀਡੀਓ ਦੇ ਵਿੱਚ ਦੇਖੀਆਂ ਹੁਣ ਅਸੀਂ ਤੁਹਾਡੇ ਤੋਂ ਹਿਸਾਬ ਸਤ ਲਵਾਂਗੇ ਅਗਲੇ ਪਿੰਡ ਦੇ ਨਾਲ ਅਗਲੇ ਸਰਪੰਚ ਦੇ ਨਾਲ ਅਸੀਂ ਸਾਰੇ ਕੰਮਕਾਜ ਪਿੰਡ ਦੀ ਪੰਚਾਇਤ ਤੇ ਲੈ ਕੇ ਤੁਹਾਡੇ ਹਾਜ਼ਰ ਹੋਵਾਂਗੇ